ਫਤਿਹ ਦੀ ਸਾਂਝ ਕੱਚ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜਿਸ ਮਹਾਨ ਯੋਧੇ ਦੀ ਯਾਦ ਦੇ ਵਿੱਚ ਅਸੀਂ ਜੁੜੇ ਬੈਠੇ ਹਾਂ, ਉਸਦੇ ਬਾਰੇ, ਉਸਦੇ ਮੈਦਾਨੇ ਜੰਗ ਦੇ ਵਿੱਚ ਆਮਦ ਦੇ ਬਾਰੇ ਇੱਕ ਇਸਲਾਮੀ ਸ਼ਾਇਰ ਨੇ ਇੱਕ ਲਾਈਨ ਦੇ ਵਿੱਚ ਬਹੁਤ ਕੁਛ ਬਿਆਨ ਕਰ ਦਿੱਤਾ ਹੈ। ਉਹ ਲਿਖਦਾ ਹੈ ਕਿ ਕਿਸ ਸ਼ੇਰ ਕੀ ਆਮਦ ਹੈ, ਰਣ ਕਾਂਪ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ, ਜੇਕਰ ਅਸੀਂ ਇਤਿਹਾਸ ਦੇ ਵਕਤ ਨੂੰ, ਕਾਲ ਚੱਕਰ ਨੂੰ ਵੇਖੀਏ ਤਾਂ ਸਮਾਂ ਬਹੁਤ ਥੋੜ੍ਹਾ ਹੈ, ਪਰ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪ੍ਰਾਪਤੀਆਂ ਨੂੰ ਵੇਖਿਆ ਜਾਵੇ ਤਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਕੋਈ ਐਸਾ ਜਰਨੈਲ, ਕੋਈ ਐਸਾ ਯੋਧਾ ਨਜ਼ਰ ਨਹੀਂ ਆਵੇਗਾ ਜਿਹੜਾ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੱਕ ਲਹਿਰ ਨੂੰ ਖੜਾ ਕਰਦਾ, ਉਸ ਲਹਿਰ ਨੂੰ ਇੱਕ ਪੂਰੇ ਉੱਚ ਸਿਖਰ 'ਤੇ ਲੈ ਕੇ ਜਾਂਦਾ, ਫਿਰ ਉਸ ਲਹਿਰ ਦੇ ਸਦਕਾ ਇੱਕ ਰਾਜ ਦੀ ਸਿਰਜਣਾ ਕਰਦਾ, ਅਤੇ ਉਸ ਰਾਜ ਦੇ ਵਿੱਚ ਜਿਹੜੇ ਉਹ ਮਾਪਦੰਡ ਨਿਰਧਾਰਿਤ ਕਰਦਾ ਹੈ ਰਾਜਸੀ ਸੱਤਾ ਦੇ, ਉਹ ਨੇ ਜਿਹੜੇ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ। ਸੋ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਉਸ ਸਮੇਂ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਦੀਆਂ ਜੜ੍ਹਾਂ ਪੁੱਟ ਦੇਣੀਆਂ, ਇੱਕ ਅੰਪੀਰੀਅਲਿਜ਼ਮ ਦੀ ਅਸਟੈਬਲਿਸ਼ਮੈਂਟ, ਇੱਕ ਰਾਜਸੀ ਸੱਤਾ ਨੂੰ ਸਥਾਪਿਤ ਕਰ ਦੇਣਾ, ਔਰ ਉਸ ਰਾਜਸੀ ਸੱਤਾ ਦੇ ਵਿੱਚ ਸਹੀ ਰੂਪ ਦੇ ਵਿੱਚ ਲੋਕਾਂ ਦੇ ਵਾਸਤੇ ਸਮਾਜਿਕ, ਰੂਹਾਨੀਅਤ, ਰਾਜਨੀਤਿਕ ਅਤੇ ਆਰਥਿਕ ਤੌਰ ਦੇ ਉੱਪਰ ਜਿਹੜੇ ਮਾਪਦੰਡ ਬਾਬਾ ਬੰਦਾ ਸਿੰਘ ਬਹਾਦਰ ਨੇ ਪੈਦਾ ਕੀਤੇ ਨੇ, ਸਾਨੂੰ ਬਹੁਤ ਘੱਟ ਐਸੇ ਯੋਧੇ ਜਰਨੈਲ ਇਤਿਹਾਸ ਦੇ ਵਿੱਚ ਮਿਲਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਬਾਰੇ ਜੇਕਰ ਅਸੀਂ ਸਿੱਕੇਬੰਦ ਸਰੋਤ, ਜਿਸ ਨੂੰ ਅਸੀਂ ਕਹਾਂਗੇ ਕਿ ਅਥੈਂਟਿਕ ਮੈਨੂਸਕ੍ਰਿਪਟ ਜਿਹੜੀਆਂ ਨੇ, ਉਹ ਸਾਡੇ ਕੋਲ ਸਾਰੀਆਂ ਫਾਰਸੀ ਭਾਸ਼ਾ ਦੇ ਵਿੱਚ, ਬੇਸ਼ੱਕ ਫਾਰਸੀ ਭਾਸ਼ਾ ਦੇ ਵਿੱਚ ਲਿਖੀਆਂ ਹੋਈਆਂ ਲਿਖਤਾਂ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੁੱਤਾ, ਲਾਂਤੀ, ਜਿੰਨੇ ਵੀ ਬੁਰੇ ਸ਼ਬਦ ਵਰਤੇ ਜਾ ਸਕਦੇ ਨੇ ਇੱਕ ਦੁਸ਼ਮਣ ਦੇ ਬਾਰੇ, ਉਹ ਸਾਰੇ ਸ਼ਬਦ ਵਰਤੇ ਗਏ ਨੇ। ਪਰ ਜੇਕਰ ਸਾਡੇ ਕੋਲ ਇਹ ਫਾਰਸੀ ਦੀਆਂ ਲਿਖਤਾਂ ਨਾ ਹੋਣ ਤਾਂ ਸਾਡੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵੀ ਨਹੀਂ। ਜੇਕਰ ਸਾਨੂੰ ਇਤਿਹਾਸ ਦਾ ਕ੍ਰੋਨੋਗ੍ਰਾਫਿਕ ਫੇਸ, ਇਤਿਹਾਸ ਦੀ ਤਾਰੀਖਾਂ ਵਾਲੀ, ਬੰਦਾ ਸਿੰਘ ਬਹਾਦਰ ਨੇ ਕਿਹੜੇ ਦਿਨ ਕਿਸ ਇਲਾਕੇ ਨੂੰ ਫਤਿਹ ਕੀਤਾ, ਜੇਕਰ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਤਾਂ ਕੇਵਲ ਅਤੇ ਕੇਵਲ ਫਾਰਸੀ ਸਰੋਤਾਂ ਦੇ ਵਿੱਚ ਮਿਲਦੀ ਹੈ। ਸਿੱਖ ਇਤਿਹਾਸਕਾਰੀ ਦੇ ਵਿੱਚ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਇਹਨਾਂ ਫਾਰਸੀ ਸਰੋਤਾਂ ਦੇ ਵਿੱਚੋਂ ਛਾਣ ਕੇ ਜੇ ਕੌਮ ਦੇ ਸਾਹਮਣੇ ਪੇਸ਼ ਕੀਤਾ ਹੈ ਤਾਂ ਇਸ ਦਾ ਮਾਣ ਡਾਕਟਰ ਗੰਡਾ ਸਿੰਘ ਹੋਰਾਂ ਨੂੰ ਜਾਂਦਾ ਹੈ। ਡਾਕਟਰ ਗੰਡਾ ਸਿੰਘ ਹੋਣਾ ਦੀ ਲਿਖਤ ਉਹਨਾਂ ਸਮਿਆਂ ਦੇ ਵਿੱਚ ਨਾ ਹੁੰਦੀ ਤਾਂ ਸ਼ਾਇਦ ਸਾਡੇ ਕੋਲ ਇਤਿਹਾਸ ਦੇ ਬਹੁਤ ਸਾਰੇ ਸਰੋਤ ਨੇ ਅੱਜ ਅਸੀਂ ਕੂੜੇ ਦੇ ਵਿੱਚ ਗਵਾ ਚੁੱਕੇ ਹੁੰਦੇ, ਪਰ ਡਾਕਟਰ ਗੰਡਾ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਜਿਹੜੇ ਫਾਰਸੀ ਸਰੋਤ ਸੀ ਉਹਨਾਂ ਦੇ ਵਿੱਚੋਂ ਉਹਨਾਂ ਦੇ ਜੀਵਨ ਨੂੰ ਸਾਡੇ ਸਾਹਮਣੇ ਰੱਖਿਆ। ਡਾਕਟਰ ਗੰਡਾ ਸਿੰਘ ਆਪਣੀ ਲਿਖਤਾਂ ਦੇ ਵਿੱਚ ਇੱਕ ਗੱਲ ਕਰਦੇ ਨੇ ਕਿ ਮਨੋ ਕਲਪਨਾ ਇਤਿਹਾਸ ਦੇ ਵਿੱਚ ਪਾਪ ਹੈ। ਕੁਛ ਵੀ ਤੁਸੀਂ ਮਨੋ ਕਲਪਿਤ ਨਹੀਂ ਕਹਿ ਸਕਦੇ, ਇਤਿਹਾਸਕਾਰੀ ਦੇ ਵਿੱਚ ਅਸੀਂ ਕੁਛ ਵੀ ਆਪਣੇ ਕੋਲੋਂ ਬਣਾ ਕੇ ਨਹੀਂ ਕਹਿ ਸਕਦੇ। ਜਿਹੜੀ ਗੱਲ ਵੀ ਅਸੀਂ ਸੰਗਤ ਦੇ ਨਾਲ ਸਟੇਜ ਦੇ ਉੱਪਰੋਂ ਸਾਂਝੀ ਕਰਨੀ ਹੁੰਦੀ ਹੈ, ਉਹਦੇ ਵਾਸਤੇ ਸਾਨੂੰ ਉਹਦੀ ਗੱਲ ਦੀ ਪ੍ਰੋੜਤਾ ਦੇ ਵਾਸਤੇ ਇਤਿਹਾਸਕ ਸਰੋਤਾਂ ਦੀ ਲੋੜ ਹੁੰਦੀ ਹੈ। ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ, ਉਹਨਾਂ ਦਾ ਜਨਮ, ਜਨਮ ਅਤੇ ਸ਼ਹਾਦਤ, ਅਤੇ ਸ਼ਹਾਦਤ ਦੇ ਵਿਚਕਾਰ ਇੱਕ ਉਹ ਸਮਾਂ ਜਿਸ ਸਮੇਂ ਦੇ ਵਿੱਚ ਉਹਨਾਂ ਨੇ ਰਾਜ ਨੂੰ ਸਥਾਪਿਤ ਕੀਤਾ ਹੈ, ਅਤੇ ਅੱਜ ਦਾ ਦਿਨ 12 ਮਈ 1710 ਜਿਸ ਦੀ ਯਾਦ ਦੇ ਵਿੱਚ ਅਸੀਂ ਜੁੜੇ ਬੈਠੇ ਹਾਂ। ਮੈਂ ਉਹਨਾਂ ਦੇ ਜੀਵਨ ਨੂੰ ਉਹਨਾਂ ਦੇ ਪਿੰਡ ਤੋਂ ਇਸ ਕਰਕੇ ਸ਼ੁਰੂ ਕਰਨਾ ਚਾਹੁੰਦਾ ਕਿਉਂਕਿ ਦਫ਼ਤਰ ਦੇ ਵਿੱਚ ਬੈਠਿਆਂ ਵੀ ਗੱਲ ਹੋ ਰਹੀ ਸੀ, ਇੱਕ ਟ੍ਰੈਜਡੀ ਕਹਿ ਲਈਏ, ਇਤਿਹਾਸ ਦੀ ਤ੍ਰਾਸਦੀ ਕਹਿ ਲਈਏ, ਕਿ ਸਹੀ ਰੂਪ ਦੇ ਵਿੱਚ ਅਜੇ ਤੱਕ ਸਿੱਖਾਂ ਦਾ ਕੋਈ ਵੀ ਇਤਿਹਾਸ ਸਰਚ ਬੋਰਡ ਨਹੀਂ ਹੈ ਕਿ ਅਸੀਂ ਮਿਲ ਬੈਠ ਕੇ ਆਪਣੇ ਇਤਿਹਾਸ ਦੀਆਂ ਤਰੀਕਾਂ ਨੂੰ ਅਤੇ ਆਪਣੇ ਨਾਇਕਾਂ ਦੇ ਜੀਵਨ ਅਤੇ ਜਨਮ ਅਸਥਾਨ ਨੂੰ ਨਿਰਧਾਰਿਤ ਕਰ ਸਕਦੇ, ਸਾਡੇ ਕੋਲ ਕੁਝ ਵੀ ਨਹੀਂ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 26 ਅਕਤੂਬਰ 1670 ਅਸੀਂ ਮੰਨਿਆ ਹੋਇਆ ਹੈ, ਸਾਡੇ ਕੋਲ ਇੱਕ ਵੀ ਲਿਖਤੀ ਸਬੂਤ ਨਹੀਂ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 26 ਅਕਤੂਬਰ 1670 ਨੂੰ ਹੋਇਆ। ਇਹ ਅਸੀਂ ਮੰਨਿਆ ਹੋਇਆ, ਮੰਨ ਕੇ ਚੱਲਦੇ। ਮੰਨਣ ਦੇ ਪਿੱਛੇ ਵੀ ਦੋ ਧਾਰਨਾਵਾਂ ਨੇ, ਕਿਉਂਕਿ 26 ਅਕਤੂਬਰ ਨੂੰ ਵਿਜੇ ਦਸ਼ਮੀ ਦੁਸ਼ਹਿਰੇ ਦਾ ਦਿਨ ਸੀ, ਅਤੇ ਇਹ ਮੰਨਿਆ ਜਾਂਦਾ ਹੈ ਕਿ ਉਸ ਦਿਨ ਬਾਬਾ ਬੰਦਾ ਬੈਰਾਗੀ, ਜਿਹੜੇ ਕਿ ਕਿਸੇ ਸਮੇਂ ਰਾਮ ਦੇ ਭਾਰਦਵਾਜ ਦੇ ਘਰ ਪੈਦਾ ਹੋਏ ਲਛਮਣ ਦਾਸ ਸੀ, ਉਹਨਾਂ ਨੇ ਇਸ ਦਿਨ ਲਛਮਣ ਦੇਵ ਤੋਂ ਮਾਧੋ ਦਾਸ ਬਣਨ ਦਾ ਜਿਹੜਾ ਸਫ਼ਰ ਆਰੰਭ ਕੀਤਾ ਸੀ। ਅਤੇ ਇਹ ਬੈਰਾਗੀਆਂ ਦੀ ਪਰੰਪਰਾ ਹੈ ਕਿ ਜਿਸ ਦਿਨ ਕੋਈ ਉਹਨਾਂ ਦੇ ਧਰਮ ਦੇ ਵਿੱਚ ਆਉਂਦਾ ਹੈ
उस दिन उसका जन्म कहा जाता है, उस दिन तो उसका जन्म मनिया जाता है। सो ये उन्हों का जन्म नहीं बल्कि उस मत के आने की तारीख है जिसनों असी जन्म के तौर पर उपर स्थापित किया हो, नहीं तो साढ़े स्रोत कोई नहीं इस चीज़ का। उन्होंने जन्म स्थान के बारे साढ़े ज़्यादा स्रोतों ने जिला पुंछ के पिंड रजौरी मानता दी हुई है, भावें कि नवीनतम इतिहासकारा ने इसके उपर भी काफ़ी किंतु किया है, पर रजौरी जन्म ज़्यादा स्रोतों के आधार के उपर मनिया जा सकता इस करके क्योंकि रजौरी का पहला नाम राजावाड़ी से, और राजावाड़ी नाम जड़ा है वह तुसके जहांगीरी जी जहांगीर की लिखित है वो आता है। तो राजावाड़ी का जिक्र करता जहांगीर कहता है कि इतने हिंदू राजपूतों के मुसलमानों के संबंध चंगे से जोड़े मैं तोड़े ने कि आपस के रिश्ते ना करो। सो एक कारण बनता है कि बाबा बंदा सिंह बहादुर के परिवार के नाल उस इलाके वधीकियां हुई होणगियां, और दूसरी गल कि जदों अप्रैल 1715 गुरदास नंगल की गढ़ी के बाबा बंदा सिंह बहादुर नूं घेरा पैंदा है उस घेरे के भी रजौरी का हाकम शामिल है। ये दो प्रूफ सानू उस रस्ते तक लैके आते हैं कि बाबा बंदा सिंह बहादुर का जन्म स्थान रजौरी मन लिया जाए, ये दो सबूत ने। बाकी साढ़े को जड़े स्थान मने जाते हैं तछल जां पंजाब का इलाका, ये बारे साढ़े को सबूत कोई नहीं। उन्होंने जीवन की घटना, उस घटना का जिक्र सब तो पहला बाबा बंदा सिंह बहादुर के जीवन के डॉक्टर गंडा सिंह होना ने किया। उस घटना असी सारे इतिहासकारी दे विच जां साडी जिहड़ी कथा की शैली है उस परंपरा दे विच असी इस गल दे नाल जोड़ते हैं कि अपने परिवारक किते दे अनुसार एक खेतीबाड़ी करदा परिवार सी, शिकार करना इन्हां दा पेशा सी। इस नौजवान ने शिकार किया। हुण साडे सामने एक होर सवाल पैदा हुंदा है क्योंकि मेरा काम इतिहासकारी है तो छोटे छोटे नुक्ता नगाह ऐसे ने जिन्हां दे उपर सानूं कंसंट्रेट करना पवेगा। वो कंसनट्रेट इस करके करना पवेगा कि जेकर उन्हों का जन्म 1670 का मन लीए तो 3 साल का बच्चा जोड़ा वो शिकार नहीं कर सकता क्योंकि 1673 के जानकी प्रसाद की मौत हो गई है। जोड़ा उन्होंने शिकार किया हिरनी का शिकार, उसमें असी लार्ज गेम कहने, अज भी तुम कितने विदेशों के जाओ तो हिरनी का शिकार लार्ज गेम हों क्योंकि हिरन की अपनी दौड़ बड़ी होंगी है, तो हिरन का शिकार करने के वास्ते बंदा तीर अंदाज भी चंगा चाहिए तो घोड़सवार भी चंगा चाहिए, 3 साल के बच्चे के वास की गल है। सो हुण सानू थोड़ा पिछे आना पवेगा डॉक्टर सोहन सिंह होना की लिखी अंग्रेजी की किताब बंदा द ब्रेव, जिहड़े कहिंदे ने कि बंदा सिंह बहादुर का जन्म पहला हो चुकिया सी ते जिस वेले उन्होंने शिकार किया उस समय उन्होंने उम्र 11 साल के करीब सी। बंदा सिंह बहादुर असी गल लक्ष्मण देव तो शुरू करांगे बचपन के नाम तो, 11 साल की उम्र के शिकार किया, हिरनी का शिकार मास वास्ते किया। हिरन का शिकार भी 2 तरीकों वास्ते किया जाता है। एक शिकार किया जाता है मिर्ग के जिहड़ी कस्तूरी है उसनों कढ़न दे वास्ते, जिहड़ा मिर्ग के कस्तूरी कढ़न दे वास्ते शिकार किया जाता उस दे विच मिर्ग नूं मारिया नहीं जाता, मिर्ग नूं कंडे हेड़े दे राग दे सदका उसके कोल बुलाया जाता जिस दे अनेक प्रमाण सानू गुरबाणी दे विच भी मिल जाणगे कि मिर्ग जिहड़ा है वह राग दे उपर मोहित होकर किस तरह आ जाता है। दूसरा शिकार किया जाता उसके मास दे वास्ते, जिहड़ा शिकार लक्ष्मण देव ने किया कस्तूरी वास्ते नहीं किया वह मास दे वास्ते किया, उसका पेट चाक किया। इतिहासक स्रोत दसते ने कि वह मादा हिरन सी, गर्भवती सी, इस 11 साल के बच्चे के सामने उसके पेट के विचों 2 छोटे छोटे बच्चे निकले तो उसदियां अखां के सामने तड़फ तड़फ के मर गए। हुण 3 मौतां वह बच्चा अपने सामने वेख रहा है, एक तो उसने हिरनी नूं तीर मारिया, हिरनी जख्मी होकर डिगी है, उस तो बाद हिरनी का पेट चाक करता है, माँ की मौत होंदी है, तो फिर उस माँ की गोद के विच उसके 2 बच्चों की मौत होंदी है। मन पचाट हो गया, तीर तोड़ दिते, खंजर सुट दिता जिहड़ी उत्थे नेड़े नदी वगदी, अज भी उसनों हिरनी नदी कहा जाता है उसे नाम के उपर, कितें तुहानू उस इलाके च जाण दा मौका मिले ते तीर तोड़ दिते, कमान तोड़ दिता, खंजर सुट दिता। कह सकते हैं कि बच्चा शिकार वास्ते गया सी पर मनोरोगी होकर घर आ गया। अज भी जिहड़े मनोरोगी ने हुण तां थोड़ी थोड़ी साडे च चेतनता आ रही है, पर अक्सर मनोरोगी का इलाज जे असी 10-15 साल पिछे चले जाइए ना
ਅਸੀਂ ਦਵਾਈਆਂ ਨਹੀਂ ਸੀ ਦਿੰਦੇ ਕਿਉਂਕਿ ਜ਼ਿਆਦਾਤਰ ਸਾਨੂੰ ਸਾਈਕੋਲੋਜਿਸਟ ਜਾਂ ਸਾਈਕੈਟ੍ਰਿਕ ਦਾ ਪਤਾ ਨਹੀਂ ਸੀ ਹੁੰਦਾ। ਅਸੀਂ ਅਕਸਰ ਉਹਨੂੰ ਬਾਬਿਆਂ ਦੇ ਕੋਲ ਲੈ ਕੇ ਤੁਰ ਪੈਂਦੇ ਸੀ ਕਿ ਮਨੋਰੋਗੀ ਹੈ, ਕਿਸੇ ਜੰਤਰ ਮੰਤਰ ਵਾਲੇ ਦੇ ਕੋਲ, ਕਿਸੇ ਟੂਣੇ ਟਾਮਾਣੇ ਵਾਲੇ ਦੇ ਕੋਲ, ਕਿਸੇ ਵਹਿਮਾਂ ਭਰਮਾਂ ਵਾਲੇ ਬਾਬੇ ਦੇ ਕੋਲ ਲੈ ਕੇ ਚਲੇ ਜਾਣਾ। ਮਾਂ ਨੇ ਵੀ ਆਪਣੇ ਬੱਚੇ ਦੀ ਇਸ ਮਨੋਰੋਗ ਦੀ ਦਸ਼ਾ ਨੂੰ ਤੱਕ ਕੇ ਬੜੇ ਬਾਬਿਆਂ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ, ਪਰ ਬੱਚੇ ਦੀ ਇਸ ਮਨੋਰੋਗ ਦੀ ਦਸ਼ਾ ਦੇ ਵਿੱਚ ਕੋਈ ਸੁਧਾਰ ਨਾ ਹੋਇਆ। ਅਖੀਰ ਉਸ ਇਲਾਕੇ ਦੇ ਵਿੱਚ ਵੈਰਾਗੀਆਂ ਦਾ ਬੜਾ ਪ੍ਰਚਾਰ ਸੀ। ਹੁਣ ਜਿਹੜਾ ਵੈਰਾਗੀਆਂ ਦਾ ਪ੍ਰਚਾਰ ਹੈ, ਇਹਦੇ ਵਾਸਤੇ ਜੇਕਰ ਤੁਸੀਂ 1620 'ਚ ਚਲੇ ਜਾਓ ਅਤੇ ਜਿਹੜਾ ਸ਼੍ਰੀ ਚੰਦ ਹੈ, ਗੁਰੂ ਨਾਨਕ ਸਾਹਿਬ ਦਾ ਬੇਟਾ, ਉਹਨੇ ਵੀ ਉਸ ਇਲਾਕੇ ਦੇ ਵਿੱਚ ਕਾਫੀ ਭ੍ਰਮਣ ਕੀਤਾ, ਇਸਦਾ ਸਾਨੂੰ ਪ੍ਰਮਾਣ ਇਤਿਹਾਸ 'ਚ ਮਿਲਦੇ ਨੇ। ਇਹਦਾ ਮਤਲਬ ਕਿ ਉਹਨਾਂ ਇਲਾਕਿਆਂ ਦੇ ਵਿੱਚ ਵੈਰਾਗੀ ਅਤੇ ਉਦਾਸੀ ਪ੍ਰਚਾਰ ਵਾਸਤੇ ਨਿਕਲਦੇ ਸੀ ਅਤੇ ਵੈਰਾਗੀਆਂ ਦੀਆਂ ਅਖਾੜਿਆਂ ਦੇ ਵਿੱਚ ਆਪਣੀਆਂ ਬਹੁਤ ਲੜਾਈਆਂ ਹੁੰਦੀਆਂ ਸੀ, ਅਖਾੜਿਆਂ ਦੇ ਉੱਪਰ, ਕਬਜ਼ੇ ਦੇ ਉੱਪਰ। ਔਰ ਉਹ ਜਿਹੜੀਆਂ ਲੜਾਈਆਂ ਹੁੰਦੀਆਂ ਸੀ ਆਪਣੇ ਆਪਣੇ ਅਖਾੜੇ ਦੇ ਉੱਪਰ ਕਬਜ਼ਾ ਕਰਨ ਦੇ ਵਾਸਤੇ, ਉਹਨਾਂ ਸਮਿਆਂ ਦੇ ਵਿੱਚ ਇਹ ਜਿਹੜੇ ਵੈਰਾਗੀ ਸੀ ਇਹ ਵੀ ਤੀਰ ਅੰਦਾਜ਼ੀ ਦੇ ਮਾਹਰ ਹੋਇਆ ਕਰਦੇ ਸੀ। ਖੈਰ, ਜਾਨਕੀ ਪ੍ਰਸਾਦ ਇਸ ਪਿੰਡ ਦੇ ਵਿੱਚ ਆਇਆ। ਮਾਂ ਆਪਣੇ ਬੱਚੇ ਨੂੰ ਲੈ ਕੇ ਕੋਲ ਗਈ ਕਿ ਤੁਸੀਂ ਪਹੁੰਚੇ ਹੋਏ ਸਾਧੂ ਲੱਗਦੇ ਹੋ, ਤੁਹਾਡੇ ਕੋਲ ਗਿਆਨ ਹੈ। ਮੇਰਾ ਬੱਚਾ ਇਸ ਅਵਸਥਾ ਦੇ ਵਿੱਚ ਹੈ ਕਿ ਸਾਰਾ ਦਿਨ ਚੁੱਪ ਰਹਿੰਦਾ ਹੈ, ਮਨੋਰੋਗ ਦੀ ਅਵਸਥਾ। ਜਾਨਕੀ ਪ੍ਰਸਾਦ ਨੇ ਕਿਹਾ ਕਿ ਬੱਚਾ ਸਾਨੂੰ ਦੇ ਦਿਓ। ਜਾਨਕੀ ਪ੍ਰਸਾਦ ਉਸ ਬੱਚੇ ਨੂੰ ਨਾਲ ਲੈ ਕੇ ਆਪਣੇ ਮੂਲ ਡੇਰੇ ਰਾਮ ਥੰਮਣ ਲੈ ਗਏ। ਹੁਣ ਖਿਆਲ ਕਰੋ, ਇੱਥੋਂ ਬੰਦਾ ਸਿੰਘ ਬਹਾਦਰ ਦਾ ਸਿੱਖ ਧਰਮ ਦੇ ਨਾਲ ਜੁੜਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਉਦੋਂ ਉਹ ਲਛਮਣ ਦੇਵ ਹੈ, ਵੈਰਾਗੀਆਂ ਦੀ ਪ੍ਰਥਾ ਦੇ ਮੁਤਾਬਕ ਉਸਦਾ ਨਾਮਕਰਣ ਕੀਤਾ ਜਾਂਦਾ ਹੈ, ਮਾਧੋ ਦਾਸ ਉਸਨੂੰ ਵੈਰਾਗੀ ਬਣਾ ਲਿਆ ਜਾਂਦਾ ਅਤੇ ਉਹਨੂੰ ਲਿਜਾਇਆ ਜਾਂਦਾ ਹੈ ਰਾਮ ਥੰਮਣ, ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਵਿੱਚ। ਅਤੇ ਜਿਹੜਾ ਰਾਮ ਥੰਮਣ ਹੈ ਉਹ ਗੁਰੂ ਨਾਨਕ ਸਾਹਿਬ ਦੀ ਮਾਸੀ ਲੱਖੋ ਦਾ ਸਪੁੱਤਰ ਸੀ, ਜਿਹਦੀ ਯਾਦ ਦੇ ਵਿੱਚ ਉੱਥੇ ਅੱਜ ਵੀ ਡੇਰਾ ਬਣਿਆ ਹੋਇਆ ਅਤੇ ਉਹਦੇ ਡੇਰੇ ਦਾ ਮੁਖੀ ਸੀ ਜਾਨਕੀ ਪ੍ਰਸਾਦ। ਇਸ ਦਾ ਮਤਲਬ ਕਿ ਕਿਤੇ ਨਾ ਕਿਤੇ ਉੱਥੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਚਾਨਣ ਸੀ ਅਤੇ ਇਹ 11-12 ਸਾਲ ਦਾ ਨੌਜਵਾਨ ਜਾਨਕੀ ਪ੍ਰਸਾਦ ਦੇ ਡੇਰੇ ਦੇ ਵਿੱਚ ਰਿਹਾ। ਉੱਤੋਂ ਅਗਲੇ ਸਾਲ ਵਿਸਾਖੀ ਦਾ ਮੇਲਾ ਲੱਗਦਾ ਸੀ ਅਤੇ ਮੇਲਿਆਂ ਦੇ ਉੱਪਰ ਅੱਜ ਵਰਗਾ ਮਾਹੌਲ ਨਹੀਂ ਸੀ ਹੁੰਦਾ। ਵੱਖ ਵੱਖ ਥਾਵਾਂ ਤੋਂ ਵੈਰਾਗੀਆਂ ਅਤੇ ਉਦਾਸੀਆਂ ਦੀਆਂ ਮੰਡਲੀਆਂ ਆਉਂਦੀਆਂ ਸੀ ਅਤੇ ਧਰਮ ਦੀ ਚਰਚਾ ਕਰਦੀਆਂ ਸੀ। ਤੁਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਜਿੰਨੀਆਂ ਵੀ ਗੋਸ਼ਟਾਂ ਵੇਖੋਗੇ, ਚਾਹੇ ਅਚਲ ਬਟਾਲੇ ਦੀ ਗੋਸ਼ਟ ਹੈ, ਉਹ ਕਿਸੇ ਨਾ ਕਿਸੇ ਮੇਲੇ ਦੇ ਉੱਪਰ ਹੁੰਦੀ ਸੀ। ਕਿਸੇ ਨਾ ਕਿਸੇ ਦਿਨ ਨੂੰ ਮਿੱਥ ਕੇ ਉਸ ਜਗ੍ਹਾ 'ਤੇ ਪਹੁੰਚਿਆ ਜਾਂਦਾ ਸੀ। ਇੱਥੇ ਇੱਕ ਉਦਾਸੀਆਂ ਦਾ ਗੁਰੂ ਆਇਆ, ਉਹਦੀ ਔਰ ਜਾਨਕੀ ਪ੍ਰਸਾਦ ਦੀ ਆਪਸ ਦੇ ਵਿੱਚ ਚਰਚਾ ਹੋਈ ਹੈ। ਹੁਣ ਇਹ ਜਿਹੜਾ ਗੁਰੂ ਹੈ ਉਸਦੇ ਕੋਲ ਗਿਆਨ ਬਹੁਤ ਹੈ। ਇਹਦਾ ਨਾਂ ਹੈ ਸਮਰੱਥ ਰਾਮਦਾਸ। ਸਮਰੱਥ ਰਾਮਦਾਸ ਦੀ ਅਤੇ ਜਾਨਕੀ ਪ੍ਰਸਾਦ ਦੀ ਆਪਸ ਦੇ ਵਿੱਚ ਚਰਚਾ ਹੋਈ। ਇਹ ਜਿਹੜਾ ਮਾਧੋ ਦਾਸ ਹੈ ਇਹ 12 ਸਾਲ ਦੀ ਉਮਰ ਦੇ ਵਿੱਚ ਬੈਠਾ ਉਸ ਚਰਚਾ ਨੂੰ ਸੁਣ ਰਿਹਾ ਹੈ। ਉਸ ਚਰਚਾ ਦੇ ਵਿੱਚ ਇਹਦਾ ਗੁਰੂ ਜਾਨਕੀ ਪ੍ਰਸਾਦ ਹਾਰ ਗਿਆ, ਸਮਰੱਥ ਰਾਮਦਾਸ ਜਿੱਤ ਗਿਆ। ਹੁਣ ਕੁਦਰਤੀ ਬੱਚੇ ਦੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਇਆ ਕਿ ਜੇਕਰ ਮੈਂ ਘਰ ਦਾ ਤਿਆਗ ਹੀ ਕਰਨਾ ਹੈ ਤਾਂ ਕਿਉਂ ਨਾ ਫਿਰ ਮੈਂ ਉਸ ਗੁਰੂ ਦਾ ਚੇਲਾ ਬਣਾ ਜਿਸ ਦੇ ਕੋਲ ਗਿਆਨ ਜ਼ਿਆਦਾ ਹੈ। ਹੁਣ ਅਗਲੀ ਗੱਲ ਫਿਰ ਆ ਜਾਂਦੀ ਹੈ ਕਿ ਰਾਮਦਾਸ ਸਮਰੱਥ ਦੇ ਕੋਲ ਇੰਨਾ ਗਿਆਨ ਕਿਵੇਂ ਆਇਆ। ਹੁਣ ਸਮਰੱਥ ਰਾਮਦਾਸ ਜਿਹੜਾ ਹੈ ਉਹਦੇ ਜੀਵਨ ਦੀ ਇੱਕ ਮਰਾਠੀ ਭਾਸ਼ਾ ਦੀ ਕਿਤਾਬ ਹੈ, ਹੇਮੰਤ ਸਵਾਮੀ ਦੀ ਲਿਖੀ ਹੋਈ ਕਿਤਾਬ ਦਾ ਨਾਮ ਹੈ ਭੱਖਰ ਸਵਾਮੀ ਰਾਮਦਾਸ। ਮਰਾਠੀ ਭਾਸ਼ਾ ਦੇ ਵਿੱਚ ਖਬਰਾਂ ਦੇ ਸੰਗ੍ਰਹਿ ਨੂੰ ਭੱਖਰ ਕਿਹਾ ਜਾਂਦਾ। ਉਸ ਦੇ ਵਿੱਚ ਉਹਨਾਂ ਦੇ ਜੀਵਨ ਦੀਆਂ ਖਬਰਾਂ ਨੇ ਅਤੇ ਉਹ ਸਾਡੇ ਕੋਲ ਇਤਿਹਾਸ ਦਾ ਪਹਿਲਾ ਸਰੋਤ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਮਰੱਥ ਰਾਮਦਾਸ ਦੇ ਕੋਲ ਇੰਨਾ ਗਿਆਨ ਕਿੱਥੋਂ ਆਇਆ। ਆਪ ਨੂੰ ਯਾਦ ਹੋਵੇਗਾ ਯੂਪੀ ਦੇ ਵਿੱਚ ਨਾਨਕ ਮੱਤਾ ਸਾਹਿਬ ਅਸਥਾਨ, ਅਤੇ ਨਾਨਕ ਮੱਤਾ ਸਾਹਿਬ ਤੋਂ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵਾਪਸ ਪੰਜਾਬ ਨੂੰ ਆ ਰਹੇ ਨੇ ਅਤੇ ਜਿਹੜਾ ਗੜਵਾਲ ਵਾਲਾ ਸ਼੍ਰੀਨਗਰ ਹੈ ਇੱਥੇ ਮੁਲਾਕਾਤ ਹੋਈ ਹੈ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਔਰ ਸਵਾਮੀ ਰਾਮਦਾਸ ਦੀ 1631 ਦੇ ਵਿੱਚ। ਅਤੇ ਉੱਥੇ ਉਸਨੇ ਸਵਾਲ ਕੀਤਾ ਸੀ ਕਿ ਇਹ ਕੌਣ ਨੇ, ਆਪਣੇ ਚੇਲੇ ਨੂੰ ਪੁੱਛਦਾ ਇਹ ਕੌਣ ਨੇ। ਉਸਨੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਚੱਲੇ ਆ ਰਹੇ ਸਿੱਖਾਂ ਨੂੰ ਪੁੱਛ ਕੇ ਜਵਾਬ ਦਿੱਤਾ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ, ਕਹਿੰਦਾ ਮੈਂ ਮਿਲਣਾ ਚਾਹੁੰਦਾ। 6ਵੇਂ ਪਾਤਸ਼ਾਹ ਨੂੰ ਆ ਕੇ ਮਿਲਿਆ ਅਤੇ ਇੱਕ ਇਸਨੇ ਸਵਾਲ ਕੀਤਾ 6ਵੇਂ ਪਾਤਸ਼ਾਹ ਨੂੰ। ਹੁਣ ਉਸ ਸਵਾਲ ਦੇ ਵਿੱਚ ਇੱਕ ਬਹੁਤ ਗੂੜੀ ਗੱਲ ਹੈ, ਬੜੀ ਡੂੰਘੀ ਗੱਲ ਹੈ, ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸਨੇ ਸਵਾਲ ਕੀਤਾ 6ਵੇਂ ਪਾਤਸ਼ਾਹ ਨੂੰ ਸਮਰੱਥ ਰਾਮਦਾਸ ਨੇ, ਕਹਿੰਦਾ ਕਿ ਗੁਰੂ ਨਾਨਕ ਨੇ ਤਾਂ ਸੰਸਾਰ ਦਾ ਤਿਆਗ ਕੀਤਾ ਸੀ, ਤੁਸੀਂ ਸ਼ਸਤਰਧਾਰੀ ਸੂਰਮੇ ਹੋ,
ਤੁਸੀਂ ਆਪਣੇ ਨਾਲ ਕਿਰਪਾਨ ਧਾਰੀ ਤੇਗਬੰਦ ਸੂਰਮੇ ਲੈ ਕੇ ਫਿਰ ਰਹੇ ਹੋ, ਗੁਰੂ ਨਾਨਕ ਸਾਹਿਬ ਨੇ ਤੇ ਸੰਸਾਰ ਦਾ ਤਿਆਗ ਕੀਤਾ ਸੀ। ਹੁਣ ਇਹ ਸਵਾਲ ਕੋਈ ਸਾਡੇ ਸਾਹਮਣੇ ਵੀ ਕਵੇ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਸ਼ਬਦਾਂ ਦੀ ਜਿਹੜੀ ਡੂੰਘਾਈ ਅਸੀਂ ਸਮਝ ਨਹੀਂ ਸਕਾਂਗੇ। ਪਰ ਛੇਵੇਂ ਪਾਤਸ਼ਾਹ ਦੇ ਜਵਾਬ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਿਓ। ਛੇਵੇਂ ਪਾਤਸ਼ਾਹ ਕਹਿੰਦੇ ਨੇ, ਸਮਰੱਥ ਰਾਮਦਾਸ ਤੈਨੂੰ ਇਲਮ ਨਹੀਂ, ਤੈਨੂੰ ਸੱਚਾਈ ਦਾ ਪਤਾ ਨਹੀਂ। ਗੁਰੂ ਨਾਨਕ ਸਾਹਿਬ ਨੇ ਸੰਸਾਰ ਦਾ ਨਹੀਂ ਬਲਕਿ ਸੰਸਾਰ ਦੇ ਵਿੱਚ ਰਹਿੰਦਿਆਂ ਮਾਇਆ ਦਾ ਤਿਆਗ ਕੀਤਾ ਸੀ। ਇਹ ਗੱਲ ਸਮਝਣ ਵਾਲੀ। ਉਹਦਾ ਸਵਾਲ ਹੈ ਕਿ ਗੁਰੂ ਨਾਨਕ ਨੇ ਸੰਸਾਰ ਦਾ ਤਿਆਗ ਕੀਤਾ ਸੀ, ਤੁਸੀਂ ਸ਼ਸਤਰ ਪਹਿਨੇ ਨੇ, ਅਤੇ ਛੇਵੇਂ ਪਾਤਸ਼ਾਹ ਕਹਿੰਦੇ ਨੇ ਸਮਰੱਥ ਰਾਮਦਾਸ ਤੇਰੇ ਕੋਲ ਗਿਆਨ ਦੀ ਘਾਟ ਹੈ, ਤੂੰ ਗੱਲ ਨੂੰ ਸਮਝ ਨਹੀਂ ਸਕਿਆ। ਗੁਰੂ ਨਾਨਕ ਸਾਹਿਬ ਨੇ ਸੰਸਾਰ ਦਾ ਨਹੀਂ ਬਲਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੀ ਮਾਇਆ ਦਾ ਤਿਆਗ ਕੀਤਾ ਸੀ। ਇਹੀ ਸਾਡਾ ਸਿੱਖੀ ਦਾ ਅਸੂਲ ਹੈ, ਅੰਜਨ ਮਹਿ ਨਿਰੰਜਨ ਰਹੀ। ਅੰਜਨ ਮਾਇਆ ਹੈ, ਨਿਰੰਜਨ ਮਾਇਆ ਤੋਂ ਰਹਿਤ, ਕਿ ਮਾਇਆ ਵੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਰੂਹਾਨੀਅਤ ਦੇ ਨਾਲ ਜੁੜੇ ਰਹਿਣਾ ਅਤੇ ਮਾਇਆਤ ਨੂੰ ਛੱਡ ਦੇਣਾ, ਰਬਾਨੀਅਤ ਅਤੇ ਰੂਹਾਨੀਅਤ ਨੂੰ ਅਪਣਾ ਲੈਣਾ, ਇਹ ਤਾਂ ਗੁਰੂ ਸਾਹਿਬ ਦਾ ਉਪਦੇਸ਼ ਹੈ। ਫਿਰ ਉਸਦਾ ਅਗਲਾ ਸਵਾਲ ਹੈ, ਤੁਸੀਂ ਸ਼ਸਤਰ ਕਿਉਂ ਪਹਿਨੇ ਨੇ? ਅਤੇ ਗੁਰਦੇਵ ਪਾਤਸ਼ਾਹ ਦਾ ਜਵਾਬ ਤੁਸੀਂ ਸਾਰੇ ਤਕਰੀਬਨ ਸਿੱਖ ਸਰੋਤਾਂ ਦੇ ਵਿੱਚ ਪੜ੍ਹਿਆ ਹੋਵੇਗਾ, ਸ਼ਸਤਰਨ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ। ਇਹ ਸ਼ਸਤਰ ਨਾ ਤਾਂ ਵਿਖਾਵੇ ਵਾਸਤੇ ਨੇ, ਨਾ ਕਿਸੇ ਨੂੰ ਡਰਾਉਣ ਦੇ ਵਾਸਤੇ ਨੇ, ਨਾ ਕਿਸੇ ਨੂੰ ਧਮਕਾਉਣ ਦੇ ਵਾਸਤੇ ਨੇ। ਇਹਨਾਂ ਸ਼ਸਤਰਾਂ ਨੂੰ ਪਹਿਨਣ ਦਾ ਪ੍ਰਯੋਜਨ ਤਾਂ ਇੰਨਾ ਹੈ ਕਿ ਗਰੀਬ ਦੀ ਰੱਖਿਆ ਕਰਨੀ ਅਤੇ ਜ਼ਾਲਮ ਜਿਹੜਾ ਜ਼ਲਮ ਹੈ, ਜ਼ੁਲਮ ਕਰਨ ਵਾਲਾ, ਉਸ ਨੂੰ ਦੰਡ ਦੇਣਾ। ਇਹੀ ਸਾਡੀ ਸਿੱਖ ਮਰਿਆਦਾ ਦੇ ਵਿੱਚ ਸ਼ਸਤਰ ਦੀ ਪਰੰਪਰਾ ਹੈ। ਇਹ ਨਾ ਕਿਸੇ ਨੂੰ ਡਰਾਉਣ ਦੇ ਵਾਸਤੇ ਨੇ, ਨਾ ਕਿਸੇ ਨੂੰ ਧਮਕਾਉਣ ਦੇ ਵਾਸਤੇ। ਉਸ ਸਮੇਂ ਮਰਾਠੀ ਭਾਸ਼ਾ ਦੇ ਵਿੱਚ ਇਹਦਾ ਜਵਾਬ ਦਿੱਤਾ ਹੈ ਸਵਾਮੀ ਰਾਮਦਾਸ ਨੇ, ਕਹਿੰਦਾ ਇਹਾਂ ਬਾਤ ਮੇਰੇ ਮਨ ਭਾਵਦੀ ਹੈ, ਕਿ ਤੁਹਾਡੀ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਹੈ ਕਿ ਕਿਤੇ ਵੀ ਜ਼ੁਲਮ ਨੂੰ ਬਚਾਉਣ ਦੇ ਵਾਸਤੇ ਅਤੇ ਜ਼ਾਲਮ ਨੂੰ ਦਬਾਉਣ ਦੇ ਵਾਸਤੇ ਸ਼ਸਤਰ ਦੀ ਲੋੜ ਹੁੰਦੀ ਹੈ। ਔਰ ਇਹੀ ਪਰਿਭਾਸ਼ਾ ਉਸਨੇ ਜਾ ਕੇ ਸ਼ਿਵਾਜੀ ਮਰਾਠੇ ਨੂੰ ਦੱਸੀ ਹੈ। ਇਹ ਜਿਹੜਾ ਸਵਾਮੀ ਰਾਮਦਾਸ ਹੈ, ਸ਼ਿਵਾਜੀ ਮਰਾਠੇ ਦਾ ਧਾਰਮਿਕ ਗੁਰੂ ਸੀ। ਹੁਣ ਤੁਸੀਂ ਵੇਖੋ, ਇਹਦਾ ਮਤਲਬ ਇਹ ਕਿ ਬੰਦਾ ਬਹਾਦਰ ਦਾ ਜਨਮ ਦੇ ਵੇਲੇ ਲਛਮਣ ਦੇਵ ਤੋਂ ਮਾਧੋ ਦਾਸ ਬਣਾਉਣ ਵਾਲਾ ਗੁਰੂ ਜਾਨਕੀ ਪ੍ਰਸਾਦ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਜਾਣਦਾ ਹੈ, ਅਤੇ ਜਿਹੜਾ ਉਸਦਾ ਬਾਅਦ ਦੇ ਵਿੱਚ ਗੁਰੂ ਬਣਿਆ ਸਮਰੱਥ ਰਾਮਦਾਸ, ਜਿਸ ਦੇ ਨਾਲ ਇਹ ਜਿਹੜਾ ਮਾਧੋ ਦਾਸ ਹੈ ਇਹ ਚਲਾ ਗਿਆ ਪੰਚਵਟੀ ਦੇ ਸਥਾਨ 'ਤੇ ਨੰਦੇੜ, ਉਹ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਜਾਣੂ ਹੈ। ਤੀਸਰੀ ਗੱਲ, ਇਹ ਘਟਨਾ 1674 ਦੀ ਹੈ। ਜਦੋਂ ਸਵਾਮੀ ਰਾਮਦਾਸ ਦੇ ਨਾਲ ਜਾਣ ਤੋਂ ਬਾਅਦ ਇਹ ਵਾਪਸ ਪੰਜਾਬ ਦੇ ਇਲਾਕੇ ਦੇ ਵਿੱਚ ਆਇਆ, ਅਤੇ ਤੁਹਾਨੂੰ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਦੀ ਲਿਖੀ ਹੋਈ, ਉਹਦਾ ਜੇਕਰ ਤੁਹਾਨੂੰ ਸਭ ਤੋਂ ਪਹਿਲਾ ਖਰੜਾ ਜਾਂ ਉਸ ਤੋਂ ਬਾਅਦ ਜਿਹੜਾ 1882 ਤੋਂ 87 ਦੇ ਵਿੱਚ ਛਪਿਆ ਹੈ ਉਹਨੂੰ ਪੜ੍ਹਨ ਦਾ ਮੌਕਾ ਮਿਲੇ, ਅਤੇ ਤੁਹਾਨੂੰ ਇੱਕ ਸਬੂਤ ਉਹਦੇ ਵਿੱਚੋਂ ਹੋਰ ਮਿਲੇਗਾ, ਉਹ ਇਹ ਹੈ ਕਿ ਅਨੰਦਪੁਰ ਸਾਹਿਬ ਵੈਰਾਗੀਆਂ ਦਾ ਇੱਕ ਟੋਲਾ ਆਇਆ। ਇਹ ਜਿਹੜੀ ਘਟਨਾ ਹੈ, ਇਹ ਘਟਨਾ 1690 ਦੀ। ਅਨੰਦਪੁਰ ਸਾਹਿਬ ਵੈਰਾਗੀਆਂ ਦਾ ਇੱਕ ਟੋਲਾ ਆਇਆ, ਅਤੇ ਉਹਨਾਂ ਵੈਰਾਗੀਆਂ ਦਾ ਮੁਖੀ ਮਾਧੋ ਦਾਸ ਤੀਰ ਅੰਦਾਜ਼ੀ ਦੇ ਵਿੱਚ ਬੜਾ ਮਾਹਰ ਸੀ। ਇਸ ਦਾ ਮਤਲਬ ਕਿ ਮਾਧੋ ਦਾਸ ਜਿਸ ਵੇਲੇ ਉਦਾਸੀ ਬਣਿਆ ਸੀ, ਉਸ ਵੇਲੇ ਵੀ ਗੋਬਿੰਦ ਰਾਏ, ਜਿਹੜੇ ਉਦੋਂ ਗੋਬਿੰਦ ਰਾਏ ਨੇ, ਗੁਰੂ ਗੋਬਿੰਦ ਸਿੰਘ ਨਹੀਂ ਬਣੇ, 1690 ਦੇ ਵਿੱਚ ਉਦੋਂ ਇੱਕ ਮੁਲਾਕਾਤ ਹੋ ਚੁੱਕੀ ਹੈ। ਅਗਲੀ ਗੱਲ, ਅਗਲੇਰੀ ਮੁਲਾਕਾਤ ਦੀ ਗੱਲ, ਇਸ ਦਾ ਜ਼ਿਕਰ ਆਉਂਦਾ ਹੈ ਸਰੂਪ ਸਿੰਘ ਕੌਸ਼ਿਸ਼ ਦੀਆਂ ਭੱਟ ਵਈਆਂ ਦੇ ਵਿੱਚ, ਜਿਨ੍ਹਾਂ ਦਾ ਆਧਾਰ ਜਿਹੜਾ ਭੱਟ ਅੱਖਰੀ ਹੈ। ਉਹਦੇ ਵਿੱਚ ਅਗਲੀ ਮੁਲਾਕਾਤ ਦਾ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਰਾਇਣੇ ਦੇ ਸਥਾਨ ਦੇ ਉੱਪਰ ਦਾਦੂ ਰਾਮ ਦੀ ਕਬਰ ਦੇ ਉੱਪਰ ਜਿਹੜੀ ਘਟਨਾ ਵਾਪਰਦੀ ਹੈ, ਅਤੇ ਉਦੋਂ ਜੈਤ ਰਾਮ ਨੂੰ ਮਿਲਦੇ ਨੇ, ਅਤੇ ਜੈਤ ਰਾਮ ਜਦੋਂ ਗੁਰੂ ਸਾਹਿਬ ਨੂੰ ਕਹਿੰਦਾ ਹੈ ਕਿ ਤੁਸੀਂ ਪੰਚਵਟੀ ਦੇ ਸਥਾਨ ਦੇ ਅੱਗੇ ਨਾ ਜਾਇਓ ਕਿਉਂਕਿ ਉੱਥੇ ਇੱਕ ਮਾਧੋ ਦਾਸ ਨਾਮ ਦਾ ਜੋਗੀ ਰਹਿੰਦਾ ਹੈ ਜਿਹੜਾ ਆਏ ਗਏ ਅਭਿਆਗਤ ਦੀ ਬੇਇੱਜ਼ਤੀ ਕਰਦਾ ਹੈ, ਅਤੇ ਉੱਥੇ ਗੁਰੂ ਸਾਹਿਬ ਦਾ ਜਵਾਬ ਹੈ ਅਸੀਂ ਮਾਧੋ ਦਾਸ ਨੂੰ ਕਨਖਲ ਵਿਖੇ ਪਹਿਲਾਂ ਵੀ ਮਿਲ ਚੁੱਕੇ ਹਾਂ। ਇਹਦਾ ਮਤਲਬ ਮੁਲਾਕਾਤ ਕਨਖਲ ਵੀ ਹੋ ਚੁੱਕੀ ਹੈ, ਅਤੇ ਕਨਖਲ ਗੁਰੂ ਸਾਹਿਬ ਕਦੋਂ ਆਏ ਸੀ? ਹਰਿਦੁਆਰ ਦੇ ਕੋਲ, ਜਦੋਂ ਗੁਰੂ ਸਾਹਿਬ ਡੇਰਾਦੂਨ ਮਸੰਦਾਂ ਨੂੰ ਸੋਧਣ ਤੋਂ ਬਾਅਦ ਵਾਪਸ ਆ ਰਹੇ ਸੀ। ਉਹਨਾਂ ਸਰੋਤਾਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਨਖਲ ਰੁਕੇ, ਅਤੇ ਉਸ ਅਸਥਾਨ ਦੇ ਉੱਪਰ ਇੱਕ ਵੈਰਾਗੀਆਂ ਦੇ ਮੁਖੀ ਦੇ ਨਾਲ ਗੁਰੂ ਸਾਹਿਬ ਦੀ ਵਾਰਤਾਲਾਪ ਹੋਈ। ਸੋ ਇਹ ਚਾਰ ਇਤਿਹਾਸ ਦੇ ਸਾਡੇ ਕੋਲ ਅਹਿਮ ਸਬੂਤ ਨੇ ਕਿ 11 ਸਾਲ ਦੀ ਉਮਰ ਦੇ ਵਿੱਚ ਘਰ ਛੱਡਣ ਤੋਂ ਬਾਅਦ ਇਹ ਮਾਧੋ ਦਾਸ ਵੈਰਾਗੀ ਜਿੱਥੇ ਜਿੱਥੇ ਵੀ ਰਿਹਾ ਕਿਤੇ ਨਾ ਕਿਤੇ ਸਿੱਖ ਵਿਚਾਰਧਾਰਾ ਦੇ ਨਾਲ ਜੁੜਿਆ ਰਿਹਾ। ਇਹ ਮੈਂ ਗੱਲ ਇਸ ਕਰਕੇ ਸਾਂਝੀ ਕੀਤੀ ਹੈ ਕਿ ਇਹ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਲੋਕ ਅੱਜ ਵੀ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲ ਕਰਦੇ ਨੇ
कि उन्हें एक हिंदू वैरागी होण दे रूप दे विच सिखां दे गुरु दे बच्चियां दी शहादत दा बदला लिया। ये उन्हां नूं दसण दी लोड़ है कि वह पहला ही गुरु की विचारधारा तो जाणू सी। दूसरी गल, जदों गुरु साहब दमदमा साहब तलवंडी तो तुरदे ने दखण दे वास्ते, तां उस वेले एक सिखां ने सवाल किया कि दखण सी क्यों जा रहे हैं, तो पातशाह का जिहड़ा जवाब है उहनूं समझण दी लोड़। पातशाह कहिंदे ने दक्खण भी असानू प्यारा है, उत्थे कई काम सवरणगे। इहदा मतलब गुरु साहब नूं पता है कि अगला जिहड़ा प्रोग्राम है वह किवें तैयार होना है ते कित्थों तैयार होना है। खैर, यह माधोदास नां दा वैरागी, मैं एक बेनती इहदे नाल होर भी कर दिया, माधोदास जदों अपने घर विच लक्ष्मण देव तो माधोदास बनिया जानकी प्रसाद दे कोल आ गए तो वह वैरागी सी। वैरागियां तो बाद जदों उह समर्थ रामदास दा चेला बन गया तो वह उदासी बन गया। तो जदों 1683 विच समर्थ रामदास की मौत हो गई तो उस वेले माधोदास ने अपना गुरु बना लिया औगड़नाथ नूं। औगड़नाथ जोगी सी। तो मैं उन्हां लोकां नूं इस गल्ल च जवाब देना चाहुंदा जिहड़े कहिंदे बंदा वैरागी, कि जदों गुरु गोबिंद सिंह महाराज नूं बंदा सिंह बहादुर का मिलाप होया माधोदास के रूप च, उदों वैराग नूं छड्ड के जोग मत जा चुका सी, क्योंकि जिहड़ा उहदा उह गुरु सी उह जोगी सी। औगड़नाथ की मौत जिहड़ी है वह 1696 दे विच होई है, तो 1696 दे विच बाद दे विच इत्थे इस माधोदास जोगी ने अपना डेरा स्थापित किया है। तो गुरु गोबिंद सिंह महाराज उत्थे पहुँचे ने 1708 दे विच। कलगीधर पातशाह और गुरु गोबिंद सिंह महाराज का माधोदास जोगी दे नाल जिहड़ा मिलाप होया है उहदे बारे साडे कोल इक फारसी का अहम स्रोत है कि वह मिलाप किस दिन होया। वह मिलाप होया उस मिलाप के बारे तुसीं याद होवेगा, तुहानूं छेवें पातशाह के समय दो बड़े मशहूर ढाडी होए ने माझे के पिंड सुरसिंह के रहण वाले नथमल ते अब्दुल्ला। जदों छेवें पातशाह ने मीरी और पीरी दियां तलवारां पहनियां सी ते उन्होंने वार पढ़ी सी, बड़ी मशहूर है, दो तलवारी बद्धियां, एक मीर की एक पीर की, एक अजमत की एक राज की, एक राखी करे वजीर की, जिहदी आखिरी लाइन सी पग तेरी की जहंगीर की। उन्हां दे विच्चों जिहड़ा ढाडी नथमल सी उहदी किताब है अमरनामा फारसी दे विच। ते अमरनामा साडे कोल इक ऐसा स्रोत है जिस दे विच पता लगता है कि जिस दिन गुरु गोबिंद सिंह महाराज का मिलाप होया माधोदास दे नाल, उस दिन सूरज ग्रहण का दिन सी। तो हुण फोन तुहाडे सारयां दे कोल स्मार्टफोन हैगे ने, जेकर तुसीं उस दक्षणी भारत दे विच 1708 दा सूरज ग्रहण वेखो तां उहनां दिनां दे विच 22 मिंट दे करीब दा इक बहुत वड्डा सूरज ग्रहण लगा सीगा, ते जिहदा दिन बनता है 3 सितंबर। सो 3 सितंबर 1708 नूं गुरु साहब का मिलाप होया माधोदास दे नाल। अगे आ जाइए, माधोदास ते गुरु गोबिंद सिंह महाराज की वार्तालाप। जदों तक यह वार्तालाप सानूं फारसी स्रोतां दे विच्चों सामने नहीं सी आई, उदों तक बहुत वड्डे वड्डे ओह लेखक जिन्हां नूं असीं सब तो वध पढ़िया ते सब तो वध वंडिया गया सिखां दे विच, जिन्हां दे विच लाला दौलत राय भी आ जांदा, उन्हें भी यह गल लिख दित्ती कि गुरु गोबिंद सिंह महाराज ने माधोदास नूं अमृत इस करके ना छकाया कि वह अगे तो देहधारी परंपरा नूं बंद करना चाहते सी। इस लाला दौलत राय ने भी एक सिखां नूं शुगर कोटड जहर दित्ती यह सिद्ध करन दे वास्ते कि गुरु गोबिंद सिंह महाराज ने बंदा सिंह बहादुर नूं अमृत नहीं छकाया। पर इस गल का जवाब उदों सामने आया जदों डॉक्टर गंडा सिंह ने अहमद शाह बटालवी की लिखित तारीखे पंजाब का चैप्टर इब्तदाए सिंघां वा मज़हबे ईशा कढ के अपनी किताब दे विच दे दित्ता। उस दे विच गुरु साहब का और माधोदास जोगी का वार्तालाप का जिक्र है। गुरु साहब का उत्थे जाना, वार्तालाप दे चुस्ता कहना कि मैं तुहाडा बंदा हाँ, ते गुरु गोबिंद सिंह महाराज का खंडे बाटे की पाहुल दे के उसनूं सिंघ सजाउणा, इहदा अगला सब तो वड्डा सबूत सानूं मिल जांदा है पट वहीआं दे विच, जिसनूं सरूप सिंह कोशिश ने एडिट किया है। सो अज साडे कोल तकरीबन 37 सबूत ने इतिहास दे विच कि गुरु गोबिंद सिंह महाराज ने माधोदास जोगी नूं खंडे बाटे की पाहुल दे के बंदा सिंह बहादुर तैयार करीता। हुण अगली गल आ जांदी, कुछ स्रोतों के नाम गुरबख्श सिंह आउंदा है इतिहास दे विच। तुसीं जिन्ने भी सिख जिहड़े बाद दे विच धर्म दे विच आउंदे सी, ज़्यादातर सिख उन्हां नूं गुरबख्श कह के ही बुलाउंदे सी, गुरु का बख्शिया होया। भाई राम कवर सिंह आउंदे ने, उन्हां दे नाम भी गुरबख्श आउंदा है। इस तरह साहब सिंह बेदी के परिवार च एक सिख होंदे ने, उन्हां दा नाम भी गुरबख्श सिंह होंदा है। जिहड़ा गुरु ने बख्श लिया उसनूं सिंह गुरबख्श सिंह करके ही बुलाउंदे सी।
ਭਾਵੇਂ ਕਿ ਇਤਿਹਾਸਕ ਸਰੋਤਾਂ ਦੇ ਵਿੱਚ ਸਾਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਗੁਰਬਖਸ਼ ਸਿੰਘ ਵੀ ਮਿਲਦਾ ਹੈ, ਪਰ ਜਿੰਨੇ ਲਿਖੇ ਹੋਏ ਫਰਮਾਨ ਹੁਕਮਨਾਮੇ ਅਤੇ ਸਾਨੂੰ ਇਤਿਹਾਸਕ ਸਰੋਤ ਮਿਲਦੇ ਨੇ ਉਹਨਾਂ ਦੇ ਵਿੱਚ ਨਾਮ ਸਾਨੂੰ ਬੰਦਾ ਸਿੰਘ ਬਹਾਦਰ ਹੀ ਮਿਲਦਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਬ ਵੱਲ ਤੋਰਿਆ, ਜਿਹੜਾ ਪੰਜਾਬ ਨੂੰ ਤੋਰਿਆ ਅਤੇ ਜੋ ਗੁਰੂ ਸਾਹਿਬ ਨੇ ਕਿਹਾ ਹੈ ਸਾਨੂੰ ਇਸ ਦਾ ਜ਼ਿਕਰ ਪੰਥ ਪ੍ਰਕਾਸ਼ 'ਚ ਮਿਲਦਾ ਹੈ, ਪਰ ਜਿਹੜੇ ਸ਼ਬਦ ਨੇ ਅਸੀਂ ਉਹਨਾਂ ਸ਼ਬਦਾਂ ਦੇ ਅਰਥ ਬਦਲੇ ਨੇ, ਔਰ ਉਹਨਾਂ ਅਰਥ ਬਦਲਣ ਦਾ ਨੁਕਸਾਨ ਇਹ ਹੋਇਆ ਕਿ ਇੱਕ ਬਹੁਤ ਵੱਡੀ ਘਾਲਣਾ ਨੂੰ ਅਸੀਂ ਛੋਟੇ ਰੂਪ 'ਚ ਲੈ ਜਾਂਦਾ ਹੈ। ਜਿਸ ਦਿਨ ਨੂੰ ਤੁਸੀਂ ਅੱਜ ਮਨਾ ਰਹੇ ਹੋ, ਅੱਜ ਦੇ ਦਿਨ ਵਜ਼ੀਰ ਖਾਨ ਮਾਰਿਆ ਗਿਆ ਸੀ। ਅਸੀਂ ਫਤਿਹ ਦਿਵਸ ਇਸ ਕਰਕੇ ਕਹਿੰਦੇ ਹਾਂ ਕਿ ਵਜ਼ੀਰ ਖਾਨ ਦੇ ਪਰਗਣੇ ਦੀ ਫੌਜ, ਜਿਹੜਾ ਸਰਹੰਦ ਦਾ ਪਰਗਣਾ ਸੀ, ਇਹਦੇ ਅਧੀਨ 28 ਪਰਗਣੇ ਆਉਂਦੇ ਸੀ। ਇਹਨਾਂ ਦੇ ਕੋਲ ਤਕਰੀਬਨ 40 ਤੋਂ ਵੱਧ ਤੋਪਾਂ ਸੀ ਅਤੇ 49,000 ਇਹਨਾਂ ਕੋਲ ਘੋੜਸਵਾਰ ਅਤੇ ਪੈਦਲ ਫੌਜ ਸੀ ਅਖਬਾਰ ਅਤੇ ਦਰਬਾਰੇ ਮੌਲਾ ਦੇ ਮੁਤਾਬਕ। ਇੰਨੀ ਵੱਡੀ ਫੌਜ ਦਾ ਮੁਕਾਬਲਾ ਕਰਨਾ ਔਰ ਉਹਦਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਹੱਥੋਂ ਹਾਰ ਜਾਣਾ, ਇਸ ਨੂੰ ਅੱਗੇ ਜਾ ਕੇ ਅਸੀਂ ਖੋਲ੍ਹਦੇ ਹਾਂ, ਪਰ ਇਹਦੇ 'ਚ ਇੱਕ ਅਹਿਮ ਗੱਲ ਇਹ ਹੈ ਕਿ ਅਕਸਰ ਅਸੀਂ ਸਟੇਜਾਂ ਦੇ ਉੱਪਰੋਂ ਇਸ ਗੱਲ ਨੂੰ ਇੰਨਾ ਜ਼ਿਆਦਾ ਪ੍ਰਚਾਰ ਦਿੱਤਾ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਦੇ ਵਾਸਤੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ 'ਚ ਤੋਰਿਆ। ਕਿਉਂਕਿ ਅਸੀਂ ਜਿਹੜੇ ਗਿਆਨੀ ਗਿਆਨ ਸਿੰਘ ਦੇ ਸ਼ਬਦ ਚੁੱਕੇ ਨਾ, ਉਹਨਾਂ 'ਚ ਬਦਲਾ ਸ਼ਬਦ ਦੀ ਪਰਿਭਾਸ਼ਾ ਹੋਰ ਸੀ, ਅਸੀਂ ਹੋਰ ਬਣਾ ਦਿੱਤੀ। ਉਹਨਾਂ ਨੇ ਬੜੇ ਵੱਡੇ ਰੂਪ 'ਚ ਇਹਨੂੰ ਅਸਟੈਬਲਿਸ਼ ਕੀਤਾ ਸੀ, ਲੇਵਨ ਤੇ ਬਦਲਾ ਤੁਰਕਨ ਤੇ ਮੋਹੇ ਪਠਾਇਓ, ਗੁਰੂ ਸਹਿ ਕਰ ਬੰਦਾ ਮਾਰ ਤੁਕੇ ਕਰ ਖੁਆਰ, ਵਜ਼ੀਦੇ ਦੇਹੋ ਉਜਾੜ ਲੱਟਿਹੋ ਸਰਹੰਦਾ। ਕਿ ਬਦਲਾ ਜੇਕਰ ਲੈਣ ਦੀ ਗੱਲ ਹੁੰਦੀ, ਜੇ ਅੱਜ ਦੇ ਦਿਨ ਤੱਕ ਬਦਲਾ ਲਿਆ ਆ ਚੁੱਕਾ ਸੀ, ਫਿਰ ਲੋਹਗੜ੍ਹ ਨੂੰ ਰਾਜਧਾਨੀ ਬਣਾਉਣ ਦੀ ਲੋੜ ਨਹੀਂ ਸੀ। ਔਰ ਸਿੱਖ ਧਰਮ ਦੇ ਵਿੱਚ ਬਦਲੇ ਦੀ ਪਰਿਭਾਸ਼ਾ ਉਹ ਹੈ ਹੀ ਨਹੀਂ ਜਿਸ ਨੂੰ ਬਣਾਇਆ ਗਿਆ ਬਦਲਾ, ਪਰ ਅਸੀਂ ਸਟੇਜਾਂ 'ਤੇ ਇਹ ਗੱਲ ਹੀ ਕਹੀ ਕਿ ਗੁਰੂ ਸਾਹਿਬ ਨੇ ਆਪਣੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਦੇ ਵਾਸਤੇ ਭੇਜਿਆ। ਹੁਣ ਖਿਆਲ ਕਰਿਓ, ਬਦਲੇ ਦੀ ਪਰਿਭਾਸ਼ਾ ਪੰਜਾਬੀ 'ਚ ਕੀ ਹੈ? ਕਿਸੇ ਨੇ ਮੇਰੇ ਪਿਤਾ ਦਾ ਕਤਲ ਕੀਤਾ ਅਤੇ ਉਹਦੇ ਬਦਲ ਦੇ ਵਿੱਚ ਮੈਂ ਉਹਦੇ ਪਿਤਾ ਦਾ ਕਤਲ ਕਰ ਦੇਵਾਂ, ਭਾਵੇਂ ਉਹ ਦੋਸ਼ੀ ਹੋਵੇ ਜਾਂ ਨਾ ਹੋਵੇ। ਬੰਦਾ ਸਿੰਘ ਬਹਾਦਰ ਨੇ ਤਾਂ ਬਦਲਾ ਲਿਆ ਹੀ ਨਹੀਂ। ਸਿੱਖ ਧਰਮ ਦੇ ਵਿੱਚ ਬਦਲੇ ਦੀ ਪਰਿਭਾਸ਼ਾ ਹੈ ਕਿ ਜ਼ਾਲਮ ਨੂੰ ਕਰਨੀ ਦਾ ਫਲ ਦੇਣਾ। ਬੰਦਾ ਸਿੰਘ ਬਹਾਦਰ ਨੇ ਸੁੱਚਾਨੰਦ ਮਾਰਿਆ, ਸੁੱਚਾਨੰਦ ਦੇ ਪੁੱਤਰ ਨੂੰ ਕੁਛ ਨਹੀਂ ਕਿਹਾ। ਵਜ਼ੀਰ ਖਾਨ ਮਾਰਿਆ, ਵਜ਼ੀਰ ਖਾਨ ਦੇ ਪੁੱਤਰ ਦੌਲਤ ਮੁਹੰਮਦ ਨੂੰ ਕੁਛ ਨਹੀਂ ਕਿਹਾ। ਸੋ ਇਹਦਾ ਮਤਲਬ ਕਿ ਅਸੀਂ ਬੰਦਾ ਸਿੰਘ ਬਹਾਦਰ ਦੀ ਜਿਹੜੀ ਰਾਜ ਦੀ ਸਥਾਪਨੀ ਦੀ ਘਟਨਾ ਸੀ ਨਾ, ਉਹਨੂੰ ਅਸੀਂ ਛੋਟੇ ਜਿਹੇ ਸ਼ਬਦ ਬਦਲੇ 'ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਇੰਝ ਨਹੀਂ ਸੀ। ਬੰਦਾ ਸਿੰਘ ਬਹਾਦਰ ਨੂੰ ਜਿਹੜਾ ਗੁਰੂ ਸਾਹਿਬ ਨੇ ਹੁਕਮ ਦਿੱਤਾ, ਉਸ ਹੁਕਮ 'ਚ ਬਦਲਾ ਸ਼ਬਦ ਦੀ ਪਰਿਭਾਸ਼ਾ ਨੂੰ ਵੇਖਣ ਦੀ ਲੋੜ ਹੈ। ਮਾਰ ਤੁਕੇ ਕਰ ਖੁਆਰ, ਵਜ਼ੀਦੇ ਦੇਹੋ ਉਜਾੜ ਲਿੱਟਿਹੋ ਸਰਹੰਦਾ, ਕਿ ਇਹਨਾਂ ਜ਼ੁਲਮੀਆਂ ਨੂੰ ਖਤਮ ਕਰਨ ਤੋਂ ਬਾਅਦ ਹਲੀਮੀ ਰਾਜ ਦੀ ਸਥਾਪਨਾ ਕਰਨੀ। ਸੋ ਪ੍ਰਯੋਜਨ ਇੱਕ ਲੋਕਾਂ ਦੇ ਵਾਸਤੇ ਚੰਗਾ ਰਾਜ ਦੇਣਾ ਸੀ, ਬਦਲਾ ਸ਼ਬਦ ਉੱਥੇ ਬਹੁਤ ਛੋਟਾ ਰਹਿ ਜਾਂਦਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ, ਇੱਕ ਨਗਾਰਾ, ਇੱਕ ਨਿਸ਼ਾਨ ਸਾਹਿਬ, ਪੰਜ ਸਿੰਘ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ, ਅਤੇ 20 ਸਿੰਘ ਨਾਲ ਹੋਰ ਪੰਜਾਬ ਨੂੰ ਤੋਰੇ। ਜਿਹੜੇ ਪੰਜ ਪਿਆਰਿਆਂ ਦੇ ਨਾਮ ਨੇ, ਜਦੋਂ ਅਸੀਂ ਪੁਰਾਤਨ ਸਰੋਤਾਂ ਨੂੰ ਪੜ੍ਹਦੇ ਸੀ ਅਤੇ ਸਾਡੇ ਸਾਹਮਣੇ ਨਾਮ ਆਉਂਦੇ ਸੀ ਰਣ ਸਿੰਘ, ਬਾਜ ਸਿੰਘ, ਫਤਿਹ ਸਿੰਘ, ਬਿਨੋਦ ਸਿੰਘ ਅਤੇ ਕਾਨ ਸਿੰਘ, ਪਰ ਜਿਉਂ ਜਿਉਂ ਅਗਲੇ ਇਤਿਹਾਸਕਾਰੀ ਦੇ ਵਿੱਚ ਨਵੀਨਤਮ ਸਰੋਤਾਂ ਦੀ ਖੋਜ ਹੋਈ ਹੈ, ਹੁਣ ਸਾਡੇ ਕੋਲ ਸਪਸ਼ਟ ਨਾਮ ਆਏ ਨੇ ਕਿ ਇਹਨਾਂ ਪੰਜਾਂ ਦੇ ਵਿੱਚ ਤਿੰਨ ਸਕੇ ਭਰਾ ਨੇ, ਭਗਵੰਤ ਸਿੰਘ, ਬਾਜ ਸਿੰਘ ਅਤੇ ਕੌਰ ਸਿੰਘ, ਅਤੇ ਦੋ ਪਿਤਾ ਅਤੇ ਪੁੱਤਰ ਨੇ ਬਿਨੋਦ ਸਿੰਘ ਔਰ ਕਾਨ ਸਿੰਘ। ਸੋ ਇਹ ਜਿਹੜੇ ਪੰਜ ਸਿੰਘ ਨੇ, ਪੰਜ ਪਿਆਰਿਆਂ ਦੇ ਰੂਪ ਦੇ ਵਿੱਚ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਲਾਹ ਦੇਣੀ ਸੀ ਅਤੇ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੀ ਸਲਾਹ ਦੇ ਅਨੁਕੂਲ ਚੱਲਣਾ ਸੀ, ਤੁਸੀਂ ਇੱਕ ਐਡਵਾਈਜ਼ਰੀ ਬੋਰਡ ਵੀ ਕਹਿ ਸਕਦੇ ਹੋ, ਬਣਾ ਕੇ ਇੱਧਰ ਨੂੰ ਤੋਰਿਆ। ਅਗਲੀ ਗੱਲ ਆ ਜਾਂਦੀ ਨਗਾਰਾ। ਇਹ ਗੱਲ ਵੱਖਰੀ ਹੈ ਕਿ ਹੁਣ ਸਾਡੇ ਗੁਰਦੁਆਰਿਆਂ ਦੇ ਵਿੱਚੋਂ ਨਗਾਰਾ ਵਜਾਉਣ ਦੀ ਪ੍ਰਥਾ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਹੈ, ਔਰ ਨਗਾਰੇ ਦਾ ਵੱਜਣਾ ਵੀ ਬਹੁਤੇ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਤਾਂ ਇੱਥੋਂ ਤੱਕ ਹੀ ਸੀਮਤ ਰਹਿ ਗਿਆ ਸੀ ਕਿ ਸ਼ਾਇਦ ਦੱਸਿਆ ਜਾਂਦਾ ਕਿ ਟਾਈਮ ਹੋ ਗਿਆ। ਦਰਅਸਲ ਜਿਹੜਾ ਨਗਾਰਾ ਸੀਗਾ ਉਹ ਆਜ਼ਾਦ ਰਾਜਨੀਤਿਕ ਸੱਤਾ ਦਾ ਪ੍ਰਤੀਕ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਰਣਜੀਤ ਨਗਾਰਾ ਤਿਆਰ ਕਰਾਇਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਜਦੋਂ ਪੰਜਾਬ ਵੱਲ ਤੋਰਿਆ ਨਾਲ ਨਗਾਰਾ ਦਿੱਤਾ। ਇਹਦਾ ਮਤਲਬ ਕਿ ਉਸ ਵੇਲੇ ਗੁਰੂ ਸਾਹਿਬ ਨੇ ਆਜ਼ਾਦ ਰਾਜਨੀਤਿਕ ਸੱਤਾ ਦੀ ਸਥਾਪਤੀ ਦੇ ਵਾਸਤੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ। ਜੇ ਕਿਤੇ ਤੁਹਾਨੂੰ ਅਹਿਕਾਮੇ ਆਲਮਗੀਰੀ, ਇੱਕ ਫਾਰਸੀ ਦੀ ਕਿਤਾਬ ਹੈ, ਪੜ੍ਹਨ ਦਾ ਮੌਕਾ ਮਿਲੇ, ਅਤੇ ਔਰੰਗਜ਼ੇਬ ਦਾ ਬੇਟਾ ਸ਼ਹਿਜ਼ਾਦਾ ਮੁਅੱਜ਼ਮ, ਜਿਸਨੂੰ ਬਹਾਦਰ ਸ਼ਾਹ ਦੇ ਨਾਮ ਦੇ ਨਾਲ ਜਾਣਿਆ ਜਾਂਦਾ, ਜਦੋਂ ਉਹ ਕਾਬਲ ਦਾ ਗਵਰਨਰ ਬਣਿਆ ਉਸਨੇ ਨਗਾਰਾ ਵਜਾ ਲਿਆ ਸੀ। ਅਤੇ ਉਸੇ ਵੇਲੇ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਨੇ ਕਾਬਲ ਦਾ ਗਵਰਨਰ ਬਣਨ ਤੋਂ ਬਾਅਦ ਨਗਾਰਾ ਵਜਾਇਆ, ਅਤੇ ਉਸੇ ਵੇਲੇ ਇੱਕ ਕਾਸਦ ਨੂੰ, ਇੱਕ ਮਸੰਜਰ ਨੂੰ ਉਸੇ ਵੇਲੇ ਕਾਬਲ ਭੇਜਿਆ ਸੀ, ਉਸਨੇ ਕਿਹਾ ਸੀ ਮੁਅੱਜ਼ਮ ਜੇਕਰ ਤੈਨੂੰ ਕਾਬਲ ਦਾ ਗਵਰਨਰ ਬਣਨ ਦਾ ਇੰਨਾ ਹੀ ਚਾਅ ਹੈ ਨਾ, ਅਤੇ ਚਾਰ ਢੋਲ ਵਜਾ ਲਾ, ਪਰ ਜਿੰਨਾ ਚਿਰ ਮੈਂ ਜਿਉਂਦਾ ਹਾਂ ਤੂੰ ਉੰਨਾ ਚਿਰ ਨਗਾਰਾ ਨਹੀਂ ਵਜਾ ਸਕਦਾ।
ਇਹ ਔਰੰਗਜ਼ੇਬ ਦੇ ਭੇਜੇ ਫਰਮਾਨ 'ਚ ਜ਼ਿਕਰ ਮਿਲਦਾ ਹੈ ਕਿ ਨਗਾਰਾ ਉਹ ਵਜਾ ਸਕਦਾ ਸੀ ਜਿਹੜਾ ਆਜ਼ਾਦ ਰਾਜਨੀਤਿਕ ਸੱਤਾ ਦਾ ਮਾਲਕ ਹੋਵੇ। ਸੋ ਇਸੇ ਕਰਕੇ ਹੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਗਾਰਾ ਵਜਾਉਣਾ ਵੀ ਚੁਭਦਾ ਹੈ, ਔਰ ਪਹਾੜੀ ਰਾਜਿਆਂ ਦੇ ਵੱਲੋਂ ਜਿਹੜੀ ਪਹਿਲੀ ਸ਼ਿਕਾਇਤ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਹੋਈ ਹੈ ਉਹਦੇ ਵਿੱਚ ਵੀ ਨਗਾਰੇ ਦਾ ਹੀ ਜ਼ਿਕਰ ਹੈ ਕਿ ਇਹਨਾਂ ਵੱਲੋਂ ਨਗਾਰਾ ਵਜਾ ਕੇ ਆਜ਼ਾਦ ਰਾਜ ਦਾ ਐਲਾਨ ਕੀਤਾ ਜਾ ਰਿਹਾ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਬ ਵੱਲ ਭੇਜਿਆ, ਨਾਲ ਹੁਕਮਨਾਮੇ ਦਿੱਤੇ ਕਿ ਪੰਜਾਬ ਦੇ ਸਿੱਖਾਂ ਦੇ ਨਾਮ ਜਿਹੜੇ ਹੁਕਮਨਾਮੇ ਸੀ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਇਆ, ਇੱਥੇ ਜਿਹੜੇ ਇਲਾਕੇ ਫਤਿਹ ਕੀਤੇ ਨੇ, ਸਿਹਰਖੰਡਾ ਤੋਂ ਸਥਾਨ 'ਤੇ ਆ ਕੇ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਵਿਸ਼ਰਾਮ ਕੀਤਾ। ਇੱਥੋਂ ਘੋੜਸਵਾਰ ਸਿੱਖਾਂ ਨੂੰ ਹੁਕਮ ਦੇ ਕੇ ਕਲਗੀਧਰ ਪਾਤਸ਼ਾਹ ਦੇ ਪੰਜਾਬ ਦੇ ਬਾਕੀ ਪਿੰਡਾਂ ਦੇ ਵਿੱਚ ਮਾਝੇ ਮਾਲਵੇ ਦੁਆਬੇ ਦੇ ਵੱਲ ਬਾਬਾ ਬੰਦਾ ਸਿੰਘ ਬਹਾਦਰ ਨੇ ਤੋਰਿਆ, ਔਰ ਇੱਥੋਂ ਦੇ ਨੇੜੇ ਨੇੜੇ ਦੇ ਇਲਾਕੇ ਫਤਿਹ ਕੀਤੇ ਨੇ। ਕਪੂਰੀ ਪਿੰਡ ਦੇ ਬ੍ਰਾਹਮਣ ਹਿੰਦੂ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਰਨਾਂ ਦੇ ਵਿੱਚ ਡਿੱਗ ਪਏ, ਆ ਕੇ ਬੇਨਤੀ ਕੀਤੀ ਕਿ ਕਪੂਰੀ ਦਾ ਹਾਕਮ ਕਦਮੁਦੀਨ, ਜਿਸ ਨੇ ਇਹ ਐਲਾਨ ਕੀਤਾ ਸੀ ਕਿ ਹਿੰਦੂ ਘਰ ਦੇ ਵਿੱਚ ਜਨਮ ਲੈਣ ਵਾਲੀ ਕੁੜੀ ਜਦੋਂ ਜਵਾਨ ਹੁੰਦੀ ਹੈ, ਵਿਆਹ ਦੇ ਕਾਬਲ ਹੁੰਦੀ ਹੈ, ਤਾਂ ਉਹ ਸਹੁਰੇ ਘਰ ਬਾਅਦ 'ਚ ਜਾਵੇਗੀ, ਪਹਿਲਾਂ ਮੇਰੇ ਮਹਿਲ ਦੇ ਵਿੱਚ ਜਾਵੇਗੀ। ਉਹਨਾਂ ਚਿਰ ਤੱਕ ਉਹ ਸਹੁਰੇ ਘਰ ਨਹੀਂ ਜਾ ਸਕਦੀ ਜਿੰਨਾ ਚਿਰ ਉਹ ਕਦਮੁਦੀਨ ਦੀ ਸਹੀ ਦਾ ਸ਼ਿੰਗਾਰ ਨਹੀਂ ਬਣਦੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਪੂਰੀ ਨੂੰ ਫਤਿਹ ਕੀਤਾ ਅਤੇ ਕਦਮੁਦੀਨ ਨੂੰ ਉਸਦੇ ਕੀਤੇ ਦੀ ਸਜ਼ਾ ਦਿੱਤੀ। ਅੱਜ ਵੀ ਜਦੋਂ ਹਿੰਦੁਸਤਾਨ ਦੇ ਵਿੱਚ ਕੋਈ ਐਸੀ ਘਟਨਾ ਵਾਪਰਦੀ ਹੈ, ਕੋਈ ਰੇਪ ਹੁੰਦਾ ਹੈ, ਕੋਈ ਬਲਾਤਕਾਰ ਹੁੰਦਾ ਹੈ, ਤਾਂ ਇੱਕਦਮ ਜਿੰਨੀਆਂ ਵੀ ਸਮਾਜ ਸੇਵੀ ਤੋਂ ਲੈ ਕੇ ਰਾਜਸੀ ਜਥੇਬੰਦੀਆਂ ਹੁੰਦੀਆਂ ਨੇ, ਇੱਕ ਆਵਾਜ਼ ਜ਼ਰੂਰ ਉਠਾਉਂਦੀਆਂ ਨੇ, ਜੀ ਬਲਾਤਕਾਰ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ। ਅਕਸਰ ਇਹ ਆਵਾਜ਼ ਉੱਠਦੀ ਹੈ, ਅਤੇ ਜੇ ਕਿਤੇ ਤੁਸੀਂ ਸਿੱਖ ਇਤਿਹਾਸ ਦੀ ਖੋਜ ਕਰੋ ਤਾਂ ਤੁਹਾਨੂੰ ਇੱਕ ਵੀ ਮਿਸਾਲ ਐਸੀ ਨਹੀਂ ਮਿਲੇਗੀ ਕਿ 6ਵੇਂ ਪਾਤਸ਼ਾਹ ਤੋਂ ਲੈ ਕੇ 18ਵੀਂ ਸਦੀ ਤੱਕ ਸਿੱਖਾਂ ਨੇ ਕਦੀ ਕਿਸੇ ਚੰਗੀ ਕੈਦੀ ਨੂੰ ਫੜਨ ਤੋਂ ਬਾਅਦ ਕਤਲ ਕੀਤਾ ਹੋਵੇ। ਪਰ ਜੇਕਰ ਫੜਨ ਤੋਂ ਬਾਅਦ ਕਤਲ ਕਰਨ ਦੀਆਂ ਘਟਨਾਵਾਂ ਮਿਲਣਗੀਆਂ ਤਾਂ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਬਲਾਤਕਾਰੀ ਬੱਸੀ ਦਾ ਪਠਾਨ ਜ਼ਬਾਰ ਖਾਨ ਸਾਹਿਬਜ਼ਾਦਾ ਅਜੀਤ ਸਿੰਘ ਨੇ ਮਾਰਿਆ, ਕਿਉਂਕਿ ਉਸਨੇ ਵੀ ਦੇਵਕੀ ਦਾਸ ਬ੍ਰਾਹਮਣ ਦੀ ਬੱਚੀ ਦੇ ਨਾਲ ਬਲਾਤਕਾਰ ਕੀਤਾ ਸੀ। ਕਦਮੁਦੀਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧਿਆ, ਕਿਉਂਕਿ ਉਸਨੇ ਵੀ ਬ੍ਰਾਹਮਣ ਪਰਿਵਾਰ ਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਕੀਤੇ ਸੀ। ਉਸ ਤੋਂ ਬਾਅਦ ਸਰਦਾਰ ਹਰੀ ਸਿੰਘ ਭੰਗੀ ਨੇ ਅਤੇ ਸਰਦਾਰ ਜੱਸਾ ਸਿੰਘ ਹੁਣਾਂ ਨੇ ਕਸੂਰ ਦੇ ਨਵਾਬ ਉਸਮਾਨ ਖਾਨ ਨੂੰ ਮਾਰਿਆ ਕਿ ਉਸਨੇ ਵੀ ਇੱਕ ਬ੍ਰਾਹਮਣ ਪਰਿਵਾਰ ਦੀ ਬੱਚੀ ਦੇ ਨਾਲ ਬਲਾਤਕਾਰ ਕੀਤਾ ਸੀ। ਅਤੇ ਜਦੋਂ ਹਜਰੋਂ ਦੇ ਇਲਾਕੇ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਸੀ, ਉਸ ਵੇਲੇ ਵੀ ਉਹਨਾਂ ਨੇ ਉੱਥੋਂ ਦੇ ਪਠਾਣਾਂ ਨੂੰ ਕਤਲ ਕੀਤਾ ਸੀ, ਕਿਉਂਕਿ ਉਹਨਾਂ ਨੇ ਇੱਕ ਬੱਚੀ ਦੇ ਨਾਲ ਬਲਾਤਕਾਰ ਕੀਤਾ ਸੀ। ਸੋ ਇਹ ਜਿਹੜੇ ਰੇਪਿਸਟ ਸੀਗੇ, ਜਿਹੜੇ ਬਲਾਤਕਾਰੀ ਸੀ, ਜੇਕਰ ਇਹਨਾਂ ਦੇ ਵਾਸਤੇ ਕਤਲ ਦੀ ਸਜ਼ਾ ਨਿਰਧਾਰਿਤ ਕੀਤੀ ਗਈ ਹੈ ਨਾ, ਤਾਂ ਉਹ ਵੀ ਸਿੱਖ ਕਾਨੂੰਨ ਨੇ ਕੀਤੀ, ਜਿਸ ਦੇ ਬਾਰੇ ਅੱਜ ਵੀ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਮੰਗ ਉੱਠਦੀ ਹੈ ਕਿ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਚਾਹੀਦੀ ਹੈ। ਪਰ ਇਤਿਹਾਸ ਦੇ ਵਿੱਚ ਤੁਸੀਂ ਇੱਕ ਵੀ ਐਸੀ ਉਦਾਹਰਣ ਨਹੀਂ ਦੇਖੋਗੇ ਕਿ 6ਵੇਂ ਪਾਤਸ਼ਾਹ ਤੋਂ ਲੈ ਕੇ ਸਾਡੇ ਮਿਸਲਾਂ ਦੇ ਇਤਿਹਾਸ ਦੇ ਵਿੱਚ ਸਿੱਖਾਂ ਨੇ ਕਿਸੇ ਜੰਗੀ ਕੈਦੀ ਨੂੰ ਨਿਹੱਥੇ ਨੂੰ ਫੜ ਕੇ ਕਤਲ ਕੀਤਾ ਹੋਵੇ ਇੱਕ ਬਲਾਤਕਾਰੀ ਤੋਂ ਬਿਨਾਂ। ਬੰਦਾ ਸਿੰਘ ਬਹਾਦਰ ਨੇ ਇਹ ਇਲਾਕਾ ਫਤਿਹ ਕੀਤਾ। ਜਦੋਂ ਅੱਗੇ ਆਉਣਾ ਸੀ ਤਾਂ ਸਭ ਤੋਂ ਵੱਡੀ ਸਮੱਸਿਆ ਸੀ ਕਿ ਵਜ਼ੀਰ ਖਾਨ ਦਾ ਆਪਣਾ ਪਿੰਡ ਕੁੰਜਪੁਰਾ ਸੀ। ਜਦੋਂ ਕੁੰਜਪੁਰੇ ਦੇ ਉੱਪਰ ਕਬਜ਼ਾ ਕੀਤਾ ਤਾਂ ਵਜ਼ੀਰ ਖਾਨ ਨੂੰ ਇਹ ਖਬਰਾਂ ਪਹੁੰਚ ਗਈਆਂ ਕਿ ਮੇਰਾ ਪਿੰਡ ਜਿਹੜਾ ਸੀ ਉਹ ਵੀ ਗੁਰੂ ਗੋਬਿੰਦ ਸਿੰਘ ਦੇ ਭੇਜੇ ਜਰਨੈਲ ਬੰਦਾ ਸਿੰਘ ਬਹਾਦਰ ਨੇ ਜਿੱਤ ਲਿਆ। ਅਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਅਗਲੇ ਦੋ ਨਿਸ਼ਾਨੇ ਬੜੇ ਅਹਿਮ ਸੀ, ਇੱਕ ਸਡੋਰੇ ਨੂੰ ਫਤਿਹ ਕਰਨਾ, ਇੱਕ ਸਮਾਣੇ ਨੂੰ ਫਤਿਹ ਕਰਨਾ। ਸਮਾਣਾ ਜਿਹੜਾ ਇਹ ਸੱਯਦ ਮੁਸਲਮਾਨਾਂ ਦਾ ਸ਼ਹਿਰ ਸੀ। ਸੱਯਦ ਜਿਹੜੇ ਨੇ ਇਹ ਤਕਰੀਬਨ ਜ਼ਿਆਦਾਤਰ ਸੱਯਦ ਸੁੰਨੀ ਵੀ ਹੁੰਦੇ ਨੇ, ਪਰ ਜ਼ਿਆਦਾਤਰ ਜਿਹੜੇ ਸੱਯਦ ਪਰਿਵਾਰ ਨੇ ਇਹ ਸ਼ੀਆ ਮੁਸਲਮਾਨਾਂ ਦੇ ਨਾਲ ਸੰਬੰਧ ਰੱਖਦੇ ਨੇ। ਅਤੇ ਸੱਯਦ ਆਪਣੇ ਆਪ ਨੂੰ ਮੁਹੰਮਦ ਸਾਹਿਬ ਦੀ ਬੇਟੀ ਹਜ਼ਰਤ ਫਾਤਮਾ ਦੇ ਪਰਿਵਾਰ ਦੇ ਨਾਲ ਜੋੜ ਕੇ ਵੇਖਦੇ। ਅਤੇ ਜਿਹੜਾ ਸਮਾਣਾ ਸ਼ਹਿਰ ਹੈ, ਇੱਥੋਂ ਦੇ ਸੱਯਦ ਰਾਜਸੀ ਤੌਰ ਦੇ ਉੱਪਰ ਇੰਨੇ ਜ਼ਿਆਦਾ ਅਮੀਰ ਕਹਿ ਲਓ ਜਾਂ ਰਾਜਸੀ ਤੌਰ 'ਤੇ ਇੰਨੀ ਪਹੁੰਚ ਸੀ ਕਿ ਸਮਾਣੇ ਸ਼ਹਿਰ ਦੇ 22 ਸੱਯਦ ਪਰਿਵਾਰਾਂ ਨੂੰ ਆਪਣੀ ਪਾਲਕੀ ਅਤੇ ਆਪਣੇ ਅੰਗ ਰੱਖਿਅਕ ਰੱਖਣ ਦਾ ਅਧਿਕਾਰ ਮਿਲਿਆ ਹੋਇਆ ਸੀ 22 ਪਰਿਵਾਰਾਂ ਨੂੰ। ਤੁਸੀਂ ਕਹਿ ਸਕਦੇ ਹੋ ਕਿ ਇੱਕ ਸ਼ਹਿਰ ਦੇ 22 ਲੋਕਾਂ ਦੇ ਕੋਲ ਅੱਜ ਦੇ ਸਮੇਂ ਦੇ ਹਿਸਾਬ ਨਾਲ ਜੈੱਡ ਸਕਿਉਰਿਟੀ ਸੀ। ਰਾਜਨੀਤਿਕ ਤੌਰ 'ਤੇ ਉਹਨਾਂ ਦੀ ਅਪਰੋਚ ਕਿੰਨੀ ਹੋਵੇਗੀ ਤੁਸੀਂ ਅੰਦਾਜ਼ਾ ਲਾ ਸਕਦੇ। ਸੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਸੀ ਕਿ ਜਿਹੜਾ ਮੇਰਾ ਅਗਲਾ ਨਿਸ਼ਾਨਾ ਹੈ ਉਹ ਸਮਾਣਾ ਹੈ, ਅਤੇ ਸਮਾਣੇ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਪਾਂ ਦੀ ਲੋੜ ਸੀ ਫਤਿਹ ਕਰਨ ਦੇ ਵਾਸਤੇ। ਉਸ ਤੋਪ ਦੀ ਪ੍ਰਾਪਤੀ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਸ਼ਹਿਰ ਨੂੰ ਫਤਿਹ ਕੀਤਾ, ਮੁਸਤਫਾਬਾਦ। ਮੁਸਤਫਾਬਾਦ ਦੀ ਫਤਿਹ ਦਾ ਕਾਰਨ ਸਭ ਤੋਂ ਵੱਡਾ ਇਹ ਸੀ ਕਿ ਬੰਦਾ ਸਿੰਘ ਬਹਾਦਰ ਚਾਹੁੰਦਾ ਸੀ ਕਿ ਮੇਰੇ ਕੋਲ ਉਸ ਸਮੇਂ ਦੀਆਂ ਤੋਪਾਂ ਅਤੇ ਹੋਰ ਹਥਿਆਰ ਆ ਜਾਣ। ਸੋ ਮੁਸਤਫਾਬਾਦ ਨੂੰ ਫਤਿਹ ਕੀਤਾ ਗਿਆ। ਇਸ ਤੋਂ ਪਹਿਲਾਂ
और पहली जिहड़ी वड्डी तोप है सिखां नूं जे किसी जंग दे विच प्राप्त हुई है तो मुस्तफाबाद वाली तोप सी जिहड़ी सरहंद तक बाद दे विच वरती गई है। मुस्तफाबाद फतेह कीता, सडौरा फतेह कीता। सडौरे दे बारे आप जी सारे जाणदे हो, पुराना नाम साधुवाड़ा सी। जे पिछे चले जाइए तो हज़रत निज़ामुद्दीन नूं अकबर ने यह शहर दिता सी। अकबर निज़ामुद्दीन जिहड़े ने जिन्हां दी दिल्ली दे विच जगह भी है, सैयद निज़ामुद्दीन, निज़ामुद्दीन औलिया, निज़ामुद्दीन स्टेशन भी है तुसीं जाणदे हो, उन्हों का मकबरा भी उत्थे बनिया होया। एक ख्वाजा बख्तियार काकी के चेले से, तो जिहड़े साडे शेख फरीद ने जिन्हां दी बाणी है साहिब श्री गुरु ग्रंथ साहिब महाराज दे विच, इह भी उसे सिलसिले दे नाल संबंध रखते हैं। सो हज़रत निज़ामुद्दीन का बेटा अब्दुल हमीद तो उस परिवार के विचों अगे अठवीं पीढ़ी के सैयद बदरुद्दीन, जिन्हों असी प्यार दे नाल पीर बुद्धू शाह जी आखते। जदों भंगाणी की जंग दे विच उस वेले सडौरे दे हाकम असमान खान नूं पता लगा कि इस शहर के पीर जी ने अपने मरीदां दे नाल काफर गुरु गोबिंद सिंह की मदद की है, तो जदों पीर जी वापस सडौरे आए तो उस्मान खान ने पीर जी नूं बहुत ही तशद्दुद करन तों बाद शहीद करवा दिता सी। एक स्रोत सानूं यह दसदा है कि पीर जी नूं जमीन दे विच गड्या गया, उन्हां दे सिर दे उपर दही ते गुड़ पा के जंगली कुत्ते छड्ड दित्ते गए, जिन्हां ने नोच नोच के पीर बुद्धू शाह नूं शहीद कर दिता। बंदा सिंह बहादुर जदों सडौरे नूं फतेह करता है तो पीर बुद्धू शाह दा परिवार आ के बंदा सिंह बहादुर नूं मिलता है। बंदा सिंह बहादुर उस समय दे विच थसका, कुड़ाम, कुंजपुरा, सिहर, खंडा, कपूरी, मुस्तफाबाद ये इलाके फतेह कर चुका सी और बंदा सिंह बहादुर का दबदबा बन चुका सी। जदों बंदा सिंह बहादुर ने पीर जी के परिवार को कहा ना कि मैं हुण इस इलाके नूं सडौरे नूं फतेह कर लिया, तुसीं की मंगदे हो, तो उस समय उन्होंने जो मंगया है ना, उन्होंने कोई उसकी सूबेदारी नहीं मंगी, कोई नायबदारी नहीं मंगी, कोई फौजदारी नहीं मंगी। उन्होंने कहा कि साड़ी सिर्फ इक्को ही मंग है कि जदों पीर जी नूं इह पता लगा ना कि हुण उस्मान खान ने मैनूं कतल करा देना है, तो जिहड़ियां गुरु साहब दीआं निशानियां सी, कंघा गुरु साहब ने जिहड़ा बख्शिश कीता सी, उह पीर जी ने अपनी हवेली दे विच कंध दे विच कितें लुकाया, तुहाडे कोल फौजां ने, तुसीं सानूं साडे पिता दी उह निशानी कढ के साडी चोली च पा दिओ। पीर जी दे परिवार ने केवल तो केवल बंदा सिंह बहादुर तों इन्नी मदद लई है कि जिहड़ा कंघा कलगीधर पातशाह ने भंगाणी की जंग तो बाद पीर जी की झोली च पाया सी, उह कंघा कढवा के बाबा बंदा सिंह बहादुर ने दोबारा उन्हां दे परिवार नूं दिता और उन्हां दे परिवार की नौवीं पीढ़ी जिन्हां दे विचों नीम हैदर साहब अजकल अमरीका दे विच एल ए दे विच रह रहे ने, उन्हां दे परिवार दे कोल उह पिया होया। नाल 18वीं सदी दे सिखां दा इक हुक्मनामा भी उस परिवार दे कोल है, एक छोटी कृपान उस परिवार दे कोल है। इस इलाके नूं फतेह करन तों बाद बाबा बंदा सिंह बहादुर ने समाणे नूं फतेह कीता। मैं पहलां वी समाणे बारे दस चुका हां कि समाणा सैयद लोकां दा शहर सी और समाणे शहर के 22 परिवार ऐसे से जिन्होंने पालकी से चढ़ता अधिकार से, जिन्हों के कोल निजी फौज से। समाणे शहर की अहमियत क्यों सी? हुण दूसरी गल कि किन्ना लोगों को राजसी तौर पर पालकी रखण का निजी अग रखा करने का अधिकार क्यों दिता गया, यह भी एक सवाल है। यदा सवाल का जवाब सानू इस्लाम की तवारीख चो मिलता, उन्होंने समझना बहुत जरूरी है। इस्लाम की राज प्रणाली के दो तरह के जलाद होंगे ने, एक जलाद आम होंगे ने, जिहड़े जलाद आम जुर्म करन वाले लोकां नूं सजाए मौत दिंदे ने वह जलाद होर हुंदे ने, एक जलाद सैयद हुंदे ने। सैयद जलाद जिहड़ा हुंदा उह धार्मिक व्यक्ति हुंदा, ते सैयद दे कोल यह हक हुंदा है कि जेकर कतल होण वाला व्यक्ति अपनी जान बचाउण दे वास्ते दीने इस्लाम च आउणा चाहे तो सैयद कलमा पढ़ के उसनूं दीने इस्लाम च लिया सकदा है। इसे करके गुरु तेग बहादुर साहब नूं शहीद करन वाला जलाद सैयद परिवार दे विचों सैयद जलालुद्दीन सी, ते इसे ही समाणे दा रहण वाला सी। छोटे साहबजादे नूं शहीद करन वाले इसे जलालुद्दीन दे भतीजे शाशल बेग ते बाशल बेग, वह भी सैयद खानदान दे विचों सी। तीसरी गल, गुरु गोबिंद सिंह महाराज नूं जदों आनंदपुर साहब घेरा पिया तो औरंगजेब ने एक सैयद नूं कुरान शरीफ के उपर एक कसम लिख के भेजा सी, जिसका जिक्र गुरु गोबिंद सिंह महाराज ने जफरनामे विच भी किया कि तश शरीफ दर कस्बा कांगड़ कुनद वजा पस मुलाकात बहम शबद। अगे गुरु साहब का जवाब ही दिंदे ने, तुरा कर बबायद ब कौले कुरां बुनिसदे शुमारा रसानम हमा, कि औरंगजेब जे तू अपनी भेजी हुई कसम वाली कुरान वेखना चाहना तो मेरे कोल पई है। वह जिहड़ी कुरान लैके गया सैयद वली हसन, वह भी समाणे का रहण वाला सी। सो समाणा सैयद लोगों का शहर सी, ते जिन्हें भी जलाद सी वो सैयद जलाद इस शहर के वसते सी, ते जिहड़े जलाद सी उन्हां तो अक्सर लोग दुखी हुंदे ने, उन्हां वास्ते सिक्योरिटी भी दित्ती हुई सी, वक्री सुरक्षा का प्रबंध सी।
सो बाबा बंदा सिंह बहादुर ने समाणे नूं फतेह कीता। समाणे दे लोकां ने इन्ना ज़्यादा मुकाबला नहीं किया, अधीनगी जिहड़ी सी बहुत छेती स्वीकार कर ली, पर उन्होंने नाल नाल ये खबरां जरूर वजीर खान नूं भेज दित्तियां कि बंदा सिंह बहादुर ने आ इलाके फतेह कर ले ने, हुण अगला निशाना बंदा सिंह बहादुर दा जिहड़ा उह सरहंद सी। हुण असीं इस मुद्दे दे उपर आ जाइए जिहड़ा बहुत अहम है कि बाबा बंदा सिंह बहादुर दे कोल काफ़ी सारियां फौजां काफ़ी सारे सिख ते हथियार आ चुके ने। वजीर खान उस वेले तैयारी कर रहा है। एक बड़ी अहम गल है, एक स्रोत दे विच जिक्र मिलता है कि सरदार रतन सिंह बंदा सिंह बहादुर नूं कहिंदे ने कि असी हमला क्यों नहीं कर रहे सरहंद दे उपर, तुसी इंतजार क्यों कर रहे हो, तो बंदा सिंह बहादुर बड़ी सहज दे नाल कहिंदा अजे रुक जाओ। अगले दिन यही सवाल बाज सिंह करता है कि असी सरहंद दे उपर हमला करन च देरी क्यों कर रहे हैं, जदों कि वजीर खान तो अपन फौजों नूं जहाद के नाम के उपर इकट्ठा कर रहे हैं हज़ारों की गिणती दे विच, असी हमला क्यों नहीं कर रहे। तीसरे दिन बंदा सिंह बहादुर का जवाब बड़ा प्यारा, कहिंदा कि सरहंद ये वेखो आगू किवें दे हुंदे ने, वो आप क्रैडिट नहीं लेना चाहता। हुण तुसीं वेखो बंदा सिंह कहिंदा कि सरहंद दे विच जो कुकर्म वजीर खान ने किए ने गुरु साहब के छोटे सरजंदा नूं शहीद करके, उन्होंने प्रति सारी कौम दे विच बराबर का गुस्सा है, तो मैं चाहुंदा है कि सरहंद नूं उदों फतेह किया जाए जदों तक माझे मालवे दुआबे के जिहड़े सिंघां नूं हुक्मनामे भेजे गए ने वह सारे आ जाण, तां जो इस फतेहयाबी दे विच इस जित दे विच वह भी शरीक होण। मैं उन्हां दा इंतजार कर रहा। हौली हौली ये जिहड़े सिख सी ज्यों ज्यों हुक्मनामे पहुँचे, बंदा सिंह बहादुर नूं इत्थे तुहाडे नेड़े रोपड़ दे स्थान दे उपर आ के मिले। सो ये जिहड़ा पहला मिलाप है बंदा सिंह बहादुर दा ते माझे और दुआबे तो आए सिंघां दा, ये रोपड़ दे कोल होया। और इन्हां सिखां नूं रोकण दे वास्ते बहुत भयानक जंग भी होया, इन्हां दा राह रोकिया सी मलेरकोटले वाले पठाणा ने। अगे जा के जिक्र करांगे, असी हा दे नारे दा बहुत जिक्र करते हैं, कुदरतन साडा फर्ज़ भी बनता है कि साहिबजादों की शहादत के समय शेर मुहम्मद खान ने हा दा नारा मारिया सी, पर इहदा मतलब ये नहीं कि नारा मारन तो बाद वह सिखां दा हमायती हो गया जां वह पहला सिखां दा हमायती सी, इवें दी बिल्कुल कोई गल नहीं है। आनंदपुर के घेरे के भी मलेरकोटले के सारे पठान शामिल सी, सरसा के कंढे के उपर जिहड़ी जंग हुई है उहदे विच मलेरकोटले के सारा पठान खानदान जिहड़ा शामिल सी, जिहड़ी मलकपुर रंगणा के विच लड़ाई हुई है जिथे शहीद होए ने जख्मी होए ने 75 सिंह ते 100 सिख शहीद होए ने, उत्थे भी मलेरकोटलिया खानदान सी। और जदों चमकौर नूं घेरा पाया गया मलेरकोटले के पठान उहदे विच भी शामिल सी। इसे ही शेर मुहम्मद खान का भरा नाहर खान से जिहड़ा गुरु गोबिंद सिंह महाराज के हथों मारिया गया, जिहदा जिक्र गुरु गोबिंद सिंह महाराज जफरनामे च भी करते हैं, चुदीदम बा नाहर बा आमद बा जंग चशीदे यके तीर मन बेतरंग, कि जदों मैं नाहर खान नूं मैदाने जंग दे विच आउंदा वेख्या ते मैं अपने कमान दे विचों एक तीर खिंचिया ते नाहर खान नूं जमीन ते सुट दिता। मैं शुरुआत भी कहा सी इतिहासकारी दे विच असी स्रोतों तो बिना एक कदम भी नहीं पुट सकते। हुण ख्याल करो कि चमकौर की गड़ी के विचों तीर चलाउणा ते नाहर खान अपनी फौज के विचों आ रहा उन्हें जमीन ते सुट देना, उस तीर का बल किन्ना होवेगा। इसको असी टेंसाइल पावर कहने कि तंदी की खिच किन्नी हुंदी है, जिस तंदी के नाल तीर चलाया जाता है हर कमान की एक वक्री टेंसाइल पावर हुंदी है। अज जिन्ने भी आर्चरी के मुकाबले हुंदे ने, जिन्ने भी तीरअंदाजी के मुकाबले हुंदे ने, मैं कई बार गया भी हाँ, मैनूं जाण दा मौका मिलता है, उहदे विच हर कमान की एक टेंसाइल पावर हुंदी है कि यह 50 पाउंड का कमान है, यह 100 पाउंड का कमान है। जिहड़ा 150 पाउंड की टेंसाइल पावर वाला कमान चलाउंदा है ना, उहनूं बड़ा चंगा अज तीरअंदाज गिणिया जाता है कि इहदियां बाहवां दे विच इन्ना दम है कि यह इन्नी टेंसाइल पावर वाली तंदी नूं खिच सकता है। हुण गुरु साहब दा जिहड़ा कमान है उहदी टेंसाइल पावर किन्नी होगी। महान कोश तकरीबन तुसीं सारिआं ने पढ़िया, महान कोश दे विच एंट्री है 9 टंकी कमान, ते उहदे थले कान सिंह नाभा लिखते हैं कि गुरु गोबिंद सिंह महाराज के कमान की टेंसाइल पावर जिहड़ी 9 टंक सी, उसनूं 9 टंकी कमान कहा जांदा सी। ते एक टंक जिहड़ा उहदे विच 24 किलो 983 ग्राम हुंदे ने। सो गुरु गोबिंद सिंह महाराज के कमान की टेंसाइल पावर 496 पाउंड के करीबन। फिर एक अफसोस है, एक ट्रैजडी है कि साडे कोल असली कमान तो है नहीं सी, कितने उस कमान का रैपलिका बना के भी असी किसी गुरुद्वारे या म्यूजियम च नहीं रख सके कि गुरु साहब दीयां बाहां दे विच इन्ना बल सी जिहड़े इन्नी टेंसाइल पावर का कमान खिंचा करते। स्रोत साढ़े कोल नहीं, सरदार कान सिंह नाभा ने 9 टंकी लिखिया, संतोख सिंह उन्होंने 9 टंकी लिखिया, स्रोत साढ़े कोल ने,
ਪਰ ਇਤਿਹਾਸ ਨੂੰ ਸਾਂਭਣ ਦਾ ਸੀ ਕਿਤੇ ਵੀ ਅਜੇ ਤੱਕ ਯਤਨ ਨਹੀਂ ਕੀਤਾ। ਖੈਰ ਇੱਥੇ ਬੰਦਾ ਸਿੰਘ ਬਹਾਦਰ ਦਾ ਅਤੇ ਮਾਝੇ ਮਾਲਵੇ ਤੋਂ ਆਏ ਸਿੰਘਾਂ ਦਾ ਮਿਲਾਪ ਹੋਇਆ। ਹੁਣ ਅਗਲੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਹੁਕਮ ਦਿੱਤਾ ਸੀ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਵੱਲ ਤੁਰਨ ਲੱਗਿਆਂ। ਉਹਨਾਂ ਦੇ ਵਿੱਚੋਂ ਦੋ ਹੁਕਮ ਬੜੇ ਅਹਿਮ ਨੇ। ਪਹਿਲਾ ਹੁਕਮ ਸੀ ਕਿ ਕਿਸੇ ਵੀ ਧਰਮ ਦੇ ਧਰਮ ਅਸਥਾਨ ਦੀ ਬੇਅਦਬੀ ਨਹੀਂ ਕਰਨੀ ਅਤੇ ਦੂਸਰਾ ਹੁਕਮ ਸੀ ਮੈਦਾਨੇ ਜੰਗ ਦੀ ਚੋਣ ਆਪ ਕਰਨੀ। ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਪਰ ਹਮਲਾ ਨਹੀਂ ਕੀਤਾ ਬਲਕਿ ਚੱਪੜਚਿੜੀ ਦੇ ਮੈਦਾਨ ਦੇ ਵਿੱਚ, ਇਹ ਅੱਜ ਅਸੀਂ ਜਦੋਂ ਅਸੀਂ ਉਹਨੂੰ ਪ੍ਰੋਨਾਂਸੀਏਟ ਕਰਦੇ ਹਾਂ ਤਾਂ ਚੱਪੜਚਿੜੀ, ਕਿਉਂਕਿ ਸਭ ਤੋਂ ਪਹਿਲਾਂ ਇਸ ਪਿੰਡ ਦਾ ਨਾਮ ਜਿਹੜਾ ਸਾਨੂੰ ਡਾਕਟਰ ਵਿਲੀਅਮ ਇਰਵਿਨ ਦੀ ਕਿਤਾਬ ਦਾ ਲੇਟਰ ਮੁਗਲਸ ਦੇ ਵਿੱਚ ਮਿਲਦਾ ਹੈ। ਛੱਪੜ ਔਰ ਝਿੜੀ, ਰੁੱਖਾਂ ਦੀ ਝਿੜੀ ਹੋਣਾ ਅਤੇ ਪਾਣੀ ਦਾ ਸਰੋਤ ਹੋਣਾ, ਇਹ ਸ਼ਬਦ ਸੀ ਛੱਪੜ ਝਿੜੀ, ਜਿਸ ਤੋਂ ਬਦਲ ਕੇ ਹੌਲੀ ਹੌਲੀ ਚੱਪੜ ਝਿੜੀ ਦਾ ਮੈਦਾਨ ਜਿਹੜਾ ਉਹ ਸਾਡੇ ਮਾਨਸਿਕਤਾ ਵਿੱਚ ਘਰ ਕਰ ਚੁੱਕਾ ਗਿਆ। ਜਿਹੜਾ ਪਹਿਲਾ ਨਾਮ ਸੀ ਉਹ ਛੱਪੜ ਝਿੜੀ ਸੀ। ਹੁਣ ਛੱਪੜ ਨੂੰ ਸੀ ਐੱਚ ਦੇ ਨਾਲ ਲਿਖਿਆ ਜਾਂਦਾ ਹੈ, ਉਹਦੇ ਕਰਕੇ ਅਸੀਂ ਚੱਪੜ ਝਿੜੀ ਨੂੰ ਪ੍ਰੋਨਾਂਸੀਏਟ ਕਰਨਾ ਸ਼ੁਰੂ ਕਰ ਦਿੱਤਾ। ਜਿਹੜਾ ਪੁਰਾਤਨ ਨਾਮ ਸੀ ਉਹ ਛੱਪੜ ਝਿੜੀ, ਕਿ ਉੱਥੇ ਰੁੱਖ ਵੀ ਸੀ ਔਰ ਪਾਣੀ ਦਾ ਸਰੋਤ ਵੀ ਸੀ, ਝਿੜੀ ਵੀ ਸੀ ਔਰ ਛੱਪੜ ਵੀ ਸੀ, ਜਿਸ ਕਰਕੇ ਇਸਦਾ ਨਾਮ ਛੱਪੜ ਝਿੜੀ ਹੈ। ਬੰਦਾ ਸਿੰਘ ਬਹਾਦਰ ਨੇ ਆਪਣੇ ਸਿੱਖ ਸੈਨਿਕਾਂ ਦੇ ਨਾਲ ਉਸ ਜਗ੍ਹਾ ਦੇ ਉੱਪਰ ਜਿਹੜਾ ਉਹ ਡੇਰਾ ਕੀਤਾ। ਹੁਣ ਇੱਕ ਇੱਥੇ ਸਵਾਲ ਫਿਰ ਪੈਦਾ ਹੋਇਆ, ਉਹ ਸਵਾਲ ਇਹ ਪੈਦਾ ਹੋਇਆ ਕਿ ਸਰਦਾਰ ਫਤਿਹ ਸਿੰਘ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਨੇ ਕਿ ਸਾਡੀ ਫੌਜ ਦੇ ਵਿੱਚ ਬਹੁਤ ਲੋਕ ਐਸੇ ਨੇ ਜਿਹੜੇ ਲੁੱਟਮਾਰ ਦੀ ਨੀਤ ਨਾਲ ਸ਼ਾਮਲ ਹੋਏ ਨੇ, ਇਹ ਮੈਦਾਨੇ ਜੰਗ ਦੇ ਵਿੱਚੋਂ ਭੱਜ ਜਾਣਗੇ, ਇਹਨਾਂ ਨੂੰ ਹੁਣ ਹੀ ਵੱਖਰੇ ਕਰ ਦੇਣਾ ਚਾਹੀਦਾ। ਹੁਣ ਉਹ ਯੁੱਧ ਨੀਤੀ ਦਾ ਐਸਾ ਜਰਨੈਲ ਹੈ, ਉਹ ਕਹਿੰਦਾ ਬੇਸ਼ੱਕ ਇਹ ਲੁੱਟਮਾਰ ਦੀ ਨੀਅਤ ਦੇ ਨਾਲ ਸ਼ਾਮਲ ਹੋਏ ਨੇ, ਪਰ ਲੁੱਟਮਾਰ ਕਰਨ ਤੋਂ ਬਾਅਦ ਜਦੋਂ ਇਹ ਪਿੰਡਾਂ ਦੇ ਵਿੱਚ ਜਾਣਗੇ ਨਾ ਤੇ ਲੋਕਾਂ ਤੱਕ ਸਾਡੀ ਇਹ ਖਬਰ ਤਾਂ ਪਹੁੰਚ ਜਾਵੇਗੀ ਨਾ ਕਿ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕਰ ਲਿਆ, ਉਹਦੀ ਲੁੱਟਮਾਰ ਹੋ ਚੁੱਕੀ ਹੈ, ਇਹ ਸਾਡਾ ਸੋਰਸ ਆਫ ਇਨਫੋਰਮੇਸ਼ਨ ਤੇ ਆਇਆ ਨਾ, ਲੋਕਾਂ ਤੱਕ ਸਾਡੀਆਂ ਖਬਰਾਂ ਤੇ ਪਹੁੰਚਣਗੀਆਂ ਨਾ। ਸੋ ਇਹ ਉਸ ਜਰਨੈਲ ਦੀ ਯੁੱਧ ਨੀਤੀ ਹੈ, ਇੱਕ ਬੜਾ ਅਹਿਮ ਤੱਥ ਹੈ ਇਸ ਯੁੱਧ ਨੀਤੀ ਦੇ ਵਿੱਚ। ਸੋ ਬੰਦਾ ਸਿੰਘ ਬਹਾਦਰ ਨੇ ਉਸ ਜਗ੍ਹਾ ਦੇ ਉੱਪਰ ਆਪਣੀਆਂ ਫੌਜਾਂ ਤੈਨਾਤ ਕੀਤੀਆਂ ਔਰ ਵਜ਼ੀਰ ਖਾਨ ਨੂੰ ਬਕਾਇਦਾ ਇੱਕ ਚਿੱਠੀ ਵੀ ਲਿਖੀ ਹੈ। ਇਸ ਚਿੱਠੀ ਦਾ ਜ਼ਿਕਰ ਸਾਨੂੰ ਮਿਲਦਾ ਹੈ ਅਖਬਾਰ ਅਤੇ ਦਰਬਾਰੇ ਮੌਲਾ ਦੇ ਵਿੱਚ, ਔਰ ਚਿੱਠੀ ਲਿਖਣ ਦੀ ਜਿਹੜੀ ਤਰੀਕ ਹੈ ਸਾਨੂੰ ਅੱਜ ਦੀ ਮਿਲਦੀ ਹੈ। ਇਸੇ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਬੇਸ਼ੱਕ ਅਸੀਂ ਦਿਹਾੜੇ ਮਨਾਉਂਦੇ ਹਾਂ ਪਰ ਸਿੱਖ ਇਤਿਹਾਸ ਸਰਚ ਬੋਰਡ ਦੀ ਕੋਈ ਵਧੀਆ ਅਕੈਡਮੀ ਨਾ ਹੋਣ ਕਰਕੇ ਅਸੀਂ ਅਜੇ ਤੱਕ ਤਰਦੀਕਾਂ ਨਿਰਧਾਰਤ ਨਹੀਂ ਕਰ ਸਕੇ। ਜਿਹੜੀਆਂ ਸਾਡੀਆਂ ਕੁਛ ਸਰੋਤ ਨੇ ਉਹ 12 ਮਈ 1710 ਦੀ ਗੱਲ ਕਰਦੇ ਨੇ, ਕੁਛ 24 ਮਈ 1710 ਦੀ ਗੱਲ ਕਰਦੇ ਨੇ, ਇਸੇ ਤਰ੍ਹਾਂ ਕੁਝ ਸਰੋਤ 22 ਮਈ ਦੀ ਗੱਲ ਕਰਦੇ ਨੇ, ਕੁਝ ਸਰੋਤ ਇੱਕ ਹਾੜ ਦੀ ਗੱਲ ਕਰਦੇ ਨੇ, ਇੱਕ ਹਾੜ ਨੂੰ ਜਦੋਂ ਅਸੀਂ ਗ੍ਰੈਗੋਰੀਅਨ ਦੇ ਵਿੱਚ ਕਨਵਰਟ ਕਰਾਂਗੇ ਤੇ 15 ਜੂਨ ਬਣਦੀ ਹੈ। ਸੋ ਅਜੇ ਤੱਕ ਅਸੀਂ ਸਰਹੰਦ ਨੂੰ ਫਤਿਹ ਕਰਨ ਦੀ ਤਰੀਕ ਵੀ ਅਸੀਂ ਅਜੇ ਤੱਕ ਇੱਕ ਨਿਰਧਾਰਤ ਨਹੀਂ ਕਰ ਸਕਦੇ, ਜਿੰਨੇ ਸਾਡੇ ਲਿਖਾਰੀ ਨੇ ਉਨੀਆਂ ਤਰੀਕਾਂ ਨੇ। ਸਭ ਤੋਂ ਵੱਡੀ ਘਾਟ ਹੈ ਕਿ ਸਾਡਾ ਕੋਈ ਰਿਸਰਚ ਬੋਰਡ ਨਹੀਂ ਹੈ ਜਿਹਦੇ ਵਿੱਚ ਅਸੀਂ ਇੱਕ ਤਰੀਕ ਨੂੰ ਇੱਕ ਜਗ੍ਹਾ ਨੂੰ ਉਹਦੇ ਕ੍ਰੋਨੋਗ੍ਰਾਫਿਕ ਫੇਸ ਨੂੰ ਨਿਰਧਾਰਿਤ ਕਰ ਸਕੀਏ, ਜਿਹੜਾ ਕਿ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਤਵਾਰੀਖ ਕੋਈ ਬਹੁਤੀ ਪੁਰਾਣੀ ਨਹੀਂ ਹੈ, ਉਸਨੂੰ ਨਿਰਧਾਰਿਤ ਕੀਤਾ ਜਾ ਸਕਦਾ, ਸਾਡੇ ਕੋਲ ਸਰੋਤ ਨੇ। ਪਰ ਅਜੇ ਤੱਕ ਜਿਹੜੀ ਸਾਡੀ ਮੈਂ ਨਾ ਮਾਨੂੰ ਦੀ ਜਿਹਦੇ ਨਾ ਕਿ ਜੋ ਮੈਂ ਲਿਖ ਦਿੱਤਾ ਉਹੀ ਅੰਤਿਮ ਸੱਚ ਹੈ, ਉਹੀ ਸਾਡੇ ਇਤਿਹਾਸ ਨੂੰ ਕਿਸੇ ਪਾਸੇ ਨਹੀਂ ਲੱਗਣ ਦੇ ਰਹੀ। ਖੈਰ ਵਜ਼ੀਰ ਖਾਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਸਭ ਤੋਂ ਪਹਿਲਾਂ ਇੱਕ ਅੰਦਰ ਨੀਤੀ ਤਿਆਰ ਕੀਤੀ ਗਈ ਹੈ ਕਿ ਕਿਸੇ ਤਰੀਕੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਭੱਜ ਦੌੜ ਪੈਦਾ ਕੀਤੀ ਜਾ ਸਕੇ। ਉਸ ਭੱਜ ਦੌੜ ਨੂੰ ਪੈਦਾ ਕਰਨ ਦੇ ਵਾਸਤੇ ਜਰਨੈਲ ਨੂੰ ਚੁਣਿਆ ਗਿਆ ਕਿ ਕਿਹੜਾ ਜਰਨੈਲ ਹੈ ਜਿਹੜੀ ਐਸੀ ਭੂਮਿਕਾ ਨਿਭਾ ਸਕੇ। ਵਜ਼ੀਰ ਖਾਨ ਕਹਿੰਦਾ ਹੈ ਕਿ ਜੇਕਰ ਉਹ ਜਰਨੈਲ ਮੁਸਲਮਾਨ ਹੋਵੇਗਾ ਤਾਂ ਬੰਦਾ ਸਿੰਘ ਬਹਾਦਰ ਇੰਨੀ ਛੇਤੀ ਯਕੀਨ ਨਹੀਂ ਕਰੇਗਾ, ਅਤੇ ਉਹ ਧੋਖਾ ਦੇਣ ਦੇ ਵਾਸਤੇ ਚੁਣਿਆ ਗਿਆ ਗੰਡਾ ਮੱਲ ਜਿਹੜਾ ਕਿ ਸੱਚਾਨੰਦ ਦਾ ਭਤੀਜਾ ਸੀ। ਗੰਡਾ ਮੱਲ ਸੱਚਾਨੰਦ ਦਾ ਭਤੀਜਾ ਆਪਣੇ ਕੁਝ ਫੌਜੀਆਂ ਨੂੰ ਲੈ ਕੇ ਬੰਦਾ ਸਿੰਘ ਬਹਾਦਰ ਦੇ ਕੋਲ ਜਾ ਕੇ ਗਿਆ ਅਤੇ ਉਸਨੂੰ ਜਾ ਕੇ ਕਹਿੰਦਾ ਹੈ ਕਿ ਮੈਂ ਆਪਣੇ ਚਾਚੇ ਦੇ ਕੀਤੇ ਉੱਪਰ ਬੜਾ ਪਛੇਮਾਨ ਹਾਂ, ਬੜਾ ਪਛਤਾਵਾ ਹੈ ਮੈਨੂੰ, ਮੈਂ ਚਾਹੁੰਦਾ ਕਿ ਮੈਂ ਤੁਹਾਡੀ ਫੌਜ ਦੇ ਵਿੱਚ ਤੁਹਾਡਾ ਸਾਥ ਦੇਵਾਂ ਕਿ ਜਿਹੜੀ ਗਲਤੀ ਮੇਰੇ ਚਾਚੇ ਨੇ ਕੀਤੀ ਹੈ ਮੈਂ ਉਹਦੇ ਜਿਹੜੇ ਪਾਪ ਆ ਉਹਨਾਂ ਨੂੰ ਧੋ ਸਕਾਂ। ਬੰਦਾ ਸਿੰਘ ਬਹਾਦਰ ਮੁਸਕਰਾਇਆ ਅਤੇ ਬਾਜ ਸਿੰਘ ਨੂੰ ਕਹਿੰਦਾ ਕਿ ਬੇਸ਼ੱਕ ਇਹਨੂੰ ਫੌਜ ਦੇ ਵਿੱਚ ਦਾਖਲ ਕਰ ਰਹੋ ਪਰ ਬਾਜ ਸਿੰਘ ਤੇਰੀ ਡਿਊਟੀ ਆ ਮੈਦਾਨੇ ਜੰਗ 'ਚ ਤੇ ਨਜ਼ਰ ਵੀ ਰੱਖਣੀ ਹੈ। ਇਹ ਵੀ ਉਸ ਜਰਨੈਲ ਦਾ ਇੱਕ ਗੁਣ ਸੀ। ਬੇਸ਼ੱਕ ਗੰਡਾ ਮੱਲ ਨੂੰ ਫੌਜ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਪਰ ਉਹਦੀ ਫੌਜ ਦੇ ਉੱਪਰ ਫਿਰ ਇੱਕ ਜਰਨੈਲ ਨੂੰ ਬਾਜ ਸਿੰਘ ਨੂੰ ਡਿਊਟੀ ਦਿੱਤੀ ਗਈ ਕਿ ਗੰਡਾ ਮੱਲ ਦੇ ਉੱਪਰ ਖਾਸ ਖਿਆਲ ਰੱਖਣਾ। ਅਖੀਰ ਵਜ਼ੀਰ ਖਾਨ ਆਪਣੀਆਂ ਫੌਜਾਂ ਨੂੰ ਲੈ ਕੇ ਪਹੁੰਚਿਆ। ਹੁਣ ਜੇਕਰ ਅਸੀਂ ਇਹਦਾ ਯੁੱਧ ਨੀਤਿਕ ਨਜ਼ਰੀਏ ਤੋਂ ਅਧਿਐਨ ਕਰੀਏ ਤਾਂ ਸਭ ਤੋਂ ਪਹਿਲੀ ਗੱਲ ਸੀ ਕਿ ਬੰਦਾ ਸਿੰਘ ਬਹਾਦਰ ਇਸ ਜੰਗ ਨੂੰ ਜਿੱਤ ਕਿਵੇਂ ਗਿਆ। ਉਹਦੀ ਪਹਿਲੀ ਗੱਲ ਸੀ ਕਿ ਉਸਨੇ ਜਿਹੜੀ ਆਪਣੀ ਚੋਣ ਕੀਤੀ ਹੈ ਮੈਦਾਨੇ ਜੰਗ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮਾਂ ਦੇ ਅਨੁਸਾਰ ਕੀਤੀ ਹੈ। ਦੂਸਰੀ ਗੱਲ, ਤੁਸੀਂ ਕਿਤੇ ਵੀ, ਮੈਂ ਅੱਗੇ ਵੀ ਗੱਲ ਕਰ ਰਿਹਾ ਸੀ,
सिख फौजां दे वल्लों जिन्नियां भी लड़ाइयां लड़िया गई ने सिखां दे वल्लों तुसीं हाथी की वरतों नहीं वेखो। सिखां ने कभी मैदाने जां चवार एलीफेंट्स नहीं वरते, हाथियों की वरतों नहीं की। उहदा एक कारण है क्योंकि वह युद्ध नीति सिखां नूं गुरु नानक साहब ने दिती। एक थीसिस है ऑनलाइन अवेलेबल है, तुहानूं PDF उहदी ऑनलाइन मिल जाएगी, नहीं तो किताबां भी अवेलेबल ने। मैं भी चंडीगढ़ तो 17 सैक्टर तो खरीद के लैके गया सी उन्हां समयां दे विच। उस थीसिस का नाम है हिंदू इतिहास हारों की दास्तान, डॉक्टर सुरेंद्र कुमार का लिखा। वह कहिंदा कि हिंदुस्तान के लोगों की हार का कारण है चतरंगणी फौज। चतरंगणी फौज वह होंगी जिस हाथियों की पाल अगे लाई जाती है। कहिंदा कि जदों हाथियों के अगले पास्यों तोपां चलदियां ने ना, तो जदों हाथियों के उपर तोपां के गोले वजदे ने तो ये आवाज़ के नाल ते गोलियां दे नाल घबरा के पिछे नूं भजदे ने ते अपनी फौज का ही नुकसान करते हैं। हुण सिखां नूं इस गल का किवें पता लगा? यह थीसिस तां कोई 10 साल पहला लिखा गया, पर सिखां नूं यह गल किने समझाई? गुरु नानक साहब ने एक जंग वेखी है लोधी सरदारां दी ते बाबर दी, ते गुरु नानक साहब ने उस जंग दा अध्ययन किवें कीता? मुगल पठाणा भई लड़ाई, रण मैं तेग वगाई, ओनी तुप तोप ते बंदूक, ओनी तुप कतान चलाई, इन्नी हस्त चढ़ाई। भी जदों उन्हां दीआं तोपां चलियां ते इन्हां दे जिहड़े हस्ती सी हाथी सी उह चिंगाड़दे होए पिछे नूं भज्जे, जिहड़े हार दा कारण बणे। गुरु नानक साहब ने युद्ध नीतिक नज़रिए तों हिंदुस्तान दे लोकां दी हार दा कारण उदों ही साडे सामने एनालाइज़ करके रख दित्ता सी कि हाथियां दी फौज सब तों वड्डी हार दा कारण सी। उस तों बाद सिखां ने किसे फौज च हाथियां दी वरतों नहीं कीती। ये युद्ध नीति गुरु नानक साहब ने सानूं घड़ के दित्ती। मुगल पठाणा भई लड़ाई, रण मैं तेग वगाई, ओनी तुप कतान चढ़ाई, इन्नी हस्त चढ़ाई। साढ़े बहुते टीकेकारा ने हस्ती दे हाथ इत्थे शब्द हथ कर दिते ने कि उन्हां दीआं जिहड़ियां तोपां सी हत्थां च रह गईआं, नहीं, हस्त चढ़ाई चढ़ाई चिंगाड़दे होए हाथी पिछे नूं भज गए जिहड़े हार दा कारण बणे। खैर, वजीर खान की एक गलती कह लो कि उसने पाणी दे स्रोत नूं अपना काबज़ नहीं कीता। बंदा सिंह बहादुर ने पाणी दे स्रोत दे उपर कब्जा कीता। दूसरी गल कि वजीर खान बहुत समा डिफेंस दे विच बैठा रहा, जदों कि बंदा सिंह बहादुर हमलावर हो के आया सी। जिहड़ा डिफेंस दे उपर लड़ रहा व्यक्ति हुंदा उहदे कोल एक ही रस्ता हुंदा है कि जां ते उह लड़ जाएगा जित जाएगा ते जां हार जाएगा। पर जिहड़ा ऑफेंसिव हुंदा उहदे कोल हमेशा दो राह हुंदे ने। बंदा सिंह बहादुर दे कोल दो रस्ते सी कि मैं अपनी जगह दे उपर मैदाने जंग च जूझ रहा, जे इस वारी इह जंग ना भी जित्ती जाएगी तो मेरे को किसी ना किसी पासे निकल का रस्ता है। सो यह अहम युद्ध नीति सी जिहदे विच ऑफेंस ते डिफेंस नूं जिहड़ा सी समझणा बहुत जरूरी है। दूसरी गल, वजीर खान ने अपनी फौज की सफबंदी भी अपने पुराने तरीके दे नाल कीती। सब तो अगे तोपां लगा लईआं, तोपां तो पिछे उसने हाथी लगा ले, ते हाथियां दे दोवां साइडां ते उसने अपने घोड़सवार ला ले, ते पिछे उसने अपनी पैदल फौज ला ली। ते बंदा सिंह बहादुर, क्योंकि वजीर खान दे कोल 3 तरह की फौज सी, एक उहदी परगणिआं दी फौज जिस की गिनती मैं तुहानूं दस्सिआ कि सरहंद के अधीन 28 परगणे सी, उहनां कोल 49,000 फौज सी। उहदे तों अलावा वह लोग जिन्हां नूं जिहाद के नाम के उपर इकट्ठा किया गया कि इस्लाम नूं खतरा है तुसीं लड़न वास्ते आओ, एक वह फौज सी। एक पठाणा का मलेरकोटले वाले का वक्खरा दल सी। इस तरह बंदा सिंह बहादुर ने अपनी फौज नूं वंडिआ है। एक की कमांड उसने फतेह सिंह हुणां नूं ते बाज सिंह हुणां नूं दित्ती है, एक की कमांड जिहड़ी है वह दित्ती है बिनोद सिंह हुणां नूं ते तरलोक सिंह हुणां नूं, राम सिंह हुणां नूं, शाम सिंह हुणां नूं, इन्हां नूं दित्ती है। ते एक बंदा सिंह बहादुर ने दस्ता अपने कोल रखिआ। वह सब तो वड्डी अहम गल सी कि बंदा सिंह बहादुर ने जिहड़ा अपने नाल दस्ता रखिआ है वह सीधा मैदाने जंग च नहीं लै के गया, वह बिल्कुल वक्खरा एक जगह के उपर खड़ा रखिआ। बंदा सिंह बहादुर बिल्कुल अखीर दे विच मैदाने जंग दे विच आया, वह पहला सीधे शामिल नहीं होए। सो पहला जिहड़ी बंदा सिंह बहादुर की नीति सी, पहली नीति यह सी कि उच्ची जगह के उपरों सब तो पहला जिहड़े तोपां वाले तोपची सी उन्हां नूं तीर अंदाजा ने खत्म किया, उन्हां तोपां के उपर कब्जा किया गया। तोपां के उपर कब्जा करन तो बाद जिहड़ी नीति गुरु नानक साहब की सी कि ओनी तुप कतान चलाई ओनी हस्त चढ़ाई, जदों वह तोपां हाथियों वल नूं चलियां तो हाथी वजीर खान की फौज नूं खदाड़दे हुए पिछे नूं भज्जे, उहदी फौज का नुकसान होया, कुछ हौसला उन्हां दा टुट गया। पर उहदे घोड़सवार जिहड़े फौजी सी उह मैदाने जंग च बड़े वधिया तरीके नाल लड़े। इधरों बाज सिंह हुणां ने, फतेह सिंह हुणां ने, बिनोद सिंह हुणां ने, कान सिंह हुणां ने, अमर सिंह, रतन सिंह, गुलाब सिंह, मीर बख्शी, इधरों इन्हां जरनैलों ने भी उन्हां दा वधिया मुकाबला किया। इस भज्जे हुए मैदाने जंग दे विच गंडावल ने यह कह के भाजण पा दी कि असीं हार रहे हैं ते अपने सिपाहियों नूं लैके निकल लगा। उस वेले बंदा सिंह बहादुर ने बाज सिंह नूं इशारा किया कि इस मौके की ताक दे विच मैं सी।
ਅਤੇ ਇਹ ਜਿਹੜਾ ਗੰਡਾ ਮੱਲ ਸੀ ਇਸ ਨੂੰ ਬਾਜ ਸਿੰਘ ਨੇ ਮੈਦਾਨੇ ਜੰਗ 'ਚ ਕਤਲ ਕਰ ਦਿੱਤਾ। ਇਹਦੇ ਸਾਥੀ ਜਿਹੜੇ ਸੀ ਭੱਜ ਗਏ। ਜਦੋਂ ਇੱਕ ਬਾਈ ਥੋੜ੍ਹੀ ਕਮਜ਼ੋਰ ਹੋਣ ਲੱਗੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਬਿਲਕੁਲ ਮੌਕੇ ਦੇ ਉੱਪਰ ਆਇਆ। ਜੇਕਰ ਤੁਸੀਂ ਖਾਫੀ ਖਾਨ ਨੂੰ ਪੜ੍ਹੋ ਤਾਂ ਉੱਥੋਂ ਫਿਰ ਯੁੱਧ ਦੇ ਨਕਸ਼ੇ ਦਾ ਪਤਾ ਲੱਗਦਾ ਕਿ ਜਦੋਂ ਸਿੱਖ ਫੌਜਾਂ ਵਿੱਚ ਹਲਚਲ ਪੈਦਾ ਹੋ ਗਈ ਉਸ ਵੇਲੇ ਬੰਦਾ ਸਿੰਘ ਬਹਾਦਰ ਮੈਦਾਨੇ ਜੰਗ ਦੇ ਵਿੱਚ ਆ ਗਿਆ। ਮੈਦਾਨੇ ਜੰਗ ਦੇ ਵਿੱਚ ਜਦੋਂ ਆਇਆ ਉਸ ਸਮੇਂ ਜਿਹੜਾ ਵਜ਼ੀਰ ਖਾਨ ਦਾ ਮੁਕਾਬਲਾ ਹੋਇਆ ਉਹ ਹੋਇਆ ਫਤਿਹ ਸਿੰਘ ਅਤੇ ਬਾਜ ਸਿੰਘ ਦੇ ਨਾਲ। ਵਜ਼ੀਰ ਖਾਨ ਮੈਦਾਨੇ ਜੰਗ ਦੇ ਵਿੱਚ ਮਾਰਿਆ ਗਿਆ। ਵਜ਼ੀਰ ਖਾਨ ਮਾਰਿਆ ਗਿਆ, ਇਹਦੇ ਤੋਂ ਇਲਾਵਾ ਮਲੇਰਕੋਟਲੀਆ ਇਹ ਸ਼ੇਰ ਮੁਹੰਮਦ ਖਾਨ ਵੀ ਮਾਰਿਆ ਗਿਆ। ਇਹਦਾ ਇੱਕ ਭਰਾ ਸੀ ਖਵਾਜ਼ਾ ਖਿਜ਼ਰ ਖਾਨ, ਜਿਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ 'ਚ ਕੀਤਾ, ਜਿਹੜਾ ਚਮਕੌਰ ਦੀ ਗੜੀ 'ਚੋਂ ਜਾਨ ਬਚਾ ਕੇ ਭੱਜ ਆਇਆ ਸੀ ਕਿ ਆ ਖਵਾਜ਼ਾ ਮਰਦੂਦ ਸਾਇਆਂ ਦੀ ਵਾਰ ਪਾ ਮੈਂ ਤੈਨਾਂ ਆਮਦ ਬੰਬਰ ਦਾਨਾ ਵਾਰ, ਦਰੇਗਾ ਅਗਰ ਰੂਏ ਉਦੀਦ ਮੇ ਬਾਚਕ ਤੀਰ ਲਾਚਾਰ ਬਖਸ਼ੀਦ ਮੇ। ਇਹ ਜਿਹੜਾ ਖਿਜ਼ਰ ਖਾਨ ਸੀ ਇਹ ਵੀ ਮਾਰਿਆ ਗਿਆ। ਇਹਨਾਂ ਦਾ ਭਤੀਜਾ ਨਸ਼ਤਰ ਅਲੀ ਖਾਨ ਵੀ ਮਾਰਿਆ ਗਿਆ ਕਿ ਇਹ ਮਲੇਰਕੋਟਲੇ ਦੇ ਜਿੰਨੇ ਵੀ ਪਠਾਨ ਸੀ ਇਹਨਾਂ ਦਾ ਸਾਰਾ ਖਾਨਦਾਨ ਉਸ ਮੈਦਾਨੇ ਜੰਗ ਦੇ ਵਿੱਚ ਕਤਲ ਕੀਤਾ ਗਿਆ, ਮਾਰਿਆ ਗਿਆ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੇ ਵਿੱਚ ਸ਼ਹਿਰ ਦੇ ਵਿੱਚ ਦਾਖਲ ਹੋਇਆ। ਜਿਹੜੀ ਸਰਹੰਦ ਸ਼ਹਿਰ ਦੇ ਜੇ ਅਸੀਂ ਪਿਛੋਕੜ ਵੱਲ ਵੇਖੀਏ ਤਾਂ ਸਰਦਾਰ ਕਰਨ ਸਿੰਘ ਸਟੋਰੀਅਨ ਦੇ ਸ਼ਬਦ ਬੜੇ ਅਹਿਮ ਨੇ। ਉਹ ਕਹਿੰਦੇ ਨੇ ਕਿ ਸਰਹੰਦ ਨੂੰ ਸਿਰ ਪੀੜ ਹੋਵੇ ਤਾਂ ਦਿੱਲੀ ਨੂੰ ਬੁਖਾਰ ਚੜ ਜਾਂਦਾ ਸੀ। ਸਰਹੰਦ ਜਿਹੜਾ ਇੰਨਾ ਮਸ਼ਹੂਰ ਸ਼ਹਿਰ ਸੀ ਉਹਨਾਂ ਸਮਿਆਂ ਦੇ ਵਿੱਚ ਕਿ ਸਰਹੰਦ ਨੂੰ ਸਿਰ ਪੀੜ ਹੋਵੇ ਦਿੱਲੀ ਨੂੰ ਬੁਖਾਰ ਚੜ ਜਾਂਦਾ ਸੀ। ਸਰਹੰਦ ਸ਼ਹਿਰ ਹੈ ਵੀ ਬੜਾ ਪੁਰਾਣਾ, ਰਾਜਸੀ ਤੌਰ ਦੇ ਉੱਪਰ ਸਰਹੰਦ ਦਾ ਬਹੁਤ ਨਾਮ ਹੈ। ਕਿਸੇ ਸਮੇਂ ਹਿੰਦੁਸਤਾਨ ਦੀ ਰਾਜਸਥਾਨੀ ਉਤਪੰਡ ਸੀ, ਉਤਪੰਡ ਤੋਂ ਲਾਹੌਰ, ਲਾਹੌਰ ਤੋਂ ਬਾਅਦ ਸਰਹੰਦ, ਅਤੇ ਸਰਹੰਦ ਦਾ ਰਾਜਨੀਤਿਕ ਤੌਰ 'ਤੇ ਵੀ ਬੜਾ ਉੱਚਾ ਦਰਜਾ ਸੀ। ਪੰਜਾਬ ਦੇ ਵਿੱਚ ਜਿੰਨਾ ਵੀ ਹਾਥੀ ਦੰਦ ਦਾ ਕੰਮ ਹੁੰਦਾ ਸੀ ਉਹ ਸਰਹੰਦ ਦੇ ਵਿੱਚ ਹੁੰਦਾ ਸੀ। ਜਿੰਨੀ ਵੀ ਪੰਜਾਬ 'ਚ ਸਿਲਕ ਤਿਆਰ ਕੀਤੀ ਜਾਂਦੀ ਸੀ ਉਹ ਵੀ ਸਰਹੰਦ ਦੇ ਵਿੱਚ ਕੀਤੀ ਜਾਂਦੀ ਸੀ। ਇੱਥੋਂ ਤੱਕ ਇੱਕ ਸਰੋਤਾ ਇੱਥੋਂ ਤੱਕ ਲਿਖਦਾ ਹੈ ਕਿ ਚਾਈਨੀਜ਼ ਮੌਂਕ ਨੇ, ਜਿਹੜੀ ਅਸੀਂ ਕਹਿੰਦੇ ਕਿ ਜਿਹੜੀ ਚੀਨ ਨੇ ਸਿਲਕ ਦੀ ਖੋਜ ਕੀਤੀ, ਇੱਕ ਸਰੋਤਾ ਇੱਥੋਂ ਤੱਕ ਹੈ ਕਿ ਜਿਹੜੇ ਬੋਧੀ ਮੌਂਕ ਸੀਗੇ ਉਹ ਸਿਲਕ ਬਣਾਉਣ ਦੀ ਟੈਕਨੀਕ ਵੀ ਸਰਹੰਦ ਤੋਂ ਲੈ ਕੇ ਗਏ ਸੀ ਕਿਸੇ ਸਦੀ ਦੇ ਵਿੱਚ। ਸਾਨੂੰ ਇਹ ਵੀ ਇਤਿਹਾਸ ਦੇ ਵਿੱਚ ਮਿਲਦਾ ਕਿ ਸਰਹੰਦ ਉਦੋਂ ਪੂਰਾ ਇੱਕ ਡਿਵੈਲਪ, ਇੱਕ ਪੂਰਾ ਆਧੁਨਿਕ ਸ਼ਹਿਰ ਸੀ ਔਰ ਉਸ ਸ਼ਹਿਰ ਦੀ ਰੱਖਿਆ ਦੇ ਵਾਸਤੇ ਤੋਪਾਂ ਵੀ ਬਹੁਤ ਬੀੜੀਆਂ ਹੋਈਆਂ ਸੀ। ਸੋ ਅਹਿਮ ਗੱਲ ਸੀ ਉਸ ਸ਼ਹਿਰ ਦੇ ਵਿੱਚ ਦਾਖਲ ਹੋਣਾ ਅਤੇ ਫੌਜ ਦਾ ਨੁਕਸਾਨ ਵੀ ਨਾ ਹੋਵੇ। ਉਸ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੁਛ ਪੁਰਾਣੇ ਭੱਠੇ ਸੀ ਉਹਨਾਂ ਭੱਠਿਆਂ ਦੇ ਉੱਪਰ ਆਪਣੇ ਤੀਰ ਅੰਦਾਜ਼ ਸਿੱਖ ਜਿਹੜੇ ਸੀਗੇ ਉਹ ਕਾਇਮ ਕੀਤੇ। ਉਹਨਾਂ ਤੀਰ ਅੰਦਾਜ਼ਾਂ ਨੇ ਸਰਹੰਦ ਦੇ ਜਿਹੜੇ ਤੋਪਚੀ ਸੀ ਉਹਨਾਂ ਨੂੰ ਖਤਮ ਕੀਤਾ। ਜਦੋਂ ਤੋਪਾਂ ਸ਼ਾਂਤ ਕਰਵਾ ਲਈਆਂ ਗਈਆਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਪਰ ਕਬਜ਼ਾ ਕੀਤਾ ਔਰ ਫਿਰ ਅਸੀਂ ਕਹਿ ਸਕਦੇ ਹਾਂ ਕਿ ਜਿਸ ਨੂੰ ਅਸੀਂ ਕਹਿੰਦੇ ਸੀ ਗੁਰੂ ਮਾਰੀ ਸਰਹੰਦ ਜਾਂ ਜਿਸ ਨੂੰ ਹਕੀਮ ਮਿਰਜ਼ਾ ਅਲਾ ਯਾਰ ਖਾਂ ਜੋਗੀ ਲਿਖਦੇ ਨਾ, ਜੋਗੀ ਜੀ ਇਸਕੇ ਬਾਅਦ ਹੋਈ ਥੋੜ੍ਹੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਈਟੋਂ ਕਾ ਢੇਰ ਥੀ। ਉਸ ਤੋਂ ਬਾਅਦ ਤਾਂ ਸਿੱਖਾਂ ਨੇ ਬਹੁਤ ਵਾਰੀ ਸਰਹੰਦ ਨੂੰ ਫਤਿਹ ਕੀਤਾ, ਪਰ ਆਹ ਦਿਨ ਉਹ ਸੀ ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕਰਕੇ ਉਸ ਜ਼ੁਲਮੀ ਰਾਜ ਦਾ ਅੰਤ ਕਰ ਦਿੱਤਾ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਖਾਲਸੇ ਦੀ ਰਾਜਧਾਨੀ ਨਹੀਂ ਬਣਾਇਆ। ਇਹ ਵੀ ਇੱਕ ਯੁੱਧ ਨੀਤੀ ਦਾ ਉਹਦੇ ਰਾਜ ਦਾ ਇੱਕ ਬੜਾ ਅਹਿਮ ਸੀ। ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਖਾਲਸੇ ਦੇ ਰਾਜ ਦੀ ਰਾਜਧਾਨੀ ਇਸ ਕਰਕੇ ਨਹੀਂ ਬਣਾਇਆ ਕਿਉਂਕਿ ਇਹ ਬਿਲਕੁਲ ਸ਼ਾਹਰਗ ਦੇ ਉੱਪਰ ਸੀ, ਬਿਲਕੁਲ ਮੁੱਖ ਸੜਕ ਦੇ ਉੱਪਰ ਸੀ ਔਰ ਇਹਦੇ ਉੱਪਰ ਕਬਜ਼ਾ ਕਰਨਾ ਜਾਂ ਇਹਨੂੰ ਘੇਰਨਾ ਬਹੁਤ ਸੌਖਾ ਸੀ। ਸੋ ਬੰਦਾ ਸਿੰਘ ਬਹਾਦਰ ਨੇ ਮੁਖਲਿਸ ਖਾਨ ਦੇ ਬਣਾਏ ਹੋਏ ਇੱਕ ਪੁਰਾਣੇ ਕਿਲੇ ਨੂੰ ਚੁਣਿਆ ਅਤੇ ਲੋਹਗੜ੍ਹ ਦੇ ਕਿਲੇ ਦੇ ਰੂਪ ਦੇ ਵਿੱਚ ਉੱਥੇ ਆਪਣੀ ਰਾਜਧਾਨੀ ਨੂੰ ਜਿਹੜਾ ਸੀ ਕਾਇਮ ਕੀਤਾ ਅਤੇ ਬੰਦਾ ਸਿੰਘ ਬਹਾਦਰ ਨੇ ਉੱਥੋਂ ਫਿਰ ਖਾਲਸੇ ਦਾ ਸਿੱਕਾ, ਖਾਲਸੇ ਦੀ ਮੋਹਰ ਔਰ ਖਾਲਸਾ ਰਾਜ ਦਾ ਕੈਲੰਡਰ ਜਾਰੀ ਕੀਤਾ। ਮੁਸਲਮਾਨੀ ਰਾਜ ਦੇ ਵਿੱਚ ਤਿੰਨ ਚੀਜ਼ਾਂ ਨੇ ਜਦੋਂ ਰਾਜ ਦਾ ਐਲਾਨ ਕੀਤਾ ਜਾਂਦਾ, ਜਦੋਂ ਰਾਜੇ ਦਾ ਖੁਤਬਾ ਪੜ੍ਹਿਆ ਜਾਂਦਾ, ਰਾਜੇ ਦੇ ਨਾਮ ਦਾ ਸਿੱਕਾ, ਰਾਜੇ ਦੇ ਨਾਮ ਦੀ ਮੋਹਰ ਔਰ ਰਾਜੇ ਦੇ ਨਾਮ ਦਾ ਖੁਤਬਾ ਸਿਮਤ ਸਮ ਜਾਰੀ ਕੀਤਾ ਜਾਂਦਾ। ਪਰ ਦੁਨੀਆ ਦੇ ਇਤਿਹਾਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਬਾਦਸ਼ਾਹ, ਇਹਦਾ ਮਤਲਬ ਇਹ ਨਹੀਂ ਕਿ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਬਾਦਸ਼ਾਹ ਨਹੀਂ ਹੋਏ ਜਾਂ ਇਹ ਤੋਂ ਪਹਿਲਾਂ ਰਾਜੇ ਨਹੀਂ ਹੋਏ ਹੋਣਗੇ, ਪਰ ਬੰਦਾ ਸਿੰਘ ਬਹਾਦਰ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਬਾਦਸ਼ਾਹ ਬਣਿਆ ਜਿਹੜਾ ਰਾਜਾ ਤਾਂ ਬਣਿਆ ਆਪਣੇ ਨਾਮ ਦਾ ਸਿੱਕਾ ਜਾਰੀ ਨਹੀਂ ਕੀਤਾ। ਉਸਨੇ ਸਿੱਕੇ ਦੇ ਉੱਪਰ ਲਿਖਿਆ ਸਿੱਕਾ ਜਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸ। ਕਿਤੇ ਅੱਜ ਵੀ ਉਸ ਸਿੱਕੇ ਨੂੰ ਤੁਹਾਨੂੰ ਪੜ੍ਹਨ ਦਾ ਮੌਕਾ ਮਿਲੇ, ਜਿਹੜੇ ਉਹਦੇ ਸ਼ਬਦ ਨੇ ਨਾ ਉਹਨਾਂ ਸ਼ਬਦਾਂ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਉਹ ਰਾਜ ਕਿਸ ਦਾ ਸੀ। ਸਿੱਕਾ ਜਦ ਬਰ ਹਰ ਦੋ ਆਲਮ, ਔਰੰਗਜ਼ੇਬ ਦੇ ਸਿੱਕੇ ਉੱਪਰ ਲਿਖਿਆ ਹੁੰਦਾ ਸੀ ਸਿੱਕਾ ਜਦਬਰ ਮਾਹੇ ਮੁਨੀਰ ਸ਼ਾਹੇ ਔਰੰਗਜ਼ੇਬ ਆਲਮਗੀਰ। ਉਹ ਕਿ ਉੱਤੇ ਸਿਰਫ ਇੰਨਾ ਲਿਖਿਆ ਹੁੰਦਾ ਸੀ ਕਿ ਔਰੰਗਜ਼ੇਬ ਦੇ ਰਾਜ ਦਾ ਸਿੱਕਾ ਹੈ, ਪਰ ਬੰਦਾ ਸਿੰਘ ਬਹਾਦਰ ਕਹਿ ਰਿਹਾ ਕਿ ਸਿੱਕਾ ਜਦਬਰ ਹਰ ਦੋ ਆਲਮ, ਇਹ ਉਹਦੇ ਰਾਜ ਦਾ ਸਿੱਕਾ ਜਿਹਦਾ ਰਾਜ ਦੋ ਜਹਾਨਾਂ ਦੇ ਵਿੱਚ ਹੈ। ਫਿਰ ਉਹ ਜੋਤ ਔਰ ਜੁਗਤ ਨੂੰ ਕਿਵੇਂ ਸਮਝਦਾ? ਫਿਰ ਉਹ ਕਹਿੰਦਾ ਸਿੱਕਾ ਜਦਬਰ ਹਰ ਦੋ ਆਲਮ ਤੇਗ ਨਾਨਕ
ਅਸਤ ਅਗਲੀ ਗੱਲ ਕਰਦਾ ਕਹਿੰਦਾ ਫਤਿਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਾਹ ਕਿ ਜਿਹੜੀ ਇਹ ਫਤਿਹ ਨਸੀਬ ਹੋਈ ਹੈ ਇਹ ਸ਼ਾਹੇ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਦਕਾ ਹੋਈ ਹੈ ਅਤੇ ਉਹ ਫਿਰ ਅੱਗੇ ਜਾ ਕੇ ਕਰਦਾ ਫਜ਼ਲ ਸੱਚਾ ਸਾਹਿਬ ਅਸਤ ਕਿਉਂਕਿ ਗੁਰੂ ਗੋਬਿੰਦ ਸਿੰਘ 'ਤੇ ਅਕਾਲ ਪੁਰਖ ਦਾ ਫਜ਼ਲ ਹੈ, ਅਕਾਲ ਪੁਰਖ ਦੀ ਕਿਰਪਾ। ਉਹ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਨਾਨਕ ਸਾਹਿਬ ਨੂੰ ਇੱਕ ਰੂਪ ਦੇ ਵਿੱਚ ਲੈ ਕੇ ਸਿੱਕੇ ਦੇ ਉੱਪਰ ਉੱਕਰ ਦਿੰਦਾ। ਫਿਰ ਅਗਲੀ ਗੱਲ ਉਹ ਜਿਹੜੀ ਕਰਦਾ ਅੱਜ ਵੀ ਸ਼ਾਇਦ ਕੋਈ ਦੇਸ਼ ਨਹੀਂ ਦੇ ਸਕਿਆ। ਇੱਕ ਠੀਕ ਹੈ ਅਮਰੀਕਾ ਦਾ ਡਾਲਰ ਤੁਹਾਡੇ ਹੱਥ 'ਚ ਆਉਂਦਾ, ਉਹ 'ਚ ਲਿਖਿਆ ਹੁੰਦਾ ਕੇਵਲ ਇਨ ਗੋਡ ਵੀ ਟਰੱਸਟ, ਇੱਥੇ ਤੱਕ ਗੱਲ ਖਤਮ ਹੋ ਜਾਂਦੀ ਹੈ। ਅਤੇ ਇੱਥੋਂ ਦੇ ਉਹ ਲੋਕ ਜਿਹੜੇ ਕਹਿੰਦੇ ਸੀ ਰੱਬ ਨੂੰ ਮੰਨਦੇ ਨਹੀਂ ਉਹ ਵੀ ਡਾਲਰ ਉਹੀ ਜੇਬ 'ਚ ਪਾਉਂਦੇ ਨੇ ਇਨ ਗੋਡ ਵੀ ਟਰੱਸਟ। ਵੈਸੇ ਕਹਿਣਗੇ ਅਸੀਂ ਕਾਮਰੇਡ ਹਾਂ, ਅਸੀਂ ਰੱਬ ਨੂੰ ਨਹੀਂ ਮੰਨਦੇ, ਮੈਂ ਅਮਰੀਕਾ ਚਲਾ ਗਿਆ, ਦੋ ਚਾਰ ਕਾਮਰੇਡਾਂ ਨਾਲ ਚਰਚਾ ਹੋਈ, ਅਸੀਂ ਰੱਬ ਨੂੰ ਨਹੀਂ ਮੰਨਦੇ। ਮੈਂ ਕਿਹਾ ਫਿਰ ਅਮਰੀਕਾ ਕੀ ਕਰ ਰਹੇ ਹੋ ਜਿਹੜਾ ਡਾਲਰ ਤੁਹਾਡੀ ਜੇਬ ਦੇ ਵਿੱਚ ਉੱਤੇ ਲਿਖਿਆ ਇਨ ਗੋਡ ਵੀ ਟਰੱਸਟ? ਡਾਲਰ ਤਾਂ ਉਹ ਕਮਾ ਰਹੇ ਹੋ ਜਿੱਥੇ ਰੱਬ ਦਾ ਨਾਂ ਲਿਖਿਆ, ਵੈਸੇ ਅਸੀਂ ਰੱਬ ਨੂੰ ਨਹੀਂ ਮੰਨਦੇ। ਬੜੀ ਅਜੀਬ ਗੱਲ ਹੈ। ਖੈਰ, ਇਹ ਇੱਕ ਵੱਖਰਾ ਵਿਸ਼ਾ ਹੈ। ਮੋਹਰ ਦੇ ਉੱਪਰ ਜਿਹੜੀ ਗੱਲ ਲਿਖੀ ਹੈ ਉਹਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਸੋਸ਼ੀਓ, ਸਪਰੀਚੀਓ, ਇਕਾਨਮੀ ਅਤੇ ਐਥਿਕਸ ਚਾਰ ਚੀਜ਼ਾਂ ਦੀ ਗੱਲ ਕਰ ਦਿੱਤੀ ਹੈ। ਉਹ ਲਿਖਿਆ ਦੇਗੋ ਤੇਗੋ ਫਤਿਹ। ਅਸੀਂ ਅਕਸਰ ਕਹਿੰਦੇ ਦੇਗ ਤੇਗ ਫਤਿਹ, ਇਹ ਸ਼ਬਦ ਨਹੀਂ ਚਾਹੇਗਾ। ਜੇ ਤੁਸੀਂ ਦੇਗ ਤੇਗ ਫਤਿਹ ਕਹੋਗੇ ਨਾ ਤਾਂ ਕੰਸੈਪਟ ਹੀ ਖਤਮ ਹੋ ਜਾਂਦਾ, ਕਿਉਂਕਿ ਪਰਸ਼ੀਅਨ ਦਾ ਅਸੂਲ ਹੈ ਦੋ ਸ਼ਬਦਾਂ 'ਚ ਉਹ ਲੱਗ ਜਾਵੇ ਨਾ ਅਤੇ ਦੋਵਾਂ ਸ਼ਬਦਾਂ ਦਾ ਸੰਬੰਧ ਜੁੜ ਜਾਂਦਾ ਹੈ। ਅੱਛਾ, ਹੈਗਾ ਦੇਗੋ ਤੇਗੋ ਫਤਿਹ, ਦੇਗ ਤੇਗ ਅਤੇ ਫਤਿਹ ਆਪਸ 'ਚ ਵੱਖ ਕਰਕੇ ਨਹੀਂ ਵੇਖ ਸਕਦੇ। ਇਹ 'ਚ ਸਾਡਾ ਸਾਰਾ ਸੋਸ਼ੀਓ ਰਿਲੀਜਨ ਸਿਸਟਮ ਆ ਜਾਂਦਾ, ਪਰ ਫਿਰ ਉੱਥੋਂ ਤੱਕ ਸੀਮਤ ਨਹੀਂ ਰਹਿ ਜਾਂਦਾ। ਅਗਲੀ ਗੱਲ ਆ ਜਾਂਦੀ ਨੁਸਰਤ ਬੇਦਰੰਗ, ਐਵਰ ਲਾਸਟਿੰਗ ਪ੍ਰੋਸਪੈਰਿਟੀ, ਵੀ ਕਿਸੇ ਵੀ ਜੇਕਰ ਦੇਸ਼ ਨੇ ਹਮੇਸ਼ਾ ਵਾਸਤੇ ਸ਼ਾਂਤੀ ਸਦੀਵੀ ਰੱਖਣੀ ਹੈ, ਐਵਰ ਲਾਸਟਿੰਗ ਪ੍ਰੋਸਪੈਰਿਟੀ, ਨੁਸਰਤ ਬੇਦਰੰਗ ਇਹਦੇ ਅਰਥ ਨੇ ਫਾਰਸੀ ਦੇ ਵਿੱਚ। ਜੇਕਰ ਹਮੇਸ਼ਾ ਹੀ ਕਿਸੇ ਦੇਸ਼ ਨੇ ਆਪਣੀ ਸ਼ਾਂਤੀ ਨੂੰ ਐਵਰ ਲਾਸਟ ਰੱਖਣਾ ਹੈ, ਪ੍ਰੋਸਪੈਰਿਟੀ ਨੂੰ ਬਰਕਰਾਰ ਰੱਖਣਾ ਹੈ, ਤਾਂ ਉਹਨੂੰ ਦੇਗ ਤੇਗ ਫਤਿਹ ਦੇ ਕੰਸੈਪਟ ਨੂੰ ਲੈਣਾ ਪਵੇਗਾ। ਅਤੇ ਦੇਗ ਤੇਗ ਫਤਿਹ ਦੇ ਵਿੱਚ ਤੁਹਾਡਾ ਰੂਹਾਨੀਅਤ ਦਾ, ਆਰਥਿਕਤਾ ਦਾ, ਮਟੀਰੀਅਲਿਜ਼ਮ ਦਾ ਅਤੇ ਨੈਤਿਕਤਾ ਦਾ, ਇਹ ਸਾਰੇ ਗੁਣ ਉਹਦੇ 'ਚ ਆ ਜਾਂਦੇ ਨੇ। ਪਰ ਉਹ ਕਹਿੰਦਾ ਕਿ ਇਹ ਚੱਲਦੇ ਤਾਂ ਰਹਿ ਸਕਦੇ ਨੇ, ਪ੍ਰਾਪਤ ਕਿੱਥੋਂ ਹੋ ਸਕਦੇ ਨੇ? ਯਾਫਤ ਪ੍ਰਾਪਤ ਕੀਤੇ ਅੱਜ ਨਹੀਂ, ਮੈਂ ਪ੍ਰਾਪਤ ਕੀਤੇ ਨੇ ਕਿੱਥੋਂ? ਗੁਰੂ ਗੋਬਿੰਦ ਸਿੰਘ। ਯਾਫਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ, ਕਿ ਇਸ ਵਿਚਾਰਧਾਰਾ ਦੇ ਵਿੱਚੋਂ ਜਿਹੜਾ ਉਹ ਉਸ ਰਾਜ ਨੂੰ ਪੈਦਾ ਕੀਤਾ ਜਾ ਸਕਦਾ ਜਿਸ ਨੂੰ ਕਹਿੰਦੇ ਸਭ ਸਫਾਲੀ ਬੁੱਠੀਆਂ, ਇਹ ਹੋਆ ਹਲੇਮੀ ਰਾਜ ਜੀਓ। ਅਗਲੀ ਗੱਲ, ਕੈਲੰਡਰ ਬੜਾ ਵਿਵਾਦ ਹੈ ਕੌਮ ਦੇ ਵਿੱਚ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਕੌਮ ਦੀ ਵਿਲੱਖਣਤਾ ਦਾ ਪ੍ਰਤੀਕ ਹੈ। ਕਿਸੇ ਤਰੀਕੇ ਦੇ ਨਾਲ ਤੁਹਾਨੂੰ ਵੀ ਪਤਾ ਕਿਸ ਤਰ੍ਹਾਂ ਸੰਪਰਦਾਇਕ ਪ੍ਰਣਾਲੀਆਂ ਦੇ ਪਿੱਛੇ ਲੱਗ ਕੇ ਇਸਨੂੰ ਕਤਲ ਕੀਤਾ ਗਿਆ, ਇਹ ਗੱਲ ਵੱਖਰੀ ਹੈ। ਪਰ ਬਾਬਾ ਬੰਦਾ ਸਿੰਘ ਬਹਾਦਰ ਕੌਮ ਦਾ ਕੈਸਾ ਜਰਨੈਲ ਹੋਵੇਗਾ, ਉਹਦੀਆਂ ਦੋ ਚਿੱਠੀਆਂ ਸਾਨੂੰ ਮਿਲਦੀਆਂ ਨੇ, ਇੱਕ ਭਾਈ ਰੂਪੇਕਿਆਂ ਦੇ ਨਾਮ, ਦੂਸਰੀ ਜੌਨਪੁਰ ਦੀ ਸੰਗਤ ਦੇ ਨਾਮ। ਉਹਦੇ ਥੱਲੇ ਜਿਹੜੀ ਉਸਨੇ ਤਰੀਕ ਲਿਖੀ, ਉਸਨੇ ਲਿਖਿਆ ਸੰਮਤ ਨਾਨਕ ਇੱਕ, ਗੁਰੂ ਨਾਨਕ ਸਾਹਿਬ ਦੇ ਨਾਮ ਦੀ ਸੰਮਤ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤੀ। ਉਹਦੀਆਂ ਸਾਨੂੰ ਚਿੱਠੀਆਂ ਦੇ ਵਿੱਚ ਇਸ ਗੱਲ ਦਾ ਸਬੂਤ ਮਿਲਦਾ, ਦੋ ਚਿੱਠੀਆਂ ਦੇ ਵਿੱਚ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਰਾਜ ਨੂੰ ਸਥਾਪਿਤ ਕੀਤਾ। ਵਕਤ ਮੈਂ ਜ਼ਿਆਦਾ ਲੈ ਗਿਆ, ਜੇ ਕਹੋ ਤਾਂ ਸ਼ਹਾਦਤ ਤੱਕ ਸਮਾਪਤੀ ਕਰ ਦਿੰਦਾ, ਜੇ ਤੁਸੀਂ ਥੱਕ ਗਏ ਹੋ ਤਾਂ ਫਿਰ ਮੈਂ ਸਮਾਪਤੀ ਕਰਦਾ। ਖੈਰ, ਕਾਫੀ ਉਹਦੀ ਜ਼ਿੰਦਗੀ ਦਾ ਹੋਰ ਵੀ ਸਫ਼ਰ ਹੈ ਜਿਸ ਨੂੰ ਅਸੀਂ ਥੋੜ੍ਹਾ ਸਕਿੱਪ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿ ਉਹ ਰਿਆਸੀ ਕਿਵੇਂ ਗਏ, ਚੰਬੇ ਦੇ ਰਾਜੇ ਦੀ ਜਿਹੜੀ ਭਤੀਜੀ ਸੀ ਸੁਸ਼ੀਲ ਕੌਰ ਦੇ ਨਾਲ ਆਨੰਦ ਕਾਰਜ ਕਿਵੇਂ ਹੋਇਆ, ਇਸ ਨੂੰ ਅਸੀਂ ਥੋੜ੍ਹਾ ਸਕਿੱਪ ਕਰਦੇ ਹਾਂ ਕਿਉਂਕਿ ਵਕਤ ਜਿਹੜਾ ਉਹ ਅੱਗੇ ਤਕਰੀਬਨ ਮੈਂ 15-20 ਮਿੰਟ ਲੈ ਗਿਆ। 15 ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੁਰਦਾਸ ਨਗਰ ਦੀ ਗੜੀ ਦੇ ਵਿੱਚੋਂ। ਜਿਸ ਵੇਲੇ ਗ੍ਰਿਫਤਾਰ ਕੀਤਾ ਗਿਆ ਤਾਂ ਗ੍ਰਿਫਤਾਰ ਜਦੋਂ ਕੀਤਾ ਗਿਆ ਉਦੋਂ ਪੰਜਾਬ ਦਾ ਜਿਹੜਾ ਹਾਕਮ ਸੀ ਉਹ ਦਲੇਰੇ ਜੰਗ ਅਬਦੁਲ ਸਮਦ ਖਾਨ ਸੀ, ਜੰਮੂ ਕਸ਼ਮੀਰ ਦਾ ਸੂਬਾ ਉਹਦੇ ਪੁੱਤਰ ਖਾਨ ਬਹਾਦਰ ਜ਼ਕਰੀਆ ਖਾਨ ਦੇ ਕੋਲ ਸੀ, ਦਿੱਲੀ ਦਾ ਬਾਦਸ਼ਾਹ ਫਰਕਸ਼ੀਰ ਸੀ, ਦਿੱਲੀ ਦਾ ਜਿਹੜਾ ਸੈਨਾਪਤੀ ਸੀ ਉਹ ਕਮਰੂਦੀਨ ਮੀਰਾਤਿਸ਼ ਸੀ, ਅਤੇ ਦਿੱਲੀ ਦਾ ਫੌਜਦਾਰ ਸਰਬਰਾ ਖਾਨ ਸੀ। ਇੱਕ ਚਿੱਠੀ ਖਾਨ ਬਹਾਦਰ ਜ਼ਕਰੀਆ ਖਾਨ ਨੇ ਲਿਖੀ ਹੈ ਫਰਕਸ਼ੀਰ ਨੂੰ ਆਪਣੇ ਪਿਤਾ ਦੇ ਅਬਦੁਲ ਸਮਦ ਖਾਨ ਦੇ ਕਹਿਣ ਦੇ ਉੱਪਰ। ਉਸ ਚਿੱਠੀ ਦੇ ਵਿੱਚ ਉਸਨੇ ਲਿਖਿਆ ਕਿ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀ ਗ੍ਰਿਫਤਾਰ ਕਰ ਲਏ ਗਏ ਨੇ, ਇਹਨਾਂ ਨੂੰ ਕੀ ਕੀਤਾ ਜਾਵੇ? ਲਾਹੌਰ ਕਤਲ ਕਰ ਦਿੱਤਾ ਜਾਵੇ ਜਾਂ ਜਿੱਥੇ ਫੜੇ ਨੇ ਉੱਥੇ ਕਤਲ ਕਰ ਦਿੱਤੇ ਜਾਣ? ਉਸਨੇ ਕਿਹਾ ਨਹੀਂ। ਹੁਣ ਤੁਸੀਂ ਵੇਖੋ ਕਿ ਬੰਦਾ ਸਿੰਘ ਬਹਾਦਰ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਕੀ ਹੈ। ਜਦੋਂ ਇਹ ਚਿੱਠੀ ਫਰਕਸ਼ੀਰ ਦੇ ਕੋਲ ਪਹੁੰਚੀ ਹੈ ਅਖਬਾਰ ਅਤੇ ਦਰਬਾਰੇ ਮੌਲਾ, ਮੈਂ ਤਕਰੀਬਨ ਜਿੰਨਾ ਕੁ ਤੁਹਾਡੇ ਨਾਲ ਸਾਂਝਾ ਕੀਤਾ ਮੈਂ 17 ਫਾਰਸੀ ਸਰੋਤਾਂ ਦੀ ਵਰਤੋਂ ਕੀਤੀ ਹੈ। ਅਖੀਰ 'ਤੇ ਜਾ ਕੇ ਮੈਂ ਅਹਿਵਾਲ ਉਲ ਖਵਾਕੀਨ ਦੀ ਵਰਤੋਂ ਕਰੂੰਗਾ, ਹਾਜ਼ੀ ਕਾਮਵਾਰ ਖਾਨ, ਖਾਫੀ ਖਾਨ, ਗੁਲਾਮ ਹੁਸੈਨ, ਮਹੀਉਦੀਨ ਦੀ, ਅਸਲਾਰੇ ਸਮਦੀ ਅਤੇ ਫਤੂਆਤੇ ਸਮਦੀ, ਇਹਨਾਂ ਸਾਰਿਆਂ ਦੇ ਵਿੱਚੋਂ ਮੈਂ ਤੁਹਾਡੇ ਨਾਲ ਜਿਹੜੇ ਤੱਥ ਸੀ ਉਹ ਸਾਂਝੇ ਕੀਤੇ ਨੇ। ਖੈਰ, ਇੱਕ ਅਹਿਮ ਤੱਥ ਇਹ ਹੈ, ਅਖਬਾਰੇ ਦਰਬਾਰੇ ਮੌਲਾ ਦੇ ਵਿੱਚ ਇਹ ਲਿਖਿਆ ਹੋਇਆ ਉਹਨਾਂ ਦੀ ਫਰਕਸ਼ੀਅਰ ਦੀ ਖਬਰ ਮਿਲਦੀ ਘਟਨਾ ਨੂੰ, ਕਿ ਜਿਸ ਵੇਲੇ ਫਰਕਸ਼ੀਅਰ ਨੂੰ ਇਹ ਖਬਰ ਮਿਲੀ ਕਿ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਕੀਤਾ ਗਿਆ, ਉਸ ਦਿਨ ਉਸਨੇ ਦੋ ਨਮਾਜ਼ਾਂ ਵੱਧ ਪੜ੍ਹੀਆਂ।
ਤੇ ਨਾਲ ਹੀ ਉਸਨੇ ਆਪਣੇ ਮੀਰ ਮੁਨਸ਼ੀ ਨੂੰ ਕਿਹਾ ਕਿ ਸਾਰੇ ਦਿੱਲੀ ਸ਼ਹਿਰ ਦੇ ਵਿੱਚ ਪੈਸਿਆਂ ਦੀ ਵਰਖਾ ਕੀਤੀ ਜਾਵੇ, ਮੇਰਾ ਸਭ ਤੋਂ ਵੱਡਾ ਦੁਸ਼ਮਣ ਫੜਿਆ ਗਿਆ। ਹੁਣ ਤੁਸੀਂ ਵੇਖੋ ਕਿ ਸਟੇਟ ਦੇ ਨਜ਼ਰੀਏ ਵਿੱਚ ਬੰਦਾ ਸਿੰਘ ਬਹਾਦਰ ਦੀ ਅਹਿਮੀਅਤ ਕੀ ਸੀ। ਅਤੇ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾਉਣ ਵਾਲੇ ਅੱਜ ਆਰ ਐੱਸ ਜਿਹੜੀ ਇਹਨਾਂ ਕਿਤਾਬਾਂ ਵੰਡ ਰਹੀ ਹੈ ਪੰਜਾਬ ਦੇ ਪਿੰਡਾਂ 'ਚ। ਇੱਕ ਕਿਤਾਬ ਵੰਡੀ ਗਈ ਸ਼ਰਾਜਾ ਛਤਰਸਾਲ ਆਰ ਐੱਸ ਐੱਸ ਦੇ ਵੱਲੋਂ ਪੰਜਾਬੀ ਦੇ ਵਿੱਚ ਲਿਖ ਕੇ। ਇਹ ਛਤਰਸਾਲ ਉਹੀ ਹੈ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾਉਣ ਵਾਲਿਆਂ 'ਚ ਸ਼ਾਮਲ ਸੀ। ਜਿਨ੍ਹਾਂ ਨੂੰ ਅੱਜ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਨਾ, ਉਹ ਲੋਕ ਨੇ ਜਿਹੜੇ ਬੰਦਾ ਸਿੰਘ ਬਹਾਦਰ ਨੂੰ ਘੇਰੇ ਪਾਉਣ ਵਾਲਿਆਂ 'ਚ ਸ਼ਾਮਲ ਸੀ। ਰਜੌਰੀ ਦਾ ਹਾਕਮ, ਬਾਈ ਧਾਰ ਦੇ ਰਾਜਿਆਂ ਦੇ ਪਰਿਵਾਰ ਦੇ ਵਿੱਚੋਂ ਉਧਮ ਸਿੰਘ ਬੰਦੇਲਾ, ਸ਼ਰਾਜਾ ਛਤਰਸਾਲ, ਕਮਰੂਦੀਨ ਮੀਰ ਆਤਿਸ਼, ਉਸ ਤੋਂ ਇਲਾਵਾ ਜ਼ਕਰੀਆ ਖਾਨ, ਖਾਨ ਬਹਾਦਰ, ਦਲੇਰੇ ਜੰਗ ਅਬਦੁਲ ਸਮਦ ਖਾਨ, ਜੰਮੂ ਕਸ਼ਮੀਰ ਦੇ ਹਾਕਮ ਜ਼ਬਰਦਸਤ ਖਾਨ, ਇਹ ਜਿੰਨੇ ਵੀ ਪਹਾੜੀ ਰਾਜੇ ਨੇ, ਹਿੰਦੂ ਰਾਜੇ ਨੇ, ਇਹ ਸਾਰੇ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾਉਣ ਵਾਲੀ ਫੌਜ 'ਚ ਸ਼ਾਮਲ। ਫਰਕ ਸੀਰ ਨੇ ਉਸ ਵੇਲੇ ਚਿੱਠੀ ਲਿਖੀ ਕਿ ਨਹੀਂ, ਬੰਦਾ ਸਿੰਘ ਬਹਾਦਰ ਨੂੰ ਕਤਲ ਉੱਥੇ ਨਾ ਕੀਤਾ ਜਾਵੇ, ਦਿੱਲੀ ਲਿਆਂਦਾ ਜਾਵੇ। ਸੋ ਦਿੱਲੀ ਵੱਲ ਨੂੰ ਬੰਦਾ ਸਿੰਘ ਬਹਾਦਰ ਦੇ ਕੁਝ ਸਾਥੀਆਂ ਦੇ ਨਾਲ ਇਹਨਾਂ ਨੂੰ ਦਿੱਲੀ ਵੱਲ ਨੂੰ ਤੋਰ ਲਿਆ ਗਿਆ। ਇਹਨਾਂ ਸਾਥੀਆਂ ਦੇ ਵਿੱਚ ਦੋ ਔਰਤਾਂ ਅਤੇ 1.75 ਮਹੀਨੇ ਦਾ ਬੱਚਾ। ਔਰਤਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਮ ਪਤਨੀ ਬੀਬੀ ਸੁਸ਼ੀਲ ਕੌਰ ਅਤੇ ਇੱਕ ਉਹਦੀ ਦਾਸੀ ਬੀਬੀ ਪ੍ਰਤਾਪ ਕੌਰ, ਜਿਸ ਦਾ ਇਤਿਹਾਸ 'ਚ ਨਾਮ ਪ੍ਰਤਾਪੋ ਆਉਂਦਾ ਹੈ। 3.25 ਸਾਲ ਦਾ ਬੱਚਾ ਬਾਬਾ ਅਜੇ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦਾ ਬੇਟਾ, ਅਤੇ 300 ਦੇ ਕਰੀਬ ਸਿੱਖ ਜਿਹੜੇ ਬੇਹੋਸ਼ੀ ਦੀ ਹਾਲਤ 'ਚ ਗੁਰਦਾਸ ਮੰਗਲ ਦੀ ਗੜੀ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ। ਸਰਹੰਦ ਦੇ ਨੇੜੇ ਦੀ ਘਟਨਾ, ਜਦੋਂ ਇਹ ਜਲੂਸ ਦਿੱਲੀ ਨੂੰ ਜਾ ਰਿਹਾ ਹੈ ਅਤੇ ਕਮਰੂਦੀਨ ਮੀਰ ਆਤਿਸ਼ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਕਹਿੰਦਾ, ਕਹਿੰਦਾ ਤੇਰਾ ਬਾਪ ਗਵਰਨਰ ਹੈ, ਪਰ ਜਦੋਂ 300 ਸਿੱਖਾਂ ਨੂੰ ਲੈ ਕੇ ਫਰਕਸੀਅਤ ਦੇ ਦਰਬਾਰ ਦੇ ਵਿੱਚ ਜਾਵਾਂਗੇ ਤਾਂ ਲਾਹਨਤਾਂ ਪੈਣਗੀਆਂ। ਲਾਹਨਤਾਂ ਇਸ ਗੱਲ ਦੀਆਂ ਪੈਣਗੀਆਂ ਕਿ 8 ਮਹੀਨੇ ਦਾ ਘੇਰਾ ਅਤੇ 60,000 ਫੌਜ 'ਤੇ ਲੜਨ ਵਾਲੇ ਆ 300, ਇਹ ਵੀ ਭੁੱਖੇ ਪਿਆਸੇ, ਜਿਨ੍ਹਾਂ ਕੋਲ 8 ਮਹੀਨੇ ਤੋਂ ਸਿਰ 'ਤੇ ਛੱਤ ਨਹੀਂ, ਪੀਣ ਨੂੰ ਪਾਣੀ ਨਹੀਂ, ਖਾਣ ਨੂੰ ਰੋਟੀ ਨਹੀਂ, ਜਿਨ੍ਹਾਂ ਨੇ ਪੱਤੇ ਵੀ ਖਾਧੇ ਨੇ, ਰੁੱਖਾਂ ਦੀਆਂ ਛਿੱਲਾਂ ਵੀ ਖਾਧੀਆਂ ਨੇ, ਨਿਢਾਲ ਪਏ ਨੇ, ਬੇਹੋਸ਼ ਪਏ ਨੇ, ਆਹ 300 ਬੰਦੇ ਨੂੰ 60,000 ਦਾ ਘੇਰਾ ਅਤੇ 8 ਮਹੀਨੇ। ਕਹਿੰਦਾ ਫਿਰ, ਕਹਿੰਦਾ ਫਰਮਾਨ ਜਾਰੀ ਕਰਕੇ ਸਿੱਖਾਂ ਦੀ ਗਿਣਤੀ ਵਧਾਈ ਜਾਵੇ। ਉਸੇ ਵੇਲੇ ਇੱਕ ਫਰਮਾਨ ਜਾਰੀ ਕੀਤਾ ਗਿਆ, ਨਾਨਕ ਪ੍ਰਸਤਾਂ ਬਾ ਬਯੰਦ ਬਾ ਕਤਲ ਰਸਾਨੰਦ, ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ ਉਹਦਾ ਸਿਰ ਵੱਢ ਕੇ ਲਿਆਂਦਾ ਜਾਵੇ। ਪਿੰਡਾਂ ਦੇ ਵਿੱਚੋਂ ਜਨਤਕ ਤੌਰ 'ਤੇ ਕਤਲੇਆਮ ਕੀਤਾ ਗਿਆ ਔਰ ਇੰਨੇ ਜ਼ਿਆਦਾ ਸਿਰ ਵੱਢੇ ਗਏ ਕਿ ਜਦੋਂ ਇਹ ਸਿਰਾਂ ਵਾਲਾ ਜਲੂਸ ਦਿੱਲੀ ਸ਼ਹਿਰ ਦੇ ਵਿੱਚ 29 ਫਰਵਰੀ 1716 ਨੂੰ ਪਹੁੰਚਿਆ, 29 ਫਰਵਰੀ ਮੈਂ ਤੁਹਾਨੂੰ ਦੱਸ ਦਿਆਂ ਕਿ ਲੀਪ ਈਅਰ ਸੀ ਅਤੇ ਉਸ ਦਿਨ 29 ਫਰਵਰੀ ਸੀ, ਰੱਬੀਓ ਸ਼ਵਾਲ ਜਿਹੜਾ ਇਸਲਾਮੀ ਹਿਜਰੀ ਕੈਲੰਡਰ ਹੈ ਉਹਦੇ ਮੁਤਾਬਕ ਜੇਕਰ ਡੇਟ ਨੂੰ ਕਨਵਰਟ ਕਰੀਏ ਤਾਂ 29 ਫਰਵਰੀ 1716 ਨੂੰ ਦਿਨ ਬਣਦਾ। ਉਦੋਂ ਤੱਕ 700 ਗੱਡੇ ਸਿੱਖਾਂ ਦੇ ਧੜਾਂ ਦੇ ਔਰ ਸਿਰਾਂ ਦੇ ਭਰੇ ਹੋਏ ਸੀ। 3000 ਸਿੱਖ ਸਿਰਾਂ ਸਿੱਖਾਂ ਦਾ ਜਿਹੜਾ ਸਿਰ ਸੀ ਉਹ ਨੇਜਿਆਂ ਦੇ ਉੱਪਰ ਟੰਗਿਆ ਹੋਇਆ ਸੀ। 724 ਸਿੱਖ ਘੋੜਿਆਂ ਦੇ ਉੱਪਰ ਬੰਨੇ ਹੋਏ ਸੀ, 25 ਜਰਨੈਲ ਵੱਖਰੇ ਬੰਨੇ ਹੋਏ ਸੀ। ਇੱਕ ਹਾਥੀ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੋਹੇ ਦੇ ਪਿੰਜਰੇ ਦੇ ਵਿੱਚ ਕੈਦ ਕਰਕੇ ਬਿਠਾਇਆ ਹੋਇਆ ਸੀ ਔਰ ਇੱਕ ਘੋੜੇ ਦੇ ਉੱਪਰ ਸੁਸ਼ੀਲ ਕੌਰ ਅਤੇ ਉਸਦਾ 3.25 ਮਹੀਨੇ ਦਾ ਪੁੱਤਰ ਬੰਨਿਆ ਹੋਇਆ ਸੀ, 3.25 ਸਾਲ ਦਾ, ਅਤੇ ਇੱਕ ਘੋੜੇ ਦੇ ਉੱਪਰ ਉਸਦੀ ਦਾਸੀ ਪ੍ਰਤਾਪੋ ਨੂੰ ਬੰਨਿਆ ਹੋਇਆ ਸੀ। ਇਹ ਸਾਰੇ ਲਾਲ ਕਿਲ੍ਹੇ ਦੇ ਸਾਹਮਣੇ ਫਰਕਸੀਅਤ ਦੇ ਸਾਹਮਣੇ ਪੇਸ਼ ਕੀਤੇ ਗਏ। ਫਰਕਸੀਅਤ ਨੂੰ ਪੁੱਛਿਆ ਗਿਆ, ਕਮਰੂਦੀਨ ਮੀਰ ਆਤਿਸ਼ ਨੇ ਪੁੱਛਿਆ ਕੀ ਕੀਤਾ ਜਾਵੇ। ਉਸਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਅਤੇ ਇਸ ਦੇ ਜਿਹੜੇ ਖਾਸ 25 ਜਰਨੈਲ ਨੇ ਇਹਨਾਂ ਨੂੰ ਤ੍ਰਿਪੋਲੀਆ ਵਿੱਚ ਸਲੀਮਗੜ੍ਹ ਦੇ ਕਿਲ੍ਹੇ 'ਚ ਕੈਦ ਕਰ ਦਿਓ। ਮਹਾਰਾਜਾ ਜਿਹੜਾ ਸਲੀਮ ਸੀ, ਸ਼ਹਿਜ਼ਾਦਾ ਸਲੀਮ, ਉਹਦੇ ਨਾਮ ਦੇ ਉੱਪਰ ਇਹ ਜੇਲ੍ਹ ਬਣਾਈ ਗਈ ਸੀ, ਪਹਿਲਾਂ ਕਿਲ੍ਹਾ ਬਾਅਦ ਵਿੱਚ ਜੇਲ੍ਹ ਬਣਾਈ ਗਈ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ, ਇੱਕ ਤਾਂ ਬੰਦਾ ਸਿੰਘ ਬਹਾਦਰ ਨੂੰ ਸਲੀਮਗੜ੍ਹ ਦੇ ਕਿਲ੍ਹੇ 'ਚ ਕੈਦ ਰੱਖਿਆ ਗਿਆ, ਇਹਦੇ ਤੋਂ ਪਹਿਲਾਂ ਸਭ ਤੋਂ ਪਹਿਲੀ ਇਹ 'ਚ ਕੈਦਣ ਸੀ ਔਰੰਗਜ਼ੇਬ ਦੀ ਆਪਣੀ ਬੇਟੀ, ਜਿਹੜੀ ਬਹੁਤ ਸੋਹਣੀ ਪੋਇਟਰੀ ਕਰਿਆ ਕਰਦੀ ਸੀ, ਜੇਬੁਲ ਨਿਸਾ। ਔਰੰਗਜ਼ੇਬ ਨੇ ਆਪਣੀ ਬੇਟੀ ਨੂੰ ਵੀ ਇਸ ਕਿਲ੍ਹੇ 'ਚ ਕੈਦ ਰੱਖਿਆ ਸੀ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਅਤੇ ਉਸਦੇ 25 ਜਰਨੈਲਾਂ ਨੂੰ ਸਲੀਮਗੜ੍ਹ ਦੇ ਕਿਲ੍ਹੇ 'ਚ ਕੈਦ ਰੱਖਿਆ ਗਿਆ, ਜਿਹੜੇ ਉਸਦੇ 724 ਦੇ ਕਰੀਬ ਬਾਕੀ ਸਾਥੀ ਸੀ। ਸਰਬਰਾ ਖਾਨ ਦੇ ਹਵਾਲੇ ਕਰਕੇ ਕਿਹਾ ਗਿਆ ਕਿ ਰੋਜ਼ ਕੋਤਵਾਲੀ, ਜਿੱਥੇ ਅੱਜ ਦਿੱਲੀ ਦੀ ਪਬਲਿਕ ਲਾਇਬ੍ਰੇਰੀ ਹੈ, ਕਿ ਇਹਨਾਂ ਨੂੰ ਰੋਜ਼ 100-100 ਕਤਲ ਕਰ ਦਿੱਤਾ ਜਾਵੇ। ਇਹ ਜਿਹੜਾ ਕਤਲੇਆਮ ਸੀ ਮਾਰਚ ਦੇ ਪਹਿਲੇ ਹਫ਼ਤੇ ਸ਼ੁਰੂ ਹੋਇਆ। ਕਤਲੇਆਮ ਦੀ ਇੱਕ ਘਟਨਾ ਤੁਹਾਡੀ ਸਾਲ ਸਾਂਝੀ ਕਰਦਾ। ਕਤਲੇਆਮ ਦਾ ਪਹਿਲਾ ਦਿਨ ਇੱਕ ਬੱਚੇ ਦੇ ਬਾਰੇ ਤੁਸੀਂ ਇਤਿਹਾਸ 'ਚ ਸਾਰਿਆਂ ਨੇ ਪੜ੍ਹਿਆ ਅਤੇ ਸੁਣਿਆ, ਮੈਂ ਸਾਂਝੀ ਨਹੀਂ ਕਰੂੰਗਾ, ਕਿਉਂਕਿ ਉਸ ਘਟਨਾ ਨੂੰ ਜਿਸ ਬੱਚੇ ਨੇ ਕਿਹਾ ਸੀ ਕਿ ਮੇਰੀ ਮਾਂ ਝੂਠ ਬੋਲਦੀ ਹੈ, ਇਹ ਵੀ ਘਟਨਾ ਸਾਡੇ ਸਿੱਖ ਸਰੋਤਾਂ ਵਿੱਚ ਨਹੀਂ ਹੈਗੀ। ਇਸ ਘਟਨਾ ਨੂੰ ਵੀ ਸਭ ਤੋਂ ਪਹਿਲਾਂ ਸਿਆਰੁਲ ਮੁਤਾਖਰੀਨ ਤੋਂ ਪਹਿਲਾਂ ਮੁੰਤਕਿਬੁਲ ਲਬਾਬ ਦੇ ਵਿੱਚ ਖਾਫੀ ਖਾਨ ਨੇ ਲਿਖਿਆ। ਇਹ ਵੀ ਸਰੋਤ ਸਾਡੇ ਕੋਲ ਮੁਸਲਮਾਨਾਂ ਦਾ, ਸਾਡੇ ਸਿੱਖ ਸਰੋਤ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਨਹੀਂ। ਉਸ ਦਾ ਹਵਾਲਾ ਦੇ ਕੇ ਮੁੜ ਕੇ ਡਾਕਟਰ ਵਿਲੀਅਮ ਇਰਵਿਨ ਨੇ ਆਪਣੀ ਕਿਤਾਬ ਦਾ ਲੇਟਰ ਮੁਗਲ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਲਿਖਿਆ, ਪਰ ਪਹਿਲਾ ਸਰੋਤ ਉਸ ਘਟਨਾ ਦਾ ਸਾਡੇ ਕੋਲ ਫਾਰਸੀ ਦਾ ਸਰੋਤ, ਮੁੰਤਕਿਬੁਲ ਲਬਾਬ ਦੇ ਵਿੱਚ ਖਾਫੀ ਖਾਨ ਨੇ ਉਸ ਗੱਲ ਨੂੰ ਲਿਖਿਆ। ਸੋ ਜਿਹੜੀ ਅਗਲੀ ਘਟਨਾ ਹੈ ਉਹ ਘਟਨਾ ਮੁਹੰਮਦ ਕਾਸਿਮ ਹਾਰਸੀ ਨੇ ਇਬਰਤਨਾਮੇ 'ਚ ਲਿਖੀ ਹੈ। ਕਹਿੰਦਾ ਕਿ ਪਹਿਲੇ ਦਿਨ 100 ਸਿੱਖਾਂ ਨੂੰ ਕੱਢ ਕੇ ਲਿਆਂਦਾ, ਇੱਕ ਪਾਸੇ ਕਾਜ਼ੀ ਕੁਰਾਨ ਲੈ ਕੇ ਖੜ੍ਹਾ ਹੈ ਅਤੇ ਜਲਾਦ ਕਿਰਪਾਨ ਲੈ ਕੇ ਖੜ੍ਹਾ,
ਤੇ ਪਹਿਲੇ ਸਿੱਖ ਨੂੰ ਪੁੱਛਿਆ ਗਿਆ ਕਿ ਜੇਕਰ ਤੂੰ ਦੀਨੇ ਇਸਲਾਮ ਕਬੂਲ ਕਰਕੇ ਜਾਨ ਬਚਾਉਣੀ ਚਾਹੁੰਦਾ ਕੁਰਾਨ ਵਾਲੇ ਪਾਸੇ ਚਲੇ ਜਾ, ਜੇ ਦੀਨੇ ਇਸਲਾਮ ਕਬੂਲ ਨਹੀਂ ਕਰਨਾ ਫਿਰ ਕਿਰਪਾਨ ਵਾਲੇ ਪਾਸੇ ਚਲਾ ਜਾ। ਕਹਿੰਦਾ ਸਿੱਖ ਚੁੱਪ ਚਾਪ ਕਿਰਪਾਨ ਵਾਲੇ ਪਾਸੇ ਚਲਾ ਗਿਆ। ਕਹਿੰਦਾ ਜਲਾਦ ਨੇ ਵਾਰ ਕੀਤਾ, ਸਿਰ ਧੜ ਤੋਂ ਜੁਦਾ ਕਰ ਦਿੱਤਾ, ਦੂਜਾ ਸਿਰ ਆ ਗਿਆ ਦੂਜਾ ਸਿੱਖ। ਉਸ ਨੂੰ ਫਿਰ ਕਾਜ਼ੀ ਨੇ ਸਵਾਲ ਕੀਤਾ ਕਿ ਕਲਮਾ ਕੁਰਾਨ ਪੜ੍ਹਨਾ ਤੇ ਕੁਰਾਨ ਵਾਲੇ ਪਾਸੇ ਆ ਜਾ, ਜਾਨ ਬਚਾਉਣੀ ਹੈ ਤੇ ਜੇਕਰ ਜਾਨ ਨਹੀਂ ਬਚਾਉਣੀ ਫਿਰ ਕਿਰਪਾਨ ਵਾਲੇ ਪਾਸੇ ਚਲਾ ਜਾ। ਉਹ ਵੀ ਚਲਾ ਗਿਆ, ਦੂਸਰਾ ਗਿਆ, ਤੀਸਰਾ ਗਿਆ, ਜਦੋਂ ਪੰਜ ਚਲੇ ਗਏ ਨਾ ਪਿੱਛੇ ਇੱਕ ਸਿੱਖ ਨੇ ਹੱਥ ਖੜਾ ਕੀਤਾ। ਕਹਿੰਦਾ ਕਾਜ਼ੀ ਸਾਹਿਬ ਮੇਰੀ ਇੱਕ ਦਰਖਾਸਤ ਹੈ, ਤਸਲੀਮ ਕਰੋਗੇ? ਕਾਜ਼ੀ ਨੇ ਸੋਚਿਆ ਕਿ ਜਿੱਥੇ ਮੌਤ ਦੇ ਵਾਸਤੇ ਲਾਈਨ ਲੱਗੀ ਹੋਵੇ ਉੱਥੇ ਇੱਕ ਬੰਦਾ ਹੱਥ ਖੜਾ ਕਰੇ ਤਾਂ ਕੁਦਰਤੀ ਉਹਦੀ ਮੰਗ ਤਾਂ ਜ਼ਿੰਦਗੀ ਹੋਵੇਗੀ ਨਾ। ਕਹਿੰਦਾ ਦੱਸੋ। ਕਹਿੰਦਾ ਨਹੀਂ, ਪਹਿਲਾਂ ਤੁਹਾਡੇ ਹੱਥ ਵਿੱਚ ਮੁਕੱਦਸ ਕੁਰਾਨ ਸ਼ਰੀਫ ਹੈ, ਤੁਸੀਂ ਕਸਮ ਖਾ ਕੇ ਕਹੋ ਕਿ ਮੇਰੀ ਮੰਗ ਨੂੰ ਤੁਸੀਂ ਤਸਲੀਮ ਕਰੋਗੇ, ਮੰਨੋਗੇ? ਕਹਿੰਦਾ ਹਾਂ, ਮੇਰੇ ਹੱਥ ਦੇ ਵਿੱਚ ਮੁਕੱਦਸ ਕੁਰਾਨ ਸ਼ਰੀਫ ਹੈ, ਮੈਂ ਤੇਰੀ ਮੰਗ ਨੂੰ ਪ੍ਰਵਾਨ ਕਰਦਾ, ਇਕਰਾਰ ਕਰਦਾ, ਮੈਂ ਪ੍ਰਵਾਨ ਕਰਾਂਗਾ। ਕਹਿੰਦਾ ਕਾਜ਼ੀ ਸਾਹਿਬ ਫਿਰ ਮੇਰੀ ਇੱਕ ਹੀ ਮੰਗ ਹੈ ਕਿ ਹਰ ਸਿੱਖ ਨੂੰ ਪੁੱਛ ਕੇ ਨਾ ਕਿ ਤੂੰ ਕੁਰਾਨ ਵਾਲੇ ਪਾਸੇ ਜਾਣਾ ਜਾਂ ਕਿਰਪਾਨ ਵਾਲੇ ਪਾਸੇ ਜਾਣਾ, ਆਪਣਾ ਤੇ ਸਾਡਾ ਵਕਤ ਖਰਾਬ ਨਾ ਕਰੋ। ਮੈਂ ਤੁਹਾਨੂੰ ਸਾਰੇ ਸਿੱਖਾਂ ਦੇ ਬਾਰੇ ਦੱਸ ਦਿੰਦਾ ਕਿ ਅਸੀਂ ਸਾਰੇ ਹੀ ਕਿਰਪਾਨ ਵਾਲੇ ਰਾਹ ਜਾਂਦੇ। ਸਾਡੇ ਚੋਂ ਕਿਸੇ ਨੇ ਵੀ ਕੁਰਾਨ ਵਾਲੇ ਰਾਹ 'ਤੇ ਨਹੀਂ ਜਾਣਾ। ਮੈਂ ਤੁਹਾਨੂੰ ਸਾਰੇ ਸਿੱਖਾਂ ਦਾ ਇੱਕ ਵਾਰੀ ਜਵਾਬ ਦਿੰਦਾ ਕਿ ਸਾਰਿਆਂ ਨੇ ਕਿਰਪਾਨ ਵਾਲੇ ਰਾਹ ਜਾਣਾ। ਸਿੱਖ ਸ਼ਹੀਦ ਹੋਏ। ਉਸ ਤੋਂ ਬਾਅਦ ਦਿਨ ਆ ਗਿਆ 9 June 1716 ਜੂਲੀਅਨ ਕੈਲੰਡਰ ਦੇ ਮੁਤਾਬਕ। ਗ੍ਰੈਗੋਰੀਅਨ ਦੇ ਵਿੱਚ ਸਿੱਧਾ ਕਨਵਰਟ ਕਰੀਏ ਤੇ 19 June, ਇਹ ਸੋਹਣ ਸਿੰਘ ਸੀਤਲ ਨੇ ਲਿਖਿਆ, ਤੇ ਅੱਜ ਦੇ ਹਿਸਾਬ ਦੇ ਨਾਲ ਜਿਹੜੇ ਬਿਕਰਮੀ ਸੰਮਤ ਦੇ 71 ਸਾਲਾਂ ਬਾਅਦ ਇੱਕ ਦਿਨ ਦਾ ਫਰਕ ਪੈਂਦਾ, ਉਹਦੇ ਹਿਸਾਬ ਦੇ ਨਾਲ 25 June 1716 ਸਵੇਰੇ ਕਮਰੂਦੀਨ ਮੀਰਾਤਸ਼ ਸਰਬਰਾ ਖਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਸਲੀਮਗੜ੍ਹ ਦੇ ਕਿਲ੍ਹੇ ਦੇ ਵਿੱਚ ਆਏ। ਆ ਕੇ ਕਹਿੰਦੇ ਨੇ, ਬੰਦਾ ਸਿੰਘ ਅੱਜ ਤੇਰਾ ਆਖਰੀ ਦਿਨ ਹੈ, ਦੀਨੇ ਇਸਲਾਮ ਕਬੂਲ ਕਰ। ਅਤੇ ਬੰਦਾ ਸਿੰਘ ਬਹਾਦਰ ਨੇ ਕਮਰੂਦੀਨ ਮੀਰਾਤਸ਼ ਨੂੰ ਇੱਕ ਸਵਾਲ ਕੀਤਾ, ਕਹਿੰਦਾ ਕਿ ਜਿਹੜੇ ਮੇਰੇ ਨਾਲ ਦੇ ਸਾਥੀ ਸੀ ਉਹਨਾਂ 'ਚੋਂ ਕਿੰਨਿਆਂ ਨੇ ਦੀਨੇ ਇਸਲਾਮ ਕਬੂਲ ਕੀਤਾ? ਕਮਰੂਦੀਨ ਮੀਰਾਤਸ਼ ਨੇ ਅੱਖਾਂ ਝੁਕਾ ਲਈਆਂ। ਬੰਦਾ ਸਿੰਘ ਕਹਿੰਦਾ ਕਿ ਮੇਰਾ ਜਵਾਬ ਬਾਅਦ 'ਚ ਸੁਣੀ, ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਦੇ ਕਿ ਜਿਹੜੇ ਮੇਰੇ ਨਾਲ ਦੇ 700 ਸਿੱਖ ਸੀ ਉਹਨਾਂ 'ਚੋਂ ਕਿੰਨਿਆਂ ਨੇ ਦੀਨੇ ਇਸਲਾਮ ਕਬੂਲ ਕੀਤਾ? ਬੋਲਣਾ ਹੀ ਪਿਆ। ਕਮਰੂਦੀਨ ਮੀਰਾਤਸ਼ ਕਹਿੰਦਾ ਕਿਸੇ ਇੱਕ ਨੇ ਵੀ ਨਹੀਂ। ਕਹਿੰਦਾ ਫਿਰ ਜਿਹੜੇ ਸਿਪਾਹੀ ਸੀ ਜੇਕਰ ਉਹਨਾਂ ਨੇ ਦੀਨੇ ਇਸਲਾਮ ਕਬੂਲ ਨਾ ਕੀਤਾ ਤੇ ਜਿਸ ਜਰਨੈਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥਾਪੜਾ ਦੇ ਕੇ ਭੇਜਿਆ ਹੋਵੇਗਾ, ਤੂੰ ਇਹ ਸੋਚਣ ਤੋਂ ਪਹਿਲਾਂ, ਪੁੱਛਣ ਤੋਂ ਪਹਿਲਾਂ ਸੋਚ ਕੇ ਉਹਨਾਂ ਲਿਆ ਕਿ ਉਹ ਦੀਨੇ ਇਸਲਾਮ ਕਿਵੇਂ ਕਬੂਲ ਕਰ ਸਕਦਾ। ਮੌਤ ਦੇ ਵਾਸਤੇ ਤਿਆਰ, ਲੈ ਜਾਓ। ਇਹਨਾਂ ਨੂੰ ਸਰਬਰਾ ਖਾਨ ਦੀ ਕੋਤਵਾਲੀ ਨੂੰ ਲਿਜਾਇਆ ਗਿਆ। ਬੰਦਾ ਸਿੰਘ ਬਹਾਦਰ ਨੂੰ ਤੇ ਉਸਦੇ 25 ਸਾਥੀਆਂ ਨੂੰ ਸ਼ਹੀਦ ਕਰਨ ਦੇ ਵਾਸਤੇ ਲਿਜਾਇਆ ਗਿਆ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ। ਹੁਣ ਇਹ ਵੀ ਇੱਕ ਸਵਾਲ ਹੈ ਕਿ ਜਿੰਨੇ ਵੀ ਸਿੱਖ ਬਾਕੀ ਕਤਲ ਕੀਤੇ ਗਏ ਉਹ ਸਾਰੇ ਕੋਤਵਾਲੀ ਕਤਲ ਕੀਤੇ ਗਏ, ਤੇ ਬੰਦਾ ਸਿੰਘ ਬਹਾਦਰ ਨੂੰ ਮਹਿਰੌਲੀ ਦੇ ਵਿੱਚ ਜਿੱਥੇ ਕੁਤਬ ਮੀਨਾਰ ਹੈ ਉਹਦੇ ਕੋਲ ਖਵਾਜਾ ਬਖਤਿਆਰ ਕਾਕੀ ਦੀ ਜਗ੍ਹਾ ਹੈ, ਬਿਲਕੁਲ ਨਾਲ ਮੋਤੀ ਮਸਜਿਦ ਹੈ, ਉੱਥੇ ਕਿਉਂ ਲਿਜਾਇਆ ਗਿਆ? ਇੱਕ ਬੜਾ ਅਹਿਮ ਸਵਾਲ ਹੈ। ਬੰਦਾ ਸਿੰਘ ਬਹਾਦਰ ਨੂੰ ਕੋਤਵਾਲੀ ਕਤਲ ਕੀਤਾ ਜਾ ਸਕਦਾ, ਜੀ 6 ਕੋਹ ਦਾ ਰਸਤਾ ਪੈਂਦਾ, ਕਰੋਫਲਾਈ 6 ਕੋਹ ਦੂਰ ਲਿਜਾਇਆ ਗਿਆ, ਕਿਉਂ ਲਿਜਾਇਆ ਗਿਆ? ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ। ਤੁਸੀਂ ਕਿਤੇ ਅੱਜ ਵੀ ਤੁਹਾਨੂੰ ਮਹਿਰੌਲੀ ਜਾਣ ਦਾ ਮੌਕਾ ਮਿਲੇ, ਇੱਕ ਤਾਂ ਉੱਥੇ ਬਹਾਦਰ ਸ਼ਾਹ ਦੀ ਕਬਰ ਹੈ, ਉਹਨੂੰ ਉੱਥੇ ਦਫ਼ਨ ਕੀਤਾ ਗਿਆ, ਤੇ ਬਹਾਦਰ ਸ਼ਾਹ ਜਿਸ ਵੇਲੇ ਲਾਹੌਰ ਦੇ ਵਿੱਚ ਸੀ, ਇਹ ਘਟਨਾ 12 February 1710 ਦੀ ਹੈ, ਜਦੋਂ ਬਹਾਦਰ ਸ਼ਾਹ ਦੀ ਮੌਤ ਹੋਈ ਹੈ। ਬਹਾਦਰ ਸ਼ਾਹ ਬੰਦਾ ਸਿੰਘ ਬਹਾਦਰ ਤੋਂ ਡਰਦਾ ਪਾਗਲ ਹੋ ਕੇ ਮਰਿਆ ਸੀ। ਬਹਾਦਰ ਸ਼ਾਹ ਦੇ 3 ਸ਼ਾਹੀ ਫਰਮਾਨ ਸਾਨੂੰ ਮਿਲਦੇ ਨੇ, ਡਾਕਟਰ ਗੰਡਾ ਸਿੰਘ ਦੀ ਕਿਤਾਬ 'ਚ ਪੜ੍ਹੇ ਜਾ ਸਕਦੇ ਨੇ, ਅੰਗਰੇਜ਼ੀ ਦੇ 'ਚ ਤਾਂ ਬੰਦਾ ਬਹਾਦਰ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ। ਉਹਦੇ 3 ਫਰਮਾਨ ਨੇ, ਕਹਿੰਦਾ ਸਾਰੇ ਸ਼ਹਿਰ ਦੇ ਫਕੀਰ ਸ਼ਹਿਰ 'ਚੋਂ ਕੱਢ ਦਿਓ, ਇਹਨਾਂ ਵੱਲ ਵੇਖ ਕੇ ਮੈਨੂੰ ਸਿੱਖ ਚੇਤੇ ਆ ਜਾਂਦੇ ਨੇ। ਕਹਿੰਦਾ ਸਾਰੇ ਸ਼ਹਿਰ ਦੇ ਗਧੇ ਸ਼ਹਿਰ 'ਚੋਂ ਕੱਢ ਕੇ ਕਤਲ ਕਰ ਦਿਓ, ਜਦੋਂ ਗਧੇ ਰਾਤ ਨੂੰ ਦੌੜਦੇ ਨੇ ਮੈਨੂੰ ਇੰਝ ਲੱਗਦਾ ਕਿਤੇ ਸਿੱਖਾਂ ਦੇ ਘੋੜੇ ਨਾ ਆ ਗਏ ਹੋਣ, ਤੇ ਕਹਿੰਦਾ ਸਾਰੇ ਸ਼ਹਿਰ ਦੇ ਕੁੱਤੇ ਮਾਰ ਦਿਓ, ਜਦੋਂ ਇਹ ਭੌਂਕਦੇ ਨੇ ਮੈਨੂੰ ਡਰ ਆਉਂਦਾ ਵੀ ਕਿਤੇ ਬੰਦਾ ਸਿੰਘ ਬਹਾਦਰ ਹਮਲਾ ਨਾ ਕਰ ਦੇਵੇ। ਸੋ ਜਿਹੜਾ ਬਹਾਦਰ ਸ਼ਾਹ ਹੈ ਇਹ ਪਾਗਲ ਹੋ ਕੇ ਮਰ ਗਿਆ ਸੀ, ਤੇ ਇਸਲਾਮ ਦੇ ਲੋਕ ਯਕੀਨ ਕਰਦੇ ਸੀ ਕਿ ਜਿੱਥੇ ਉਹਨੂੰ ਦਫ਼ਨ ਕੀਤਾ ਗਿਆ ਜਿਸ ਤੋਂ ਡਰਦਾ ਹੋਇਆ ਉਹ ਮਰਿਆ, ਜੇਕਰ ਉਹਦੀ ਕਬਰ ਦੇ ਸਾਹਮਣੇ ਹੀ ਉਹਨੂੰ ਕਤਲ ਕੀਤਾ ਜਾਵੇ ਤੇ ਉਹਦੀ ਮਰੇ ਹੋਏ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਇਹਦੇ ਕਰਕੇ ਬੰਦਾ ਸਿੰਘ ਬਹਾਦਰ ਨੂੰ ਬਹਾਦਰ ਸ਼ਾਹ ਦੀ ਕਬਰ ਦੇ ਸਾਹਮਣੇ ਲਿਜਾਇਆ ਗਿਆ। ਬੰਦਾ ਸਿੰਘ ਬਹਾਦਰ ਪਰ ਉਸਦੇ ਸਾਥੀ ਸਾਰਿਆਂ ਦੇ ਪੈਰਾਂ ਦੇ ਵਿੱਚ ਬੇੜੀਆਂ, ਹੱਥਾਂ ਦੇ ਵਿੱਚ ਹਥਰਟਗੜੀਆਂ, ਤਖ਼ਤ ਦੇ ਉੱਪਰ ਸਰਬਰਾ ਖਾਨ ਬੈਠਾ, ਦਿੱਲੀ ਦਾ ਜਿਹੜਾ ਉਸ ਵੇਲੇ ਦਾ ਬਾਦਸ਼ਾਹ ਫਰਖਸ਼ਿਆਰ, ਕਮਰੂਦੀਨ ਮੀਰਾਤਸ਼, ਮੁਹੰਮਦ ਅਮੀਨ ਖਾਨ, ਇਹ ਸਾਰੇ ਬੈਠੇ ਨੇ। ਬਾਦਸ਼ਾਹ ਦੀ ਘਟਨਾ ਇੱਕ ਬੜੀ ਅਹਿਮ ਹੈ, ਉਹ ਮੈਂ ਸਾਂਝੀ ਨਹੀਂ ਕਰੂੰਗਾ, ਵਕਤ ਬਹੁਤ ਜ਼ਿਆਦਾ ਹੋ ਜਾਣਾ। ਕੇਵਲ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਅੰਤਿਮ ਸ਼ਬਦ ਨੇ ਉਹਨਾਂ ਸ਼ਬਦਾਂ ਦੇ ਵਾਸਤੇ ਸਾਡੇ ਕੋਲ ਕੋਈ ਪੰਜਾਬੀ ਸਰੋਤ ਨਹੀਂ ਹੈ। ਇੱਕ 100 ਪੇਜ ਦੀ ਛੋਟੀ ਜਿਹੀ ਫਾਰਸੀ ਦੀ ਕਿਤਾਬ ਹੈ, ਮੁਹੰਮਦ ਕਾਸਿਮ ਔਰੰਗਾਬਾਦੀ ਦੀ ਲਿਖੀ ਹੋਈ, ਅਹਿਵਾਲ ਉਲ ਖਵਾਕੀ, ਜ਼ਰੂਰ ਪੜ੍ਹਿਓ ਉਸ ਨੂੰ। ਬੰਦਾ ਸਿੰਘ ਬਹਾਦਰ ਦੇ ਸਾਹਮਣੇ ਬੈਠਾ ਹੈ ਦਿੱਲੀ ਦਾ ਬਾਦਸ਼ਾਹ। ਕਹਿੰਦਾ ਬੰਦਾ ਸਿੰਘ ਤੇਰੇ ਸਾਥੀ
मारे जा चुके ने। इन्हां दे सिर नेचियां दे उपर टंगे हुए ने। उहदे 25 जरनैलां दे सिर नेचियां दे उपर टंग दित्ते गए। धड़ जमीन दे उपर पए तड़फ रहे सी। जमीन दे उपर लाल खून दा गलीचा विछिया होया सी ते कौम दा जरनैल नेत्र बंद करके बैठा सी। फक्सीर पुछदा कहिंदा बंदा सिंह की गल अखां क्यों बंद कर लईआं ने, अपने जरनैलां दे नेचियां दे उपर टंगे हुए सिर नहीं वेखे गए, आ तड़फदे हुए धड़ नहीं वेखे गए, लाल जमीन नहीं वेखी गई, अखां क्यों बंद कर लईआं ने। कहिंदा फक्सीर नहीं, मैं अखां इस करके बंद नहीं कीतियां कि मैं अपने साथियों के नेजियां के उपर टंगे हुए सिर नहीं वेख सकता, मैं अपने साथियों के तड़फते धड़ नहीं वेख सकता, मैं जमीन के उपर विछिया होया खून का लाल गलीचा नहीं वेख सकता। मैं तो अखां बंद करके कलगीधर पातशाह गुरु गोबिंद सिंह महाराज के चरणों के च अरदास कर रहा, पातशाह जिहड़े बाद दे विच धर्म युद्ध च आए वो पहला तेरी गोद च चले गए, मैनू देरी क्यों की जा रही। फर्क सिंह नहीं, बंदा सिंह बहादुर नहीं, मुकाना नहीं तेनू चुकाना है, तेनू मुकाना तेरी जित है, तेनू चुकाना मेरी जित है। मैं तो दुनिया की तवारीख में दसना कि गुरु गोबिंद सिंह के भेजे जिस जरनैल ने पंजाब की धरती के उपर लगातार 6 साल अपने घोड़े के पैड़ों के निशान छड़े से, मैं उसनू दीने सलाम से लिया। तो मुस्कुरा के बंदा सिंह बहादुर कहिंदा है फिर तू अपना जबर परख लै ते मैनू अपना सबर परख दे। उस वेले दरबार खाने के बंदा सिंह बहादुर का 4.25 साल का पुत्र, मैं फरवरी के उसकी उम्र 3.25 साल दसी थी, 7 महीने होर बीत चुके हैं, बच्चे की उम्र 4.25 साल हो चुकी है। 4.25 साल का पुत्र माता सुशील कौर की गोद कढ़ के बाबा बंदा सिंह बहादुर के कोल उसकी गोद के बिठा दिता। 8.25 महीने के बाद पिता और पुत्र का मिलाप होया। 4.25 साल का बच्चा उन्हें नहीं पता कि की घटना वापर लगी है, पर उस वेले मुहम्मद अमीन खान ने बंदा सिंह बहादुर की एक हथकड़ी खोली और वो हाथ में खंजर फड़ा के कहता है बंदा सिंह अपने पुत्र नूं आप ज़िबा कर। 3 तरीके होंदे ने इस्लाम च कतल करन दे, 44 तसीहां दे विच सीधा छाती च खंजर मारिया जाए उसनों जरहरा करना कहिंदे ने, हलकूम नूं कट्टिया जाए हलाल करना कहिंदे ने, ते छाती नूं सीधा चीरा दिता जाए उसनों ज़िबा करना कहिंदे ने। बंदा सिंह बहादुर नूं कहा गया कि अपने पुत्र नूं ज़िबा कर, इहदी छाती चीर दे। कौम दे जरनैल दा जवाब इस्लामी स्रोतों के मुताबिक, बंदा सिंह बहादुर ने कहा फर्क सी तू मेरा दुश्मन है, मेरी गोदी च मेरा पुत पिया है, जिस गुरु ने मैनू खंडे बाटे की पाहुल दी सी उसने कहा मजलूम और मासूम दे उपर वार नहीं करना, तू मेरा दुश्मन है, जे कितने मेरे पुत की जगह मेरी गोदी च तेरा पुत भी पिया होंदा मैं तां वी ज़िबा ना करदा, मैं तां वी ज़िबा ना करदा। अखीर जलाद ने बच्चे नूं पैरां तों फड़ के खिंचिया, सिर बाप की गोद दे विच धड़ जमीन दे उपर बच्चे की छाती नूं ज़िबा किया गया। 4.25 साल के बच्चे दीआं चीकां दे नाल असमान गूंज उठिया, खून के फहारे, बच्चा तड़फिया, उहदा खून कढ के बंदा सिंह बहादुर के चेहरे के उपर मल दिता, उहदा दिल कढ के बाबा बंदा सिंह बहादुर के मूँह दे विच धक्क दिता गया। इबरतनामे का लिखारी लिखता कि उहदे जिसम के छोटे छोटे टुकड़े करके एक हार परो के बंदा सिंह बहादुर के गल के विच पा दिता। उहदा कट्टिया होया सिर बंदा सिंह बहादुर की गोद के विच रख के फरकसर कहिंदा बंदा सिंह तेरी कुल का आखिरी चिराग बोल चुका है, हुण ते दीने सलाम कबूल कर ला। बंदा सिंह बहादुर मुस्कुरा पिया, कहिंदा की गल पागल हो गया, अपने पुत दी मौत नहीं वेखी गई, तेरी गोद विच तेरे पुत्र दा कट्टिया होया सिर पिया ते तू हस रिहा है। कहिंदा हाँ, इस करके हस रिहा कि एक करजा रहिंदा सी तू ओह वी ला दित्ता, जिस गुरु ने मैनूं खंडे बाटे दी पाहुल बख्शिश कीती सी उसने मेरी झोली च अपने 4 पुत्तरां दे सिर पाए सी, अज मैं सुरखरू हो गया कि अपने पुत्र दा सिर अपनी गोद च लै के गुरु दी गोद च जा रिहा। अखीर कौम दे इस जरनैल नूं इक सवाल कीता गया, अक्सर तुसीं जदों सिकंदर और पोरस दी जंग दे बारे, उन्हां दे वार्तालाप के बारे जो कुछ सानू स्कूलों च पढ़ाया जाता तुसीं पढ़िया होगा कि बंदी बनाउण तो बाद सिकंदर ने पोरस में एक सवाल किया सी तेरे नाल किवें दा वर्ताव किया जाए, तो पोरस के जवाब में बड़ा स्कूलों च पढ़ाया जाता, उसने कहा जिवें दा एक राजा दूजे राजे दे नाल करदा है। तवारी गुरु खालसा दे ज्ञानी ज्ञान सिंह नूं पढ़ के वेख्यो, फर्क सिर बंदा सिंह बहादुर नूं कहिंदा कहिंदा तैनूं मौत किवें दी दित्ती जाए, तैनूं मौत किवें दी दित्ती जाए, किवें दी मौत तजवीज़ करदा तूं अपने वास्ते। ते बंदा सिंह बहादुर कहिंदा कहिंदा मेरे वास्ते इन्नी औखी मौत तजवीज़ करी कि मैनूं पता लग सके मैं गुरु के हुक्म च रहिंदा तेरे किन्ने जबर नूं बर्दाश्त कर सकदा, मैं तेरे तों कि सौखी मौत की मंग नहीं करदा। बाबा बंदा सिंह बहादुर की खब्बी अख कढ़ी गई, जबान कट्टी गई, सज्जी अख पैर वड्डे गए, जंबूरां दे नाल मास नोचिया गया, उहदे सिर दे विच हथौड़े मार मार के सिर नूं फिया गया, ते अखीर June 1716 दे विच कौम दा इह जरनैल शहादत प्राप्त कर गया जिसने सिख राज का मुढ़ बन्या सी और जिस सरहद फतेह दिवस की याद के असी जुड़े बैठे हैं। वक्त मैं तुहाडा तकरीबन 30-35 मिनट ज़्यादा लै गया कि मता जा चुका, इन्नियां कु बेनतियां प्रवान फतेह की सांझ कच के आखियो जी वाहेगुरू जी का खालसा वाहेगुरू जी।